सभी पार्टी कौंटी बाई सभी पार्टी सोजू पार्टी कौंटी बाई जोंटी भाई क्या बड़ी स्वाद बनाई है की पाया हुए भाई मार पाया हुआ पूरा ठोक के अच्छा और फिर प्रधान जी की कहंदी है थोड़ी भविख बाणी आपे ही जितांगे टेंशन ना ले अच्छा प्रधान जी मैं शरला मार के आया रिजल्ट अनाउंस होने वाले हैं तू रुक के जा बस 2 मिनट च आ गया चल छेतियां ठीक है चल भाई संजय कुमार चल भाई ओ काका सभी पार्टी शांत हो जाओ चलो थले चलो पार्टी चलो थले चलो जीतेंगे हम जीतेंगे जीतेंगे हम जीतेंगे मेरी सारे स्टूडेंट्स नु रिक्वेस्ट है ਓਏ ਆਪ ਤੋਂ ਬਾਤ ਕਿ ਉਹ ਰੌਲਾ ਥੋੜਾ ਜਿਹਾ ਘੱਟ ਬਰਾਵਾ ਆ ਬੰਦੇ ਤੇਰੇ ਅੱਗੇ ਹੱਥ ਜਾ ਨਾਮ ਤਾਂ ਸਿੱਧਾ ਲੈ ਲੈ ਕਰ ਮੌਸਮ ਬਹੁਤ ਖਰਾਬ ਹੈ 10 ਨੂੰ ਅੰਤਮ ਕਹਿ ਲੈ ਕਰ ਨਲਿਆ ਕਾਲਜ ਚੋਂ ਹੀ ਕਿਸੇ ਨੇ ਅੱਤਵਾਦੀ ਸਮਝ ਕੇ ਸੱਚੇ ਠੋਕ ਦੇਣਾ ਯਾਰ ਮੈਨੂੰ ਮੇਰੇ ਵਿਦਿਆਰਥੀਓ ਅੱਜ ਤੁਹਾਡੇ ਚੋਂ 2 ਲੀਡਰਾਂ ਨੇ ਅੱਗੇ ਜਾ ਕੇ ਰਾਜਨੇਤਾ ਬਣਨਾ ਹੈ ਉਹ ਚੱਲ ਸੜਾ ਐ ਦੱਸ ਹਾਂ ਪ੍ਰਧਾਨ ਆਪਣੀ ਵਾਰੀ ਜਿੱਤੂ ਕੇ ਨਾ ਉਹ ਜਿੱਤੂ ਕਿਉਂ ਨਹੀਂ ਉਹ ਨਾਲੇ ਜਿਹੜੀ ਪਾਰਟੀ ਨੂੰ ਆਪਣੇ ਵਰਗੇ ਅਮਲੀਆਂ ਦਾ ਸਮਰਥਨ ਹੋਵੇ ਨਾ ਉਹ ਤਾਂ ਕਦੇ ਹਾਰ ਹੀ ਨਹੀਂ ਸਕਦੀ ਓਏ ਆਖਿਰ ਨੂੰ ਆਪਣੀ ਤਪੱਸਿਆ ਸਾਲੇ ਆਪਣੀ ਕਾਦੀ ਤਪੱਸਿਆ ਯਾਰ ਓਏ ਬੁੱਝ ਆ ਪਾਣੀ ਦੀ ਇੱਕ ਬੂੰਦ ਨਾ ਅਮਲੀ ਨੂੰ ਸਵਾ ਮਨ ਦੇ ਬਰਾਬਰ ਹੁੰਦੀ ਆ ਅੱਜ ਤਾਂ ਬਾਰਿਸ਼ 'ਚ ਭਿੱਜ ਗਏ ਫਿਰ ਕੀ ਹੋ ਗਿਆ ਸੁੱਕ ਗਏ ਪਤਾ ਨਹੀਂ ਕਿੰਨੀਆਂ ਕੁ 100 ਮਣ ਬੂੰਦਾਂ ਆਪਣੇ ਉੱਪਰ ਪੈ ਗਈਆਂ ਹੋਣੀਆਂ ਓਏ ਤਪੱਸਿਆ ਯਾਰ ਹੋਰ ਕੀ ਹੈ ਇਹ ਵੀ ਠੀਕ ਹੈ ਹਾਂ ਜਿੱਤ ਕਿਸੇ ਵੀ ਪਾਰਟੀ ਦੀ ਹੋਵੇ ਇਹ ਯੂਨੀਵਰਸਿਟੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਤੇ ਮੈਂ ਇਹ ਕਹਾਂਗਾ ਇਹ ਜਿੱਤ ਵੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਹਾਂ ਬਈ ਸ਼ਰਲਾ ਮਾਰਨਾ ਨਹੀਂ ਕਰਾ ਭਾਈ ਮੈਂ ਜਾਤਾ ਕੋਈ ਨਹੀਂ ਤੂੰ ਹੀ ਜਾਇਆ ਠੀਕ ਹੈ ਮੈਂ ਗਿਆ ਤੇ ਆਇਆ ਕਿਤੇ ਸਾਲਿਆ ਆ ਕ੍ਰਾਂਤੀਕਾਰੀ ਜੇ ਨਾ ਆਪਣੀ ਤਪੱਸਿਆ ਭੰਗ ਕਰ ਦੇਣ ਸਹੀ ਗੱਲ ਹੈ ਯਾਰ ਹਨਾ ਆ ਕ੍ਰਾਂਤੀਕਾਰੀ ਜੇ ਬਾਲੇ ਮਾੜੇ ਹੁੰਦੇ ਨੇ ਸਾਲੇ ਚੱਚੜ ਵਾਂਗੂ ਹੁੰਦੇ ਨੇ ਜੇ ਇੱਕ ਵਾਰ ਚੰਬੜ ਜਾਣ ਨਾ ਲਾਉਣੇ ਔਖੇ ਹੋ ਜਾਂਦੇ ਨੇ ਇਹ ਤਾਂ ਬਾਲੇ ਮਾੜੇ ਨੇ ਯਾਰ ਵਿੱਚ ਪੀੜ ਮਾਰੀ ਇਹਨਾਂ ਦੇ ਰਹਿੰਦੇ ਓਏ ਅੱਤਵਾਦੀ ਓਏ ਅੰਤਮ ਓਏ ਹਾਂ ਹਾਂ ਬਾਬੇ ਜੇ ਸਾਲੇ ਆ ਜਿੱਤ ਗਏ ਨਾ ਆਪਣਾ ਯੂਨੀਵਰਸਿਟੀ ਤੋਂ ਸੰਨਿਆਸ ਪੱਕਾ ਵੀ ਪੋਜ਼ਿਟਿਵ ਬਰੋ ਚੰਗਾ ਵੀ ਸੋਚਿਆਗਾ ਓ ਚੌਂਟੀ ਬਾਈ ਹੋਰਾਂ ਨੇ ਨਾ ਕੋਈ ਜਗਾੜ ਪੱਕਾ ਕਰਿਆ ਹੋਊਗਾ ਓਏ ਆਪਾਂ ਤਾਂ ਪੱਕੇ ਜਿੱਤੇ ਪਏ ਆ ਨਾਲੇ ਆਪਣੇ ਮਾਲ ਦੀ ਤਿਆਰੀ ਪੱਕੀ ਐਸਓਯੂ ਪਾਰਟੀ ਜ਼ਿੰਦਾਬਾਦ ਰਿਜ਼ਲਟ ਤਿਆਰ ਹੋ ਗਿਆ ਲਓ ਸਾਥੀਓ ਇਸ ਇਲੈਕਸ਼ਨ ਦਾ ਰਿਜ਼ਲਟ ਤਿਆਰ ਹੈ ਤੇ ਪਿਆਰ ਨਾਲ ਇਸ ਰਿਜ਼ਲਟ ਨੂੰ ਸੁਣਨਾ ਗੁੜੀ ਜੁੰਟੀ ਨੂੰ ਫੋਨ ਲਾ ਰਿਜ਼ਲਟ ਕਿਸੇ ਵੀ ਪਾਰਟੀ ਦੇ ਫੇਵਰ ਚ ਹੋਵੇ ਉਸ ਪਾਰਟੀ ਨੇ ਸ਼ੋਰ ਸ਼ਰਾਬਾ ਨਹੀਂ ਕਰਨਾ ਸਾਰੇ ਸ਼ਾਂਤੀ ਬਣਾਈ ਰੱਖਣਾ ਸਾਰੇ ਇੱਧਰ ਧਿਆਨ ਦਿਓ ਹੁਣ ਮੈਂ ਸੁਰਿੰਦਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਅੱਜ ਦੇ ਇਸ ਰਿਜ਼ਲਟ ਨੂੰ ਤੁਹਾਡੇ ਨਾਲ ਸਾਂਝਾ ਕਰਨ ਬਈ ਪਲੀਜ਼ ਜਲਦੀ ਫੋਨ ਨਹੀਂ ਚੱਕ ਰਿਹਾ ਅਟੈਂਸ਼ਨ ਪਲੀਜ਼ ਦਾ ਰਿਜ਼ਲਟ ਇਜ਼ ਹੇਅਰ ਐਂਡ ਐਜ਼ ਐਵਰੀ ਈਅਰ ਆਹ ਤੁਸੀਂ ਜੀ ਜਾ ਛੇਤੀ ਬੁਲਾ ਕੇ ਲੈ ਕੇ ਆਓ ਚੱਲ ਠੀਕ ਹੈ ਓਕੇ ਗਾਇਜ਼ ਟੁਡੇ ਐਸਓਯੂ ਪਾਰਟੀ ਇਜ਼ ਵਿਨਰ ਓਏ ਐਸਓਯੂ ਪਾਰਟੀ ਕੰਗ੍ਰੈਚੁਲੇਸ਼ਨਸ ਟੂ ਐਸਓਯੂ ਪਾਰਟੀ ਫਰੋਮ ਯੂਨੀਵਰਸਿਟੀ ਕਮਿਊਨਿਟੀ ਮੈਂ ਤਾਰੇ ਪਿੱਛੇ ਪਾਗਲ ਹੋਣ ਲੱਗ ਪਿਆ ਥੈਂਕਸ ਟੂ ਆਲ ਆਫ ਯੂ
ਇਹ ਨਹੀਂ ਹੋ ਸਕਦਾ, ਇਹਨਾਂ ਨੇ ਆਪਣੇ ਨਾਲ ਘਪਲਾ ਕੀਤਾ। ਰਿਲੈਕਸ ਪਰਮ, ਸਟੂਡੈਂਟ ਯੂਨਿਟੀ ਆਪਣੇ ਨਾਲ ਆ, ਫਿਰ ਟੈਨਸ਼ਨ ਕਿਹੜੀ ਗੱਲ ਦੀ? ਟੈਨਸ਼ਨ ਤਾਂ ਹੋਣੀ ਹੋਈ ਹੈ ਪਰਮ, ਜਿੱਤ ਆਪਣੀ ਸੀ, ਐਤਕੀ ਫਿਰ ਧੱਕੇ ਨਾਲ ਜਿੱਤ ਗਏ ਸਾਲੇ। ਬਾਬਲਾ ਆਉਣ ਲੱਗਦਾ ਤਾਰੇ ਪਿੱਛੇ। ਉਹ ਪੂੜਾ ਸ਼ਕ ਜੋਟੀ ਕਿੱਥੇ? ਨਾ ਸਾਲਾ ਫੋਨ ਚੱਕ ਰਿਹਾ ਬਾਈ, ਬੀਤਰੀ ਆ ਬਾਥਰੂਮ ਕੇ। ਸਾਲਾ ਜੋਟੀ ਬਾਈ ਫੋਨ ਨਹੀਂ ਚੱਕ ਰਿਹਾ, ਸਾਨੂੰ ਟੈਨਸ਼ਨ ਉੱਤੇ ਆ, ਤੂੰ ਆਪਦੀ ਮਾਸੀ ਨਾਲ ਬਿਜ਼ੀ ਆ। ਕੰਗਰੈਚੁਲੇਸ਼ਨ। ਚਲੋ ਸੁਣ ਜੋਟੀ ਬਾਈ, SOU ਬਾਡੀ। ਮੇਰਾ ਤਾਂ ਜੀ ਕਰਦਾ ਸਾਲਿਆਂ ਦੇ ਜੁੱਤੀ ਫਿਰਾਂ ਇਹਨਾਂ ਦੇ। ਪੇਸੈਂਸ ਰੱਖ, ਅਗਲੀ ਵਾਰ ਆਪਾਂ ਨਰੋਲ ਜਿੱਤਾਂਗੇ, ਨਾਲੇ ਇਸ ਵਾਰ ਵੀ ਤਾਂ ਆਪਣੀ ਜਿੱਤ ਹੋਈ ਹੈ, ਇਹਨਾਂ ਦੀ ਤਾਂ ਸਿਰਫ ਕਾਗਜ਼ੀ ਜਿੱਤ ਹੈ। 20 ਪੁੱਛੋ ਤੇ ਮਰ ਗਿਆ ਸਾਲਾ ਜੋਟੀ। ਥੈਂਕਸ ਟੂ ਕੈਂਪਸ ਸਟਾਫ ਐਂਡ ਆਲਸੋ ਥੈਂਕਸ ਟੂ ਆਲ ਆਫ ਯੂ ਗਾਈਜ਼ ਹੂ ਸਪੋਰਟ ਅਸ। ਸਾਡੀ ਇਸ ਪਾਰਟੀ ਦੇ ਸਰਪ੍ਰਸਤ ਗੁਰਜੀਤ ਬਰਾੜ ਜੀ ਬਠਿੰਡੇ ਤੋਂ, ਕੁੱਕੂ ਜੀ ਚੰਡੀਗੜ੍ਹ ਤੋਂ। ਬਾਈ ਆ ਜਾ ਹੁਣ। ਚਲੋ ਹੁਣ ਚਲੀਏ। ਜੋਟੀ ਬਾਈ ਸਿਰਫ ਸਾਡੀ ਜਿੱਤ ਨਹੀਂ, ਤੁਹਾਡੇ ਸਾਰਿਆਂ ਦੀ ਆਪਣੀ ਜਿੱਤ ਹੈ, ਤੇ ਇਸ ਜਿੱਤ ਤੋਂ ਤੁਸੀਂ ਇਹ ਸਾਬਿਤ ਕਰ ਦਿੱਤਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਕਿਉਂਕਿ ਤੁਸੀਂ ਜਿੱਤੇ। SOU ਪਾਰਟੀ, SOU ਪਾਰਟੀ ਜਿੰਦਾਬਾਦ। ਹੁਣ ਕੀ ਕਰਨਾ ਭਾਈ? ਕਰਨਾ ਕੀ ਹੈ? ਜਿੰਨੀ ਵੀ ਕਰਤੂਤ ਕੀਤੀ ਇੱਥੇ ਨੇੜੇ ਤੇੜੀ ਲੱਭੋ। ਤੂੰ ਐ ਕਰ, ਸਿਕਿਉਰਿਟੀ ਇੰਚਾਰਜ ਨੂੰ ਕਹਿ ਕੇ ਗੇਟ ਬੰਦ ਕਰਵਾ, ਠੀਕ ਹੈ? ਮੈਂ ਇੱਧਰ ਦੇਖਦਾ, ਤੂੰ ਉੱਧਰ ਸਾਂਭ। ਬਚਰ ਕੀ ਜਾਂਦੇ? ਗੰਦ ਪਾਉਣਾ ਸੀ, ਗੰਦ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨਾ ਸੀ ਨਾ, ਆਪਾਂ ਇਹ ਹਰਗਜ਼ ਨਹੀਂ ਹੋਣ ਦਿੰਦੇ, ਨਾ ਹੋਣ ਦਿੱਤਾ। ਹੁਣ ਤੁਸੀਂ ਸੋਚਦੇ ਹੋਵੋਗੇ ਪਾਰਟੀ ਤੋਂ ਬੰਤੀ ਹੈ, ਉਹ ਪਾਰਟੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ, ਬਸ ਪ੍ਰੈਜ਼ੀਡੈਂਟ ਸਾਹਿਬ ਸਾਡੇ ਧੰਨਵਾਦ ਜਿਹਾ ਕਰ ਲੈਣ, ਫਿਰ ਪਾਰਟੀ ਵੀ ਸ਼ੁਰੂ ਕਰ ਦਿੰਦੇ ਆ। ਕੀ ਬਕੀ ਜਾਂਦਾ, ਬਸ ਕਰ। ਜੋਟੀ ਬਾਈ ਜਿੰਦਾਬਾਦ। ਹੈਲੋ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਿੰਦਰ ਬੋਲਦਾ ਜੀ। ਗੁਰਪਿੰਦਰ ਕੌਣ? ਗੁਰਪਿੰਦਰ ਗੋਲੀ ਜੀ, ਪਛਾਣਿਆ ਜੀ? ਹਾਂ ਹਾਂ, ਦੱਸੋ। ਸਰ ਸਾਡੀ ਪਾਰਟੀ ਦਾ ਪ੍ਰਧਾਨ ਤੁਸੀਂ ਕਲੈਪ ਕਰ ਲਿਆ, ਤੁਸੀਂ ਪਲੀਜ਼ ਸਾਰੇ ਗੇਟ ਬੰਦ ਕਰ ਦਿਓ ਅਤੇ ਇਕੱਲੇ ਇਕੱਲੇ ਦੀ ਤਲਾਸ਼ੀ ਲੈ ਕੇ ਚੈੱਕ ਕਰਕੇ ਭੇਜੋ ਜੀ ਸਾਰਿਆਂ ਨੂੰ। ਤੁਸੀਂ ਚਿੰਤਾ ਨਾ ਕਰੋ, ਮੈਂ ਹੁਣੇ ਸਖਤਾਈ ਕਰ ਦੇਣਾ ਇੱਥੇ। ਠੀਕ ਹੈ ਜੀ, ਮੈਂ ਬੋਲੇ ਭੇਜ ਦਿੰਦਾ ਤੁਹਾਡੇ ਕੋਲ। ਠੀਕ ਹੈ, ਪਰਮੇਲ ਉਹ ਗੇਟ ਬੰਦ ਕਰ। ਉਹ ਕੀ ਹੋ ਗਿਆ? ਸਾਨੂੰ ਜਾਬਾਂ ਦੇ ਭੇੜ ਮਾਰੀ ਜਾਂਦੇ, ਜੰਟੀ ਬਾਈ ਨੂੰ ਕਿਡਨੈਪ ਕਰ ਲਿਆ ਕਿਸੇ ਨੇ। ਉਹ ਤੁਹਾਡੀ ਬੈਂਡ ਦੀ ਸ਼ੇਰ ਦੇ ਮੂੰਹ ਚ ਕਿਨਾ ਹੱਥ ਪਾਲਿਆ? ਉਹ ਸ਼ੇਰ ਹੀ ਕਹਦਾ ਜਿਹਦੇ ਮੂੰਹ ਚ ਹੱਥ ਪਾਲਿਆ। ਕੀ ਚੱਪ ਕਿਤੇ ਬਾਹਰ ਜਾਣਾ ਪਿਆ, ਤੇ ਪਾਰਟੀ ਦਾ ਪ੍ਰੋਗਰਾਮ ਵੀ ਆਪਾਂ ਕੱਲ ਹੀ ਕਰਾਂਗੇ। ਓ ਸੋਡੀ ਭੈਣ ਨੂੰ! ਓਏ ਖਲਾਇਕਾ, ਓਏ ਖਲਾਇਕਾ, ਓਏ ਉੱਠ! ਰੋਕੋ 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 ਰੋਕੋ, ਦੇਖੀ ਪਰ ਮੇਰੇ ਕੌਣ ਹੈ, ਚੈੱਕ ਕਰ। ਲੱਗੀ ਖੁੱਲ ਲੱਗੀ, ਕੀ ਹੋ ਗਿਆ ਬਾਈ? ਤਾਜ ਮਹਿਲ ਟਹਿ ਗਿਆ, ਹੋਣਾ ਕੀ ਸੀ? ਤਾਜ ਮਹਿਲ ਟਹਿ ਗਿਆ, ਤੁਹਾਨੂੰ ਕਿਵੇਂ ਪਤਾ ਲੱਗਿਆ ਬਾਈ? ਜਿਸ ਤਨ ਲੱਗ ਗਿਆ ਉਹ ਹੀ ਜਾਣਾ, ਨਾਲੇ ਆ ਗੱਲ ਤੁਹਾਡੀ ਸਮਝ ਤੋਂ ਬਾਹਰ ਆ ਗਈ। ਉੱਠ, ਠੀਕ ਆ, ਪਾਰਟੀ ਤਾਂ ਗਈ। ਹਾਂ, ਜੀਤੇ ਬਾਈ ਕੋਲ ਚੱਲਦੇ। ਖੋਲਦੇ ਖੋਲਦੇ ਖੋਲਦੇ, ਚਲੋ ਵੀ ਚਲੋ 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 ਚਲੋ, ਪਰਮੇਲ ਗੇਟ ਖੋਲ। ਤੇਰੇ ਨਾਲ ਦੇ ਜਿੰਨੇ ਮੁੰਡੇ ਨੇ ਸਾਰਿਆਂ ਨੂੰ ਇਕੱਠੇ ਕਰ, ਮੁੰਡਿਆਂ ਦੇ ਹੋਸਟਲ, ਗਰਾਊਂਡ, ਕੰਟੀਨ ਸਾਰੇ ਕਿਤੇ ਜਾ ਕੇ ਚੈੱਕ ਕਰੋ, ਜ਼ਿਆਦਾ ਦੂਰ ਨਹੀਂ ਗਏ ਹੋਣੇ ਜੀ। ਮੈਂ ਤੇ ਸੰਜੇ ਕੁੜੀਆਂ ਵਾਲੇ ਹੋਸਟਲ ਚੱਲ ਚੱਲ ਜੀ। ਗਰਲਜ਼ ਹੋਸਟਲ
ਤੇ ਅਸੀਂ ਬੋਇਜ਼ ਹੋਸਟਲ ਗਰਾਊਂਡ ਕੰਟੀਨ ਐਨੀਵੇ ਵੀ ਵਿਲ ਮੈਨੇਜ ਇਟ ਹੈ ਬਾਈ ਇਹ ਗੱਲ ਪਰਲੇ ਪਾਰ ਦੀ ਹੈ ਅੱਛਾ 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 ਬਾਈ ਇਹ ਜੌਂਟੀ ਬਾਈ ਪਰਲੇ ਪਾਰ ਕੀ ਕਰਨ ਵਾਕਿਆ ਓਕੇ ਠੀਕ ਆ ਆ ਜਾਓ ਕੁੜੀਆਂ ਦਾ ਹੋਸਟਲ ਤਾਂ ਆ ਗਿਆ ਪਰ ਕੋਈ ਬੀਬੀ ਦਾ ਨਜ਼ਰ ਨਹੀਂ ਆ ਰਹੀ ਹੁਣ ਤਾਂ ਮੀਂਹ ਵੀ ਹਟ ਗਿਆ ਵਿੱਕੀ ਤੂੰ ਉੱਧਰ ਜਾ ਕੇ ਦੇਖ ਮੈਂ ਤੇ ਸੰਜੇ ਇੱਧਰ ਦੇਖਦੇ ਹਾਂ ਭਾਈ ਹਨੇਰੇ ਥੋੜ੍ਹੇ ਜ਼ਿਆਦਾ ਨਹੀਂ ਹਾਂ ਰਾਤ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਹੋਇਆ ਉੱਥੇ ਨਹੀਂ ਤੂੰ ਅੰਦਰ ਮਾਰ ਯਾਰ ਸੰਜੇ ਹਾਂ ਬਾਈ ਇੱਕ ਗੱਲ ਤਾਂ ਦੱਸ ਬੋਲ ਬਾਈ ਜੇ ਜੌਂਟੀ ਨਾ ਮਿਲਿਆ ਫਿਰ ਪ੍ਰਧਾਨਗੀ ਦੇ ਚਾਂਸ ਕਿਹਦੇ ਨੇ ਰਾ ਬਾਈ ਤੈਨੂੰ ਹੀ ਮਿਲੇਗੀ ਪ੍ਰਧਾਨਗੀ ਫਿਰ ਤਾਂ ਸਾਲਾ ਨਾ ਹੀ ਮਿਲੇ ਯੂਕੇ ਕਹਿਣ ਲੱਗ ਰਿਹਾ ਬਾਈ ਉਹ ਮੇਰਾ ਮਤਲਬ ਯਾਰ ਜੌਂਟੀ ਦਾ ਮਿਲਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹਨਾਂ ਨੇ ਸਾਲਿਆਂ ਨੇ ਮੈਨੂੰ ਬਣਾ ਦੇਣਾ ਪ੍ਰਧਾਨ ਰਾ ਭਾਈ ਇਹ ਤਾਂ ਬਹੁਤ ਬੜੀਆ ਬਾਤ ਹੈ ਪ੍ਰਧਾਨਗੀ ਯੂੰ ਥੋੜ੍ਹੀ ਮਿਲ ਜਾਏ ਅੱਛਾ ਹਾਂ ਚੱਲ ਦੇਖਦੇ ਹਾਂ ਫਿਰ ਕੀ ਬਣਦਾ ਲੈ ਵੀ ਡਿਜ਼ਾਈਨਰ ਜੇ ਤੂੰ ਜੌਂਟੀ ਬਾਈ ਨੂੰ ਬਚਾ ਲਿਆ ਨਾ ਤਾਂ ਤੈਨੂੰ ਕਿਸੇ ਨੇ ਨਿਕੰਮਾ ਨਹੀਂ ਕਹਿਣਾ ਤੇਰੀ ਯੂਨੀ ਤੇ ਪਾਰਟੀ ਚ ਬਣ ਜਾਣੀ ਆ ਪੂਰੀ ਠੁੱਕ ਤੇ ਅਹੁਦਾ ਵੀ ਮਿਲ ਜਾਣਾ ਹਾਏ ਓ ਰੱਬਾ ਕੀ ਕਹੀ ਜਾਂਦਾ ਸਾਲਾ ਇਹਦੀ ਕਿਹੜਾ ਸਮਝ ਲੱਗ ਗਈ ਰੱਬਾ ਭਾਈ ਮੈਨੂੰ ਲੱਗਾ ਬਾਈਕ ਰੋਕਣ ਖਾਤਰ ਕਹਿ ਰਿਹਾ ਉਹ ਨਹੀਂ ਨਹੀਂ ਕੁਝ ਹੋਰ ਕਹਿ ਰਿਹਾ ਓਏ ਉੱਚੀ ਬੋਲ ਕੀ ਕਹਿ ਰਿਹਾ ਭਾਈ ਆ ਬਾਈਕ ਰੋਕੋ ਬਾਈਕ ਆ ਭਾਈ ਬਾਈਕ ਰੋਕੋ ਸਾਲਾ ਬਾਈਕ ਰੋਕਣ ਨੂੰ ਕਹਿ ਰਿਹਾ ਯੂ ਤਾਂ ਭਾਈ ਮੈਂ ਕਹਿ ਲੱਗ ਰਿਹਾ ਫਿਰ ਪੱਜ ਮੇਰੇ ਮੂੰਹ ਤੇ ਕੀ ਦੇਖਦਾ ਸ਼ੁਕਰ ਕੇ ਉਹ ਮੇਰਾ ਮਤਲਬ ਸ਼ੁਕਰ ਹੈ ਸਾਲਾ ਮਿਲ ਗਏ ਮੇਰੇ ਮੂੰਹ ਕਰੀ ਕੀ ਚੱਕੀ ਜਾਣਾ ਹੁਣ ਪੱਜ ਗੱਡੀ 'ਚ ਬੈਠ ਹੈਂਡ ਜੱਪ ਮੁੰਦੀ ਹਾਂ ਬਾਈ ਮੂੰਹ ਤੇ ਮਾਰ ਬਾਈ ਥੱਪੜ ਕੇ ਗੋਲੀ ਸਾਲਿਆ ਮੋਬਾਈਲ ਦੀ ਲਾਈਟ ਆਨ ਕਰ ਟਾਰਚ ਲਾਉ ਦੇ ਮੂੰਹ ਤੇ ਅੱਛਾ ਬਾਈ ਠੀਕ ਆ ਬਾਈ ਮੇਰੇ ਨਹੀਂ ਉਹਦੇ ਮਾਰ ਬੁੜੇ ਦੇ ਅੱਛਾ ਇੱਕ ਮਿੰਟ ਬਾਈ ਇੱਕ ਮਿੰਟ ਬਸ ਆ ਦੇਖੋ ਠੀਕ ਆ ਬਾਈ ਉਹ ਤੁਹਾਡੀ ਭਾਣ ਤੇ ਬੈਰੀ ਬੈਡ ਛਿੱਗੀ ਓਏ ਪੀਟਰ ਤੂੰ ਥੂ ਆਵੇ ਤੇਰੀ ਯਾਰੀ ਤੇ ਡਿਜ਼ਾਈਨਰ ਬਾਈ ਉਹ ਪ੍ਰੋਬਲਮ ਦੇ ਵਿੱਚ ਆ ਸਾਲਿਆ ਅਸੀਂ ਤੈਨੂੰ ਫੋਨ ਤੇ ਫੋਨ ਦੇ ਫੋਨ ਤੇ ਫੋਨ ਕਰੀ ਜਾਂਦੇ ਆ ਤੇਰਾ ਫੋਨ ਬੀਜੀ ਆ ਰਿਹਾ ਪ੍ਰੋਬਲਮ ਹੈ ਨਾ ਸਾਨੂੰ ਪਤਾ ਹੀ ਨਹੀਂ ਵੀ ਇਹੋ ਜਿਹੀ ਇਕਾਂਤ ਜਗ੍ਹਾ ਤੇ ਇਹੋ ਜਿਹੇ ਮੌਸਮ 'ਚ ਕਿਹੜੀ ਪ੍ਰੋਬਲਮ ਸੋਲਵ ਹੁੰਦੀ ਹੈ ਮੁੰਦੀ ਤੈਨੂੰ ਤਾਂ ਪਤਾ ਹੀ ਹੋਣਾ ਵਾ ਇਹਦੇ ਬਾਰੇ ਨਾ ਤਾਂ ਹੀ ਤਾਂ ਸਾਲਿਆ ਸਿੰਗਲ ਹੈ ਬਾਈ ਸਿੰਗਲ ਤਾਂ ਤੁਸੀਂ ਵੀ ਬਾਈ ਮੈਨੇ ਲਾਗਾ ਮੈਦਾਨ ਕੀ ਤਰਫ ਜਾਣ ਲੱਗ ਰਹੇ ਡਿਜ਼ਾਈਨਰ ਬਾਈ ਨੇ ਫੋਨ ਕਰ ਜਲਦੀ ਕੀ ਪਤਾ ਉੜੀਆਂ ਮੈਂ ਗਲਤ ਨਹੀਂ ਆ ਓਏ ਫੋਨ ਆ ਗਿਆ ਗੋਲੀ ਬਾਈ ਦਾ ਹਾਂਜੀ ਬਾਈ ਹੈਲੋ ਡਿਜ਼ਾਈਨਰ ਜੋਟੀ ਦਾ ਪਤਾ ਲੱਗਿਆ ਕਿੱਥੇ ਹੋ ਬਾਈ ਇੱਧਰ ਆ ਗਰਾਊਂਡ ਵਾਲੀ ਸਾਈਡ ਉਹ ਤੁਹਾਡੇ ਪਿੱਛੇ ਉੱਧਰ ਗਰਾਊਂਡ ਵਾਲੇ ਆ ਰਹੇ ਨੇ ਅਸੀਂ ਉਹਨਾਂ ਦੇ ਪਿੱਛੇ ਹੀ ਆ ਘੇਰਾ ਪਾ ਲਓ ਆ ਗਏ ਜੀ ਆ ਗਏ ਬਸ ਆ ਗਏ ਦੋ ਮਿੰਟਾਂ 'ਚ ਬਾਈ ਹੋਇਆ ਕੀ ਹੈ ਜੋਟੀ ਬਾਈ ਕਿਡਨੈਪ ਹੋ ਗਿਆ ਉਹ ਤੇਰੀ ਨੂੰ ਇਹ ਕਿਵੇਂ ਹੋ ਗਿਆ ਇੰਨਾ ਟਾਈਮ ਨਹੀਂ ਹੈ ਸਾਡੇ ਕੋਲ ਜਮੇ ਟਾਈਮ ਨਹੀਂ ਇੱਕ ਸੈਕਿੰਡ ਵੀ ਨਹੀਂ ਹੈ ਤੈਨੂੰ ਦੱਸਣ ਦਾ ਕਿਉਂਕਿ ਕਿਡਨੈਪਰ ਇੱਧਰ ਹੀ ਆ ਰਹੇ ਨੇ ਬਾਈ ਕਿਉਂ ਮਗਜ ਮਾਰਿਆ ਇੰਨੇ ਟਾਈਮ ਦੇ ਕਿਡਨੈਪਰ ਆ ਕੇ ਚਲੇ ਜਾਣਗੇ ਬਾਈ ਚੱਲੀਏ ਹਾਂ ਹਾਂ ਥੂ ਥੈਂਕ ਗੋਡ
खुशी मेरी गल सुन। ए ने तेरे फ्रेंड्स नीच ते घटिया सोच दे मालक। डिस्कस्टिंग। मैं कदे सोच भी नहीं सकती सी कि तेरे ऐहे जे दोस्त होणगे। बाय। खुशी मेरी गल ता सुन यार। मैं गलत नहीं हां। खुशी। जीते। हां भाई। जोंटी दी कोई खबर सर लगी? भाई फिलहाल तो कुछ नहीं पता लग रहा। साड़ी अजीब जी टेंशन हुई पई है। ये कर कौन सकता है? भाई की कह सकते हैं? कुछ नहीं पता लग रहा। जीते भाई सस्रीकाल भाई। सस्रीकाल भाई। भाई आज तो बड़ी खुशी है यार। भाई जी कुछ होने तो नहीं चाहिए थी। असी भाई जी पार्टी में जाने लिए अपना अड्डी चोटी का पूरा जोर लाता भाई जी। भाई जी तुम्हें पता ही है। नले असी दोनों ने तो भाई विरोधी धिर दी किस्सियां कराती हैं। किस्सियां कसरी नहीं छड्डी महाराज। ले चकते फट्टे। जीते भाई हां दोस्तों थोड़े जा अपना हिसाब किताब जा कर लिए। करो 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 करो। ओए रोक रोक रोक। मुंडे पिस्तौल काट जल्दी। पिस्तौल काट। हां कटदा कि मतलब सालेओ साडे भाई नु किडनैप करन दी थोड़ी हिम्मत कमी हुई वा। ओए दिजेंद्र हां जादे पाप करो। जे साला सज्जे पासे दी लंगे फेर तू साला इन्हां नु हिंट दई जाना। ओए हिंट नहीं मैं थोनू चकन्ने कर रहा हां। एक मिनट बाली तोड़ लगी पई है भाई। थोड़ा बहुता माल माल मूल जा मिल जाए। आज दा डंग साथ दे भाई। को लिप भी नहीं लांदे हुण दा साल जाईदा। हां यार भाई भाई जैकेट किड्डी सोहनी है। लै दस चल ठीक है। थैंक यू भाई थैंक यू। ओ दे दे मैनू तो दिखा दे भाई। मार के बोल ले फोन सुन की जन। हेलो हेलो। ओए हां जीते ओ जिन्ना ने जोटी किडनैप किया ना किथे ओ ग्राउंड कोल घेरे होए ने। पहुंचो छेती असि हुणे आने आ। ठीक है जिन्ना ने जोटी चुकया ओ ग्राउंड कोल घेरे होए ने। चलिए छेती कर गड्डी च बैठ जाओ। ओ थोनू सुनदा नहीं ओए भज्जो भज्जो। ओ मेरा मतलब भज्जण दी कोशिश ना करियो। ओए ए गोली की गोली पई जांदा भैन ता दीना। मैनूं ता पता नहीं भाई पता नहीं फड़ाउण चा पता नहीं भजाउण चा। भैन ते चगे तुहाडी हिम्मत कहने होई वा साडे भाई नूं किडनैप कर दी। जे कोई समान हैगा ता कढ के साइड ते रख दो। कुछ नहीं हैगा भाई साडे लवे। मार मथे च गोली साले दे। भाई मूरले दे क मगरले दे जी मेरे मार। ठीक है जी। ओए आ की कर रहे हैं भाई? आप ही दा गया मेरे मार। मेरा साला बुग। थैंक यू भाई। ओए ओ तन्नु ग्रुप च भर्ती केड़े बेवकूफ ने कीता सी भाई। आ की आवे लाइटर है भाई। एनु पॉइंट पिस्तल किथे है? पिस्तल छेती कट लो। इनू साले भूत दे संधार च देना। ओए हेलमेट उतार दो नहीं तो तन्ना दे के गोली लगा दूं मथे साले। बचाले जोंटी भाई भी है। ओए ला दो भाई। ਇਹ ਸੜੀ ਗੱਡੀ ਦੇ ਕਿੱਧਰ ਜੱਲੇ ਨੇ? ਹਾਏ ਓਏ ਕਿੰਨਾ ਪਿਓਰ ਮਾਲ ਹੈ। ਓਏ ਇੱਧਰ ਦੇਖ ਲੈ ਕਿੰਨਾ ਪਿਓਰ ਮਾਲ ਹੈ। ਪ੍ਰਧਾਨ ਆ ਕਿਵੇਂ ਤੂੰ ਆ ਪਟਦਾ ਗਿਆ ਓਏ ਓਏ ਅੱਤਵਾਦੀ ਓਏ ਅੰਤਮ ਓਏ ਹਾਂ ਹਾਂ ਯਾਰ ਮੈਨੂੰ ਸਾਲਾ ਸ਼ੱਕ ਜਾ ਹੋਇਆ ਹੈ। ਮੈਨੂੰ ਲੱਗਦਾ ਦਾਲ 'ਚ ਕੁਛ ਕਾਲਾ ਹੈ। ਮੈਨੂੰ ਤਾਂ ਦਾਲ ਹੀ ਕਾਲੀ ਲੱਗਦੀ ਹੈ। ਚਲੋ ਵੈਸੇ ਚੱਲ ਚੱਲੀਏ ਆਪਾਂ ਕੀ ਲੈਣਾ ਕੀ ਲੈਣਾ ਓਏ ਇੱਧਰ ਬਸ ਬਹੁਤ ਹੋ ਗਿਆ। ਉਤਰੋ ਥੱਲੇ ਥੱਲੇ ਉਤਰੋ। ਚਲੋ 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 ਸ਼ਾਬਾਸ਼। ਹੈਲਮਟ ਤਾਰੋ 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 ਹੈਲਮਟ ਤਾਰੋ। ਮੂੰਹ ਖੋਲ ਮੂੰਹ ਮੂੰਹ ਖੋਲ ਨਹੀਂ ਗੋਲੀ ਮਾਰ ਦੂੰ। ਨਾ ਨਾ ਵੀਰੇ ਤਾਰ ਕੱਪੜਾ ਗੋਲੀ ਨਾ ਮਾਰਿਓ। ਚੱਲ 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 ਸ਼ਿਵਾਲੀ ਮੂੰਹ ਦਿਖਾ ਦੇ ਆਪਣਾ ਮੂੰਹ ਤੋਂ ਕੱਪੜਾ ਤਾਰ ਦੇ। ਸ਼ਾਬਾਸ਼ ਯੂਨੀਵਰਸਿਟੀ ਦੇ ਸਾਰੇ ਸਟੂਡੈਂਟ ਨਾਈਟ ਆਊਟ ਕਰ ਰਹੇ ਨੇ। ਵਾਹ ਵਾਟ ਅ ਬਿਊਟੀਫੁਲ ਸਰਪ੍ਰਾਈਜ਼ ਟੂਡੇ। ਹੈਪੀ ਨਿਊ ਈਅਰ ਪਾਰਟੀ ਆਲ ਆਫ ਯੂ। ਓਏ ਦਿਜੇਂਦਰ ਓਏ ਯਾਰ ਅੱਜ ਕੱਲ੍ਹ ਕਿਹੜੀ ਐਪ ਜੀ ਮਸ਼ਹੂਰ ਹੋਈ ਹੈ? ਟਿਕਟੋਕ ਟਿਕਟੋਕ ਬਾਈ ਹਾਂ ਸਾਲਿਆ ਲੁੱਟੋ ਤੋਂ ਸਿੱਧਾ ਟਿਕਟੋਕ ਤੇ ਆ ਗਿਆ ਤੂੰ ਕਮਾਲ ਹੈ। ਗੋਲੀ ਫਿਰ ਇੱਕ ਟਿਕਟੋਕ ਤੋਂ ਬਣਤੀ ਹੈ। ਹਾਂ ਹਾਂ ਖੁਸ਼ੀ ਦਾ ਮਾਹੌਲ ਹੈ। ਖੁਸ਼ੀ ਦਾ ਮਾਹੌਲ ਹੈ। ਉਹ ਤੁਹਾਡੇ ਭਾਂਜ ਦੇ ਗਾਣਾ ਵੀ ਬਹੁਤ ਘੰਟ ਲੱਭਿਆ ਹੋਇਆ। ਕਿਹੜਾ? ਪਰਮੇਸ਼ਵਰ ਮੈਂ ਦਾ
सब पढ़े जानगे जी सब पढ़े जानगे चलो हो शुरू पढ़े भाई शाबाश ना करो यार साडी यूनिवर्सिटी च मेज बनी हुई है ओए मेज बनी हुई सी हुन टिकटॉक बनेगी चलो सब पढ़े जानगे चलो नचो टिकटॉक बन रही है सब पढ़े जानगे सब पढ़े जानगे जी सब पढ़े जानगे भाई सब पढ़े जानगे सब पढ़े जानगे भाई सब पढ़े जानगे सब पढ़े जानगे भाई सब पढ़े जानगे पढ़े जानगे सब पढ़े जानगे भाई सब पढ़े जानगे सब पढ़े जानगे भाई सब पढ़े जानगे विजेंद्र टिकटॉक बंद कर ओ भाई आ गया भाई आ गया भाई समर भाई कर कर करती करती ससी कर भाई हां गोली कितने हो जिन्होंने जोंटी नु फड़े वो तो भाई वो मिसअंडरस्टैंडिंग ही होगी सी मिसअंडरस्टैंडिंग हां जी वो तो आ निकली ए पढ़ने लिखने वाले स्टूडेंट ने सॉरी यार इन्हें वालों मैं माफ़ी मांगता तुसी जा सकते हो थैंक यू वीरे चलो शिवाली ओए ओए सर वीरे मोटरसाइकिल ले जाओ हाँ जी वीरे स्टार्ट कर लो बेशक दी हाँ जी ते तुसी सारे जाने खड़ के इत्थे मजाक कर रहे हैं ते तू सड़िया आ फोन ते करदा सी टिकटॉक जी भाई साला टिकटॉक दा थोनू पता मेरे ते की बीतरी है जे सवेर तक जोंटी ना मिलिया सारी दी सारी मिट्टी पलीत हो जानी है नाले आ बेवकूफियां करनी छड़ दो माड़ा मोटा समय दे हिसाब नाल चलना सीखो साली मेरी इत्थे फटन वाली हुई पई है थोनू टिकटॉक दी लगी जो मर्जी करो मैनू नहीं पता जोंटी नू लभना बहुत जरूरी है जिथों मर्जी जो मर्जी जिवें मर्जी करो सवेर तक जोंटी मेरे सामने खड़ा होवे समझ गए नहीं ला लो साहब आपका तुसी टेंशन ना लो भाई कर दे कोई हल करना पैना चंगा भाई तेरी पहुंच सॉरी सॉरी भाई सॉरी सॉरी भाई चलो भाई साड़े ने दिमाग खराब करके रखता मारा तारा है बड़ा जीना लग है आलो भी चाहती है बूंदी हाँ भाई माल है क्या भाई ना भाई रात ही मुक्का है जेंदर तेरे कोड़े वो जेंदर वो तैनू बच रहे हैं ओ हेलो की सोचिए ना भाई मैं सोच रहा जोंटी भाई का माल तो बना की बनता हूँ ਉਹਨੂੰ ਤਾਂ ਤੋੜ ਵੀ ਬਾਰੀ ਕਸੂਤੀ ਲੱਗਦੀ ਆ ਪਤੰਦਰ ਨੂੰ ਸਾਲਿਆ ਪਹਿਲਾਂ ਦੇਵਰ ਦਾ ਸੋਚ ਲਾ ਹੈਗਾ ਕਿਹਨਾਂ ਮਾਲ ਹੈਗਾ ਗੱਡੀ 'ਚ ਪਿਆ ਜਾ ਲੈ ਚੱਕੇ ਜਾਣਾ ਹੈਲੋ ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਜੋਟੀ ਦਾ ਕੁਝ ਪਤਾ ਲੱਗਿਆ ਕਿ ਨਹੀਂ ਨਾ ਜੀ ਭਾਈ ਕੁਛ ਨਹੀਂ ਪਤਾ ਲੱਗਿਆ ਜੀ ਅਸੀਂ ਤਾਂ ਚੰਡੀਗੜ੍ਹ ਮੋਹਾਲੀ ਪੰਚਕੂਲਾ ਲਾਂਡਰਾਂ ਖੜ ਸਭ ਗਾਤਾ ਜੀ ਕੁਛ ਨਹੀਂ ਪਤਾ ਲੱਗਿਆ ਜਾਏ ਕਰੋ ਫਿਰ ਯੂਨੀਵਰਸਿਟੀ ਵਾਪਸ ਠੀਕ ਹੈ ਜੀ ਭਾਈ ਜਿਵੇਂ ਤੁਸੀਂ ਕਹੋ ਆ ਜਾਣੇ ਜੀ ਕਿਹਦਾ ਫੋਨ ਸੀ ਉਹ ਸਮਰ ਬਾਈ ਦਾ ਫੋਨ ਸੀ ਹਾਂ ਥੋੜ੍ਹਾ ਪਰ ਕੰਮ ਚੱਲ ਗਿਆ ਉਹ ਬੰਦੀ ਹਾਂ ਬਾਈ ਕੀ ਕਰੀ ਇਹਨੇ ਬਾਈ ਲੁੱਡੋ ਖੇਡਦਾ ਸਾਲਿਆ ਦੁਨੀਆ ਪਬਜੀ 'ਤੇ ਪਹੁੰਚ ਗਈ ਤੁਸੀਂ ਆ ਸੰਗਰੂਰ ਵਾਲੇ ਲੁੱਡੋ 'ਚ ਨਾ ਨਿਕਲੋ ਹੈ ਬੰਦ ਕਰਨ ਕਰਤੀ ਬਾਈ ਕੀ ਹੋ ਗਿਆ ਬਾਈ ਕੋਈ ਬਾਤ ਨਹੀਂ ਬਾਈ ਦੱਸ ਦੇ ਬਾਈ ਕੋਈ ਬਾਤ ਨਹੀਂ ਦੱਸ ਦੇ ਦੱਸ ਕੇ ਬਾਈ ਸਾਹਿਬ ਕੀ ਹੋ ਗਿਆ ਫੀਵਰ ਹੋਣ ਲੱਗ ਰਿਹਾ ਉਹਨੇ ਬਾਈ ਬਤਾਣਾ ਮਤ ਕਰਨੇ ਓਏ ਸਾਲਿਆ ਮੈਨੂੰ ਸੁਣ ਕੇ ਸ਼ਰਮ ਆਉਂਦੀ ਆ ਮੈਂ ਕਿਹਨੂੰ ਬੋਲਣਾ ਚੱਲ ਬਿਲਾ ਤੁਰ ਕੇ ਮੇਰਾ ਸਾਲਾ ਅੱਲੂ ਜਾ ਭਾਵੇਂ ਬੁੱਕੀ ਜਾਂਦਾ ਭਾਂਦਾ ਉਹ ਸੰਜੀ ਕੁਮਾਰ ਜੇ ਅੱਜ ਤੋਂ ਬਾਅਦ ਤੇਰੇ ਹੱਥ 'ਚ ਮੈਂ ਫੋਨ 'ਚ ਦੇਖ ਲਿਆ ਨਾ ਚੱਕ ਕੇ ਕੰਧ ਨਾ ਮਾਰੋ ਚਲੋ ਚੱਲੀਏ
ਜੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਬਹੁਤ ਸ਼ੌਂਕ ਹੈ ਨਾ ਤੈਨੂੰ ਟੋਰਚਰ ਤੇ ਰੈਗਿੰਗ ਕਰਨ ਦਾ। ਅਸਲ ਵਿੱਚ ਅੱਜ ਪਤਾ ਲੱਗਣਾ ਤੈਨੂੰ ਟੋਰਚਰ ਦੀ ਫੀਲਿੰਗ ਕੀ ਹੁੰਦੀ ਹੈ। ਕਾਲਜ ਪ੍ਰੈਜ਼ੀਡੈਂਟ ਚੌਂਟੀ, ਚੌਂਟੀ ਸਾਡੇ ਕੁੱਤੇ ਦਾ ਨਾਂ ਹੈ, ਉਹ ਵੀ ਭਾਵੁਕ ਤੇ ਇਮਾਨਦਾਰ ਹੈ ਜੋ ਕਿ ਤੂੰ ਨਹੀਂ। ਲੱਗਦਾ ਤੂੰ ਮੈਨੂੰ ਜਾਣਦਾ ਨਹੀਂ ਅਜੇ ਤੱਕ, ਕਿਉਂ ਮੌਤ ਦੇ ਮੂੰਹ ਵਿੱਚ ਹੱਥ ਪਾ ਰਿਹਾ। ਜਾਣਦੇ ਮੈਨੂੰ, ਜਾਣਦੇ ਮੈਨੂੰ, ਉਹਨੇ ਵੀ ਤੈਨੂੰ ਇਦਾਂ ਹੀ ਕਿਹਾ ਸੀ, ਤੂੰ ਜਾਣ ਦਿੱਤਾ ਸੀ। ਪਿਆਰ ਕਰਦਾ ਮੈਂ ਉਹਨੂੰ, ਉਹਨੂੰ ਤਾਂ ਵਿਚਾਰੀ ਨੂੰ ਪਤਾ ਵੀ ਨਹੀਂ, ਪਰ ਤੂੰ ਕੀ ਜਾਣੇ ਪਿਆਰ ਹੁੰਦਾ ਕੀ ਹੈ। ਯਾਦ ਕਰ, ਯਾਦ ਕਰ ਤੇਰੀ ਕਲਾਸ ਦੀ ਟੌਪਰ ਕੁਦਰਤ। ਕੁਦਰਤ ਮੇਰੀ ਬੈਸਟ ਫਰੈਂਡ, ਅੱਜ ਨਾ ਸਰ ਨੇ ਟੈਸਟ ਪਾਉਣਾ ਆ, ਤੂੰ ਮੈਨੂੰ ਨਕਲ ਮਰਵਾ ਦੀ ਪਲੀਜ਼। ਤੂੰ ਪੜ੍ਹ ਕੇ ਕਿਉਂ ਨਹੀਂ ਆਈ? ਯਾਰ ਦੇਖ, ਮੈਂ ਤੇਰੇ ਜਿੰਨੀ ਇੰਟੈਲੀਜੈਂਟ ਤਾਂ ਨਹੀਂ ਹਾਂ ਕਿ ਇੱਕ ਵਾਰ ਜੋ ਵੀ ਪੜ੍ਹਾਂ ਉਹ ਮੇਰੇ ਦਿਮਾਗ 'ਚ ਛੱਪ ਜੇ, ਸੋ ਪਲੀਜ਼ ਮਰਵਾ ਦੀ ਨਾ ਨਕਲ। ਚੱਲ ਠੀਕ ਹੈ। ਚੱਲ ਬਾਈ, ਕੀ ਦੇਖਣ ਲੱਗ ਰਿਹਾ? ਆ ਵੇਖ ਤੇਰੇ ਵੱਲ ਕਿਵੇਂ ਵੇਖ ਰਿਹਾ। ਓ ਪਲੀਜ਼ ਚੇਂਜ ਦ ਟੌਪਿਕ ਯਾਰ। ਅੱਛਾ ਮੇਰੀ ਗੱਲ ਸੁਣ, ਮੈਨੂੰ ਨਾ ਬਹੁਤ ਭੁੱਖ ਲੱਗੀ ਹੈ, ਲੈਕਚਰ ਤੋਂ ਬਾਅਦ ਕੁਝ ਖਾਣ ਚੱਲੀਏ। ਚਲ ਠੀਕ ਹੈ। ਭੁੱਖ ਲੱਗੀ ਹੈ ਕਿ ਤੋੜ ਲੱਗੀ ਹੈ? ਹਾਂ ਹਾਂ ਦੋਨੋਂ। ਬਹੁਤ ਸ਼ੌਂਕ ਹੈ ਨਾ ਤੈਨੂੰ ਫੀਮ ਖਾਣ ਦਾ। ਹਾਂ ਲੈ ਖਾ ਫਿਰ। ਓ ਹੈਲੋ, ਕੋਈ ਪਾਣੀ ਲੈ ਕੇ ਆਇਓ। ਓ ਸੋਰੀ, ਮੂਤ ਲੈ ਕੇ ਆਇਓ ਇਹਦੇ ਲਈ। ਜਿੰਨੀ ਗੰਦੀ ਤੇਰੀ ਸੋਚ ਹੈ ਨਾ, ਉਸ ਮੁਤਾਬਕ ਖਾਣਾ ਪੀਣਾ ਵੀ ਹੋਣਾ ਚਾਹੀਦਾ ਕਿ ਨਹੀਂ? ਤੂੰ ਜਾਣਦਾ ਨਹੀਂ ਮੈਨੂੰ, ਗਲਤ ਕਰ ਰਿਹਾ ਤੂੰ, ਗਲਤ ਕਰ ਰਿਹਾ। ਗਲਤ ਗਲਤ, ਤੈਨੂੰ ਅੱਜ ਪਤਾ ਲੱਗਾ ਗਲਤ ਕੀ ਹੁੰਦਾ? ਚੱਲ ਖਾ ਪੀ ਤੇ ਐਸ਼ ਕਰ, ਅੱਜ ਤੋਂ ਬਾਅਦ ਤੈਨੂੰ ਫੀਮ ਦੀ ਥਾਂ ਤੇ ਬੱਕਰੀ ਦੀਆਂ ਮਿੰਗਣਾਂ ਤੇ ਸ਼ਰਾਬ ਦੀ ਥਾਂ ਤੇ ਮੂਤ ਮਿਲੂ। ਹੈਲੋ ਹੈਲੋ, ਵਧੀਆ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਮਰ ਇਹ ਕੀ ਹੋ ਰਿਹਾ? ਮੇਰੇ ਭਰਾ ਦੀ ਹਾਲੇ ਤੱਕ ਕੋਈ ਉਪਸੁਪ ਨਹੀਂ ਮਿਲੀ, ਉਸਨੂੰ ਜ਼ਮੀਨ ਖਾ ਗਈ ਜਾਂ ਸਮਾਨ ਨਿਕਲ ਗਿਆ। ਬਾਜੀ ਤੁਸੀਂ ਟੈਨਸ਼ਨ ਨਾ ਲਓ, ਮੈਂ ਕਰਦਾ ਕੁਛ। ਗੱਲ ਸੁਣ, ਮੋਹਾਲੀ ਦਾ SSP ਮੇਰਾ ਯਾਰ ਦੋਸਤ ਹੈ, ਉਸ ਨੇ ਇੱਕ ਇੰਸਪੈਕਟਰ ਦੀ ਡਿਊਟੀ ਲਾਈ ਹੈ। ਉਸਦਾ ਨਾਂ ਹੈ ਅਨਕੇਤ ਸਿੰਘ ਦਿਓਲ, ਬੰਦਾ ਇਮਾਨਦਾਰ ਹੈ, ਬੇਨਤੀ ਕਰਕੇ ਇਨਵੈਸਟੀਗੇਸ਼ਨ ਅੰਦਰ ਖਾਤੇ ਕਰਵਾਉਣੀ ਹੈ। ਗੱਲ ਮੀਡੀਆ ਤੱਕ ਨਹੀਂ ਜਾਣੀ ਚਾਹੀਦੀ, ਜੇ ਗੱਲ ਮੀਡੀਆ ਤੱਕ ਪਹੁੰਚ ਗਈ ਤਾਂ ਮੇਰਾ ਤਾਂ ਸਾਰਾ ਬਿਜ਼ਨਸ ਚੌਪਟ ਹੋ ਜਾਣਾ, ਸਮਝ ਗਿਆ ਨਾ? ਬਾਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਮੈਂ ਦੇਖਦਾ। ਠੀਕ ਹੈ। ਹੈਲੋ ਅਨਿਕੇਤ। ਜੈ ਹਿੰਦ ਸਰ। ਜੈ ਹਿੰਦ। ਤੈਨੂੰ ਇੱਕ ਕੇਸ ਦੇ ਰਿਹਾ, ਬਹੁਤ ਅੰਡਰਗਰਾਊਂਡ ਤਰੀਕੇ ਨਾਲ ਕੇਸ ਸੋਲਵ ਕਰਨਾ ਹੈ। ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਦਾ ਛੋਟਾ ਭਰਾ ਹੈ, ਉਹਨੂੰ ਯੂਨੀਵਰਸਿਟੀ 'ਚੋਂ ਕਿਸੇ ਨੇ ਕਿਡਨੈਪ ਕਰ ਲਿਆ, ਉਸ ਨੂੰ ਲੱਭਣਾ ਹੈ। ਇਹ ਕੇਸ ਤੇਰੇ ਤੋਂ ਬਗੈਰ ਕੋਈ ਹੋਰ ਨਹੀਂ ਸੋਲਵ ਕਰ ਸਕਦਾ। ਡੋਂਟ ਵਰੀ ਸਰ, ਮੈਂ ਇਸ ਕੇਸ ਨੂੰ ਆਪਣੇ ਵੱਲੋਂ ਜਲਦ ਤੋਂ ਜਲਦ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਆਈ ਡੂ ਮਾਈ ਬੈਸਟ। ਗੁੱਡ, ਆਈ ਐਕਸਪੈਕਟ ਦਿਸ ਫਰੋਮ ਯੂ। ਥੈਂਕ ਯੂ ਸਰ। ਕਲੀਅਰ, ਯੂਨੀਵਰਸਿਟੀ ਜਾ ਕੇ ਆਉਣਾ। ਸਾਰੇ ਜਾਣੇ ਮੇਰੀ ਗੱਲ ਧਿਆਨ ਨਾਲ ਸੁਣੋ।
मैं पार्टी का प्रधान होने के नाते एक फैसला लिया, जिन्ना चेर जोंटी का कुछ पता नहीं लगता मैं कैंपस का प्रधान गोली अनाउंस करता। जे किसी कोई इतराज़ है तो हुण दसो। नहीं नहीं भाई, सानू कोई इतराज़ नहीं, थोड़ा हुक्म सिर मत्थे। ठीक है फिर अज ही स्टूडेंट्स इकट्ठे करो, अनाउंस कर दें। क्यों गोली भाई, जिम्मे थोड़ा सारा ठीक लगे। हाँ भाई मुंडे हो मुंडे चो समर केड़ा। मेरा ना जी समर, सत श्रीकाल जी। सत श्रीकाल, आओ बैठो। थैंक यू डिजाइनर। हाँ जी, जा सर वास्ते बढ़िया चाह फट के लेके आ। चाह जी हुणे लेना। ठीक है जी, जोंटी दे केस दी इन्वेस्टिगेशन मैं ही कर रहा जी। किते कांड तुसी तां नहीं कीता? किहो जी गल्लां करदे हो सर, जोंटी मेरे भरावां तों वी वध के है। मजाक करदा सी, तुसी तां सीरियस ही लै गए। अच्छा समर जी, मैनू इस केस बारे थोड़ा जिहा डिटेल विच दस सकदे हो? हाँ जी बिल्कुल, रिजल्ट तक जोंटी साढ़े नाल ही सी। सब किसने किया, कदों किया, क्यों किया, किसी ने कुछ पता नहीं? किसी ते कोई शक? शक तो किसी ते नहीं। चलो देखते हैं कि सप निकलता। चंगा हुण तो आना जाना लगे ही रहना, जिन्ना टाइम ये केस नहीं सोल्व होता। चाह बहुत स्वाद से माल पाए जी। की कहा सारे ਜੌਂਟੀ ਨੂੰ ਲੈ ਕੇ ਥੋੜ੍ਹਾ ਜਿਹਾ ਸਦਮੇ 'ਚ ਹੈ। ਮੈਂ ਤਾਂ ਕਰਕੇ ਐਵੇਂ ਦੀਆਂ ਗੱਲਾਂ ਕਰਦਾ। ਮੈਂ ਯਾਦ ਆਉਂਦੇ ਜੀ। ਠੀਕ ਹੈ ਚੱਲ ਵੀ ਦਲੇਰ ਸਿਆ। ਡਿਜ਼ਾਈਨਰ ਜੀ। ਹਾਂਜੀ ਬਾਈ, ਅੱਜ ਤਾਂ ਭੋਰਤੀ, ਜੇ ਅੱਗੇ ਤੋਂ ਇਹੋ ਜਿਹੀ ਗਲਤੀ ਕੀਤੀ ਨਾ ਸੜਦੇ ਸਾਰੇ ਡਿਜ਼ਾਈਨ 'ਚ ਝਾੜ ਦਿਉ। ਸੋਰੀ ਬਾਈ, ਫਲੋਜ 'ਚ ਨਿਕਲ ਗਿਆ ਸਾਲਾ। ਫਿਰ ਉਹਦਾ ਉਲਟੀ ਕਰਨ ਲੱਗਿਆ, ਮਿੱਟ ਮਾਰਦਾ। ਚੱਲੀਏ ਬਾਈ। ਚਲੋ ਓਏ ਚਲ ਹੁਣ। ਮੇਰੇ ਸਾਲੇ ਦੀ ਨੂੰ ਜਦ ਵੀ ਦੇਖਦਾ ਨਿਚੋੜ ਕੇ ਰੱਖ ਦਿੰਦੀ ਹੈ। ਜੌਂਟੀ ਛੱਡ ਯਾਰ, ਸ਼ਰੀਫ ਕੁੜੀ ਆ ਵਿਚਾਰੀ, ਤੇਰੇ ਨਹੀਂ ਹੱਥ ਆਉਣੀ। ਉਹ ਤੂੰ ਮੋਟੀਵੇਸ਼ਨ ਤਾਂ ਕੀ ਦੇਣੀ ਆ, ਤੂੰ ਸਾਲਿਆ ਡਰਾਉਣ ਲੱਗ ਜਾ ਕਰ। ਮੈਂ ਤਾਂ ਤੈਨੂੰ ਸਹੀ ਰਹਿ ਦਿੰਦਾ ਜੌਂਟੀ, ਫਿਰ ਵੀ ਬੰਦਾ ਹੌਸਲਾ ਤਾਂ ਦੇ ਸਕਦਾ। ਚੱਲ ਚੰਗਾ, ਦੇਖ ਲੈ ਫਿਰ ਟਰਾਈ ਬਾਲ ਪਾ ਕੇ ਤੂੰ ਵੀ। ਅੱਜ ਚੱਲ ਆ ਪਿੱਛੇ। ਉਹ ਸ਼ਿੱਟੀ ਯਾਰ, ਕੁਦਰਤ ਉਹ ਆਪਣੇ ਪਿੱਛੇ ਆ ਰਹੇ ਨੇ, ਆਪਾਂ ਨੂੰ ਫੋਲੋ ਕਰ ਰਹੇ ਨੇ ਯਾਰ। ਮਨੂ ਪਲੀਜ਼ ਇਗਨੋਰ ਕਰ। ਹੈਲੋ, ਮੈਂ ਆਰਡਰ ਦੇ ਕੇ ਆਉਂਦੀ ਹਾਂ। ਭਗਾਈ ਨਾਲੋਂ ਅੱਜ ਸਾਲਾ ਇੱਕ ਪਾਸਾ ਕਰ ਹੀ ਦੇਈਏ, ਕਿਉਂ ਡਿਜਾਈਨ ਨਾਲ ਕੁਦਰਤ ਉਹ ਫੇਰ ਆ ਗਏ ਨੇ ਪਿੱਛੇ ਯਾਰ। ਹੈਲੋ, ਮੈਨੂੰ ਤਾਂ ਤੂੰ ਜਾਣਦੀ ਹੋ ਆ ਜੌਂਟੀ। ਫੇਰ ਕੀ, ਮੈਨੂੰ ਵਧੀਆ ਲੱਗਦੀ ਪਰ ਮੈਨੂੰ ਤੂੰ ਨਹੀਂ ਵਧੀਆ ਲੱਗਦਾ। ਤੈਨੂੰ ਪਤਾ ਵੀ ਹੈ ਕੌਣ ਹੈ? ਤੁਸੀਂ ਸਮਝ ਕੇ ਰੱਖਿਆ ਆਪਣੇ ਆਪ ਨੂੰ ਕੁਦਰਤ। ਕੁਦਰਤ ਪਲੀਜ਼। ਨਹੀਂ ਨਹੀਂ ਮਨੂ, ਬੋਲਣ ਦੇ ਅੱਜ ਮੈਨੂੰ। ਤੁਹਾਨੂੰ ਮੈਨਰਸ ਨਹੀਂ ਕਿ ਕੁੜੀ ਨਾਲ ਕਿਵੇਂ ਗੱਲ ਕਰਦੇ? ਤੁਸੀਂ ਇਸ ਕੈਂਪਸ ਨੂੰ ਆਪਣੇ ਪਿਓ ਦੀ ਜਗੀਰ ਸਮਝਿਆ ਹੋਇਆ? ਮੈਨੂੰ ਤੰਗ ਕਰਨਾ ਬੰਦ ਕਰੋ। ਮੈਂ ਇੱਥੇ ਪੜ੍ਹਨ ਆਉਣੀ ਹੈ, ਤੁਹਾਡੇ ਵਾਂਗੂ ਆਸ਼ਕਿਆ ਕਰਨ ਨਹੀਂ। ਚੱਲ ਮਨੂ। ਜਵਾਬ ਦੇਣ ਦੀ ਜਿੱਥੇ ਸਾਡੀ ਬੇਇੱਜ਼ਤੀ ਹੋਈ ਆ ਉਸੇ ਥਾਂ ਤੇ ਨੰਗੀ ਕਰੂ ਸਲੀ ਨੂੰ। ਉਹ ਬਸ ਕਰ ਭਰਾਵਾ, ਪੈ ਜਾ ਕੇ ਕੱਲ ਦੀ ਕੱਲ ਦੇਖ ਲਾਂਗੇ। टेंशन देने का वाट लगा देंगे साली की वाट। हम्म,
ਛੱਡਦਾ ਨਹੀਂ, ਸਾਰਿਆਂ ਦੇ ਸਾਹਮਣੇ ਜਲੀਲ ਕਰੂੰ ਸਲੀ ਨੂੰ। ਦੇਵਿੰਦਰ ਜੌਂਟੀ ਨੂੰ ਲੈ ਰੂਮ 'ਚ, ਬਸ ਬਹੁਤ ਹੋ ਗਿਆ। ਜੌਂਟੀ ਭਾਈ ਜੌਂਟੀ ਚੱਲ ਖੜਾ ਹੋ, ਖੜਾ ਹੋ ਜੌਂਟੀ ਖੜਾ ਚਲੋ। ਨਹੀਂ ਨਹੀਂ ਕਰਦੇ ਉਸ ਦਿਨ ਆਈ ਟਾਲੋ ਸ਼ਰਧਾ ਭਾਈ ਹੋਲਡ ਯੂ ਵਾਟ ਲਗਾਣੇਗਾ ਭਾਈ। ਉਹ ਬੁੰਦੀ ਤੇਰੇ ਆ ਡਿਜ਼ਾਈਨਰ ਦਾ ਵੀ ਔਖਾ ਹੀ ਹੈ, ਸਾਲਾ ਲਾ ਕੇ ਦੋ ਲੰਡੂ ਜਿਹੇ ਪੈਕਟ ਵਾਸਤੇ ਵਾਲਾ ਸਾਂਝੇ ਦੱਤੇ ਬਣ ਜਾਂਦਾ ਹੈ। ਕੀ ਚੱਲ ਪੈ ਜਾ ਕੇ ਤੂੰ ਵੀ ਚੱਲ ਵੇ ਸੰਜੇ ਦੱਤ, ਸੰਜੇ ਕੁਮਾਰ ਆਪਾਂ ਹੀ ਪਈਏ ਯਾਰ ਜਾ ਕੇ। ਮੈਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਮੇਰੇ ਵਿੱਚ ਇੰਨੀ ਹਿੰਮਤ ਤੇ ਦਲੇਰੀ ਕਿੱਥੋਂ ਆ ਗਈ, ਗੁੱਸੇ 'ਚੋਂ ਕੀ ਬੋਲ ਗਈ, ਹੁਣ ਅੱਗੇ ਕੀ ਹੋਣਾ ਰੱਬ ਹੀ ਜਾਣਦਾ। ਕੁਦਰਤ ਤੈਨੂੰ ਫਰੈਂਡ ਹੋਣ ਦੇ ਨਾਂ 'ਤੇ ਇੱਕ ਸਲਾਹ ਦੇਵਾਂ। ਕੀ? ਤੂੰ ਇਹ ਯੂਨੀਵਰਸਿਟੀ ਛੱਡ ਕੇ ਪਿੰਡ ਚਲੀ ਜਾ। ਕਿਉਂ ਮਨੂ, ਮੈਂ ਇਹੋ ਜਿਹਾ ਵੀ ਕੀ ਗੁਨਾਹ ਕਰ ਦਿੱਤਾ? ਕੁਦਰਤ ਉਹ ਜਾਨਵਰਾਂ ਤੋਂ ਵੀ ਵੱਧ ਕੇ ਨੇ, ਕੀ ਪਤਾ ਕਦੋਂ ਕਿੱਥੇ ਕੀ ਕਰਦੇ। ਦੀਦੀ ਮਨੂ ਦੀ ਸਹੀ ਕਹਿ ਰਹੇ ਨੇ, ਸਾਰੀ ਯੂਨੀਵਰਸਿਟੀ 'ਚ ਉਹਨਾਂ ਦਾ ਹੀ ਗੁੰਡਾ ਰਾਜ ਹੈ। ਤੁਸੀਂ ਸੱਚਰੇ ਸੱਚਰੇ ਚਲੇ ਜਾਓ। ਵਾਹ ਏ ਮੇਰਿਆ ਰੱਬਾ, ਮੇਰਾ ਭਾਰਤ ਮਹਾਨ, ਮੇਰਾ ਭਾਰਤ ਵਾਕਈ ਮਹਾਨ ਹੈ, ਜਿੱਥੇ ਆਜ਼ਾਦੀ ਨੂੰ ਨਹੀਂ ਗੁਲਾਮੀ ਨੂੰ ਬੜਾਵਾ ਦਿੱਤਾ ਜਾਂਦਾ, ਔਰਤ ਨੂੰ ਔਰਤ ਹੋਣ ਦਾ ਸ਼ਰਾਪ ਦਿੱਤਾ ਜਾਂਦਾ। ਆਈ ਨੋ ਤੁਸੀਂ ਆਪਣੀ ਜਗ੍ਹਾ ਸਹੀ ਹੋ, ਮੇਰੇ ਭਲੇ ਲਈ ਕਹਿ ਰਹੇ ਹੋ, ਪਰ ਮੈਂ ਆਪਣੇ ਡੈਡ ਦੇ ਸੁਪਨਿਆਂ ਨੂੰ ਮਾਰ ਵੀ ਨਹੀਂ ਸਕਦੀ। ਮਨੂ ਆਪਣਾ ਲਾਸਟ ਈਅਰ ਹੈ, ਤੂੰ ਖੁਦ ਦੱਸ ਇੱਕ ਛੋਟੀ ਜਿਹੀ ਗੱਲ ਪਿੱਛੇ ਇੱਦਾਂ ਅੱਧ ਵਿੱਚ ਘਰ ਛੱਡ ਕੇ ਕਿਵੇਂ ਚਲੀ ਜਾਵਾਂ। ਸਰ ਟੌਪਿਕ ਸ਼ੁਰੂ ਕਰ ਲੈਂਦੇ ਨੇ ਪਰ ਐਕਸਪਲੇਨ ਨਹੀਂ ਕਰਨਾ ਆਉਂਦਾ। ਸਹੀ ਗੱਲ ਹੈ ਯਾਰ, ਮੈਨੂੰ ਵੀ ਨਾ ਨੀਂਦ ਆਉਣ ਲੱਗ ਜਾਂਦੀ ਹੈ ਸੰਧੂ ਸਰ ਦੇ ਲੈਕਚਰ 'ਚ। ਪਲੀਜ਼ ਯਾਰ ਕੋਈ ਹੋਰ ਗੱਲ ਕਰੋ, ਕਿੰਨਾ ਬੋਰ ਕਰ ਰਹੀ ਹੋ ਤੁਸੀਂ। ਮਨੂ ਤੂੰ ਸਟੱਡੀ ਤੋਂ ਇੰਨਾ ਭੱਜਦੀ ਕਿਉਂ ਹੈ? ਦੇਖ ਐਮਏ ਪੀਐਚਡੀ ਕਰਕੇ ਵੀ ਰਹਿਣਾ ਤਾਂ ਬੇਰੋਜ਼ਗਾਰੀ ਆ, ਕੀ ਫਾਇਦਾ ਫਿਰ ਫਾਲਤੂ ਦੀਆਂ ਟੈਨਸ਼ਨਾਂ ਲੈਣ ਦਾ। ਓ ਅੱਛਾ, ਕਿੰਨੀ ਇੰਟੈਲੀਜੈਂਟ ਹੋ ਗਈ ਹੈ ਮੇਰੀ ਫਰੈਂਡ। ਤੂੰ ਕਿਹੜਾ ਘੱਟ ਇੰਟੈਲੀਜੈਂਟ ਆ, ਬੈਠੋ ਇੱਧਰ ਟੌਪ ਕਰ ਕਲਾਸ ਦੀ। ਉਹਨੂੰ ਤਾਂ ਲੱਗ ਗਿਆ ਪਲੀਜ਼ ਮੈਨੂੰ ਜਾਣ ਦਿਓ। ਸੌਰੀ ਬਸ। ਹੈਲੋ ਬਿਊਟੀਫੁਲ ਗਰਲਸ, ਤੈਨੂੰ ਬੇਇੱਜ਼ਤੀ ਕਰਨ ਦਾ ਬਹੁਤ ਸ਼ੌਕ ਹੈ ਨਾ, ਚੱਲ ਜੇ ਚੀਖੀ ਜਾਂ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੋ ਤੇਰੇ ਪਿਓ ਦੀ ਅੱਖੀ ਛੋੜ ਦੂੰ। ਚੱਲ ਪਿਆਰ ਕਰ ਜੌਂਟੀ, ਛੱਡ ਗੱਲ ਸੁਣੋ ਵੀ ਡੀਅਰ ਸਟੂਡੈਂਟਸ, ਇੱਥੇ ਕਿਸੇ ਨੇ ਕੁਛ ਨਹੀਂ ਦੇਖਿਆ, ਜੇ ਬਾਲਾ ਨਾ ਹੱਕ ਜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਹੱਕ ਹਲਾਲ ਕਰ ਦਾਂਗੇ। ਅੱਜ ਤੋਂ ਬਾਅਦ ਯੂਨੀ 'ਚ ਮੈਨੂੰ ਕਿਤੇ ਵੀ ਦਿਖਾਈ ਦਿੱਤੀ ਨਾ ਤਾਂ ਤੇਰੇ ਨਾਲ ਆਹੀ ਕੁਛ ਹੋਊ, ਕਿਉਂਕਿ ਜਿਵੇਂ ਜਿਵੇਂ ਤੂੰ ਮੈਨੂੰ ਦਿਖਾਈ ਦੇਵੇਂਗੀ ਮੇਰੇ ਪਿਆਰ ਦਾ ਅਸਰ ਵੱਧਦਾ ਹੀ ਜਾਊਗਾ। ਚੌਂਟੀ ਛੱਡ ਇਹਨੂੰ, ਚੱਲ ਉਹ ਚੁੱਪ ਹੋਏ, ਚੁੱਪ ਕਰ, ਚੁੱਪ, ਤੈਨੂੰ ਰੋਣ ਦਾ ਕੋਈ ਹੱਕ ਨਹੀਂ, ਰੋਂਦੇ ਤਾਂ ਬੇਕਸੂਰ ਹੁੰਦੇ ਨੇ, ਤੂੰ ਤਾਂ ਫਿਰ ਵੀ ਕਸੂਰਵਾਰ ਹੈ, ਤੂੰ ਤਾਂ ਸਿਰਫ ਚੀਕ ਚੀਕ।
कमल क्यों कुछ याद आया चल पी एंजॉय कर कम ऑन कमल लेट्स एंजॉय डार्लिंग नहीं नो थैंक्स मेनु ये सब पसंद नहीं है एक मिनट मैं देख के आऊंगी सॉरी मेनू ना कर दिया तेरी मां दी पैग तो तू लाएंगी कमल डार्लिंग जौंती नु ना सुनन दी आदत नहीं सॉरी कमल मैनू नहीं पता सी तैनू एहो जिहा माहौल पसंद नहीं है इट्स ओके रितिका जे मैनू पता हुंदा कि नाइट आउट पार्टी इन्हां दे नाल है तां मैं कदे वी ना आउंदी डिजाइनर हां जी बहुत चल तू हुन रेस्ट कर ले जे कोई भी प्रॉब्लम हुई तां कॉल मी ठीक है गल सुन मूड बनिया होया तो रितिका नू कवर कर मैं चल मार दा भाई कोई चक्कर नहीं चक देंगे पट्टे समझो रितिका रखी ठीक है रितिका गल सुनियो चल मैं हुनी आई हाँ डिजाइनर की है यार इतने खड़े हो तुसी चलो जो डांस कर दें हाँ हाँ चलो कम ऑन एंजॉय द पार्टी तेनू मनाउण तू गुस्से होके आ गई है पैग भी नहीं लाया चल मैं तेनू कहा ना मैनू ये सब पसंद नहीं प्लीज इत्थों चला जा चुपचाप पी चल रितिका तो उधर डिजाइनर नाल लगी हुई है प्लीज ओ माय बेबी अभी तो पार्टी शुरू हुई है प्लीज मेरे जान दे स्वाद आ गया इन्ना का कम सी सली हुई रोला पाई गई पियोन दा बहुत शौक है ना चल पी एंजॉय कर जान दिया तेनू मैं
ਬੇਕਮ ਵੀਰੇ ਮੂੰਹ ਫੜਨਾ ਇਹਦਾ। ਚੱਲ ਮੂੰਹ ਖੋਲ। ਪੀ 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 ਪੀ। ਬਸ 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 ਕਮਲ ਸੰਭਾਲ ਆਪਣੇ ਆਪ ਨੂੰ, ਹਲੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ। ਥੈਂਕ ਯੂ ਵੀਰੇ। ਥੈਂਕ ਯੂ ਵੀ ਕਹਿ ਰਹੀ ਹੈ ਤੇ ਵੀਰਾ ਵੀ ਕਹਿ ਰਹੀ ਹੈ, ਝੱਲੀ ਨਾ ਹੋਵੇ ਤਾਂ। ਜੌਂਟੀ ਦਾ ਕੈਂਪਸ ਵਿੱਚ ਬਿਹੇਵ ਕਿਹੋ ਜਿਹਾ ਸੀ? ਸਰ ਉਹ ਤਾਂ ਬਹੁਤ ਹੀ ਰੂਡ ਤੇ ਘਟੀਆ ਕਿਸਮ ਦਾ ਇਨਸਾਨ ਸੀ। ਅੱਛਾ, ਉਹ ਕਿੱਦਾਂ? ਸਰ ਸਭ ਨੂੰ ਪਤਾ ਹੈ ਸਿਕਿਉਰਿਟੀ ਗਾਰਡ ਤੋਂ ਲੈ ਕੇ ਵਾਈਸ ਚਾਂਸਲਰ ਤੱਕ ਕਿ ਜੌਂਟੀ ਕਿੰਨਾ ਕੁ ਹੋਣਹਾਰ ਸਟੂਡੈਂਟ ਸੀ। ਇਹ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਅੱਛਾ, ਉਹ ਕਿਵੇਂ? ਸਰ ਜੌਂਟੀ ਇੱਕ ਨੰਬਰ ਦਾ ਘਮੰਡੀ ਤੇ ਹੰਕਾਰੀ ਮੁੰਡਾ ਸੀ ਤੇ ਹਰੇਕ ਨਾਲ ਧੱਕਾ ਕਰਨਾ ਉਹਦੀ ਫਿਤਰਤ ਸੀ। ਪਰ ਸਰ ਇਹੋ ਜਿਹੇ ਨੀਚ ਬੰਦੇ ਦੀ ਇਨਵੈਸਟੀਗੇਸ਼ਨ ਕਰਨ ਦਾ ਤੁਹਾਨੂੰ ਕੀ ਫਾਇਦਾ? ਇਟਸ ਮਾਈ ਡਿਊਟੀ। ਬਾਕੀ ਰਹੀ ਗੱਲ ਜੌਂਟੀ ਨੂੰ ਕਿਡਨੈਪ ਕਰਨ ਦੀ, ਉਹਨੂੰ ਕਿਸ ਨੇ ਤੇ ਕਿਸ ਦੇ ਸਹਿਯੋਗ ਨਾਲ ਕੀਤਾ, ਮੈਂ ਬਹੁਤ ਜਲਦ ਪਤਾ ਕਰ ਹੀ ਲੈਣਾ। ਐਨੀਵੇ ਇਸ ਕੇਸ ਬਾਰੇ ਤੁਹਾਨੂੰ ਕੁਛ ਵੀ ਪਤਾ ਲੱਗਿਆ ਤਾਂ ਮੈਨੂੰ ਜ਼ਰੂਰ ਇਨਫੋਰਮ ਕਰਿਓ। ਥੈਂਕ ਯੂ। ਛੱਡੋ ਯਾਰ, ਆਪਣਾ ਤਾਂ ਸਾਲਾ ਸਿਸਟਮ ਸਾਰਾ ਖੋਖਲਾ ਹੋ ਚੁੱਕਿਆ। ਚਲੋ ਚੱਲੀਏ, ਕਲਾਸ ਦਾ ਟਾਈਮ ਹੋ ਰਿਹਾ, ਸਾਨੂੰ ਜਾਣਾ। ਚਲੋ ਚੱਲੀਏ। ਡੋਂਟ ਵਰੀ ਸਰ, ਸਾਡਾ ਸਾਰਾ ਸਮਾਨ ਇੱਕ ਨੰਬਰ ਦਾ, ਅਗਲੀ ਵਾਰ ਤੁਸੀਂ ਆਪ ਡਬਲ ਆਰਡਰ ਕਰਨਾ। ਥੈਂਕ ਯੂ। ਆਉਣਾ ਕਦੇ ਟਾਈਮ ਕੱਢ ਕੇ, ਕਦੇ ਮਿਲ ਕੇ ਕਰਦੇ ਹਾਂ ਗੱਲ। ਓਕੇ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਲਉਂਗੇ? ਨਹੀਂ ਬਾਈ, ਥੈਂਕ ਯੂ ਜੀ, ਕੁਛ ਨਹੀਂ। ਉਹ ਸੰਗੋ ਨਾ, ਵੈਸੇ ਤਾਂ ਮੈਨੂੰ ਪਤਾ ਹੀ ਹੈ ਬਾਈ, ਜੇ ਗੱਲ ਤਾਂ ਮੁਕਾ ਲਓ ਕੁਛ। ਹੈਲੋ ਪਟੇਲ ਪਾਰਟੀ, ਅਸਮਾਨ ਭੇਜੋ ਛੇਤੀ। ਹੋਰ ਫਿਰ? ਹਾਂ ਸੱਚ, ਉਹ ਇੰਸਪੈਕਟਰ ਕੁਛ ਕਰ ਰਿਹਾ ਕਿ ਨਹੀਂ? ਪਤਾ ਨਹੀਂ ਬਾਈ ਜੀ, ਕੁਛ ਸਮਝ ਨਹੀਂ ਆ ਰਿਹਾ ਮੈਨੂੰ ਤਾਂ। ਇਹ ਰਾਜਨੀਤੀ ਅਤੇ ਬਿਜ਼ਨਸ ਨਾ ਗਰਮ ਖੂਨ ਦੇ ਬੰਦਿਆਂ ਦਾ ਕੰਮ ਨਹੀਂ, ਇੱਕ ਇੱਕ ਕਦਮ ਸੌ ਸੌ ਵਾਰੀ ਸੋਚ ਕੇ ਪੁੱਟਣਾ ਪੈਂਦਾ। ਅਤੇ ਮੇਰਾ ਜੌਂਟੀ ਭਰਾ ਵੀ ਥੋੜ੍ਹਾ ਜਿਹਾ ਕੁਝ ਜ਼ਿਆਦਾ ਗਰਮ ਖੂਨ ਦਾ ਹੈ। ਵੈਸੇ ਇਹਦੇ ਵਿੱਚ ਉਹਦਾ ਵੀ ਕੋਈ ਕਸੂਰ ਨਹੀਂ, ਕਸੂਰ ਹੀ ਮੇਰਾ ਹੈ ਅਤੇ ਭੁਗਤ ਵੀ ਤਾਂ ਮੈਂ ਹੀ ਰਿਹਾ। ਹਾਂ ਸੱਚ, ਉਹ ਕੈਂਪਸ 'ਚ ਤੁਹਾਡੇ ਬਰਾਬਰ ਦਾ ਉਹ ਗਰੁੱਪ ਕਿਹੜਾ ਹੈ? ਨਹੀਂ ਬਾਈ, ਕੋਈ ਵੀ ਨਹੀਂ, ਕੋਈ ਵੀ ਨਹੀਂ, ਸਾਰੇ ਪਾਸੇ ਆਪਣੀ ਡੰਕਾ ਵੱਜਦਾ। ਇਸੇ ਗੱਲ ਦੀ ਤਾਂ ਸਮਝ ਨਹੀਂ ਆ ਰਹੀ। ਸਮਰ ਕੁਛ ਕਰੋ ਯਾਰ, ਮੈਨੂੰ ਮੇਰਾ ਭਰਾ ਜੌਂਟੀ ਚਾਹੀਦਾ। ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਣਾ। ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓ, ਉਹ ਮੇਰੀ ਟੈਨਸ਼ਨ, ਬਸ ਮੈਨੂੰ ਮੇਰਾ ਭਰਾ ਲਿਆ ਕੇ ਦੇ ਦਿਓ। ਬਾਈ ਤੁਸੀਂ ਟੈਨਸ਼ਨ ਨਾ ਲਓ, ਅਸੀਂ ਜ਼ਰੂਰ ਲੈ ਕੇ ਆਵਾਂਗੇ। ਬਾਈ ਮੁੰਡੇ ਨੂੰ ਤਾਂ ਮੈਂ ਕੰਮ 'ਤੇ ਲਾਇਆ ਹੋਇਆ, ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ, ਹੁਣ ਵੀ ਕਿਤੇ ਨਾ ਕਿਤੇ ਉਹਨੂੰ ਲੱਭ ਹੀ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ, ਜੋ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ 'ਤੇ ਇੱਥੇ ਸਾਰੇ ਜਣੇ ਇਕੱਠੇ ਹੋਏ ਹੋ। ਆਪਣੇ ਇੱਥੇ ਇਕੱਠੇ ਹੋਣ ਦਾ ਮਕਸਦ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੌਂਟੀ ਕਿਸੇ ਸਾਜਿਸ਼ ਦਾ ਸ਼ਿਕਾਰ ਹੋ ਗਿਆ, ਅਤੇ ਜਦੋਂ ਤੱਕ ਜੌਂਟੀ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕੈਂਪਸ ਦਾ ਪ੍ਰਧਾਨ ਗੁਰਪਿੰਦਰ ਗੋਲੀ ਨੂੰ ਐਲਾਨ ਕਰਦਾ। ਗੋਲੀ ਪ੍ਰਧਾਨ ਜਿੰਦਾਬਾਦ, ਗੋਲੀ ਪ੍ਰਧਾਨ ਜਿੰਦਾਬਾਦ, ਗੋਲੀ ਪ੍ਰਧਾਨ ਜਿੰਦਾਬਾਦ। ਤਾੜੀਆਂ 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 ਤਾੜੀਆਂ, ਗੋਲੀ ਬਾਈ ਤਾੜੀਆਂ, ਗੋਲੀ ਬਾਈ, ਗੋਲੀ ਬਾਈ, ਗੋਲੀ ਬਾਈ ਜਿੰਦਾਬਾਦ, ਗੋਲੀ ਪ੍ਰਧਾਨ ਜਿੰਦਾਬਾਦ। ਹੁਣ ਗੁਰਪਿੰਦਰ ਗੋਲੀ ਤੁਹਾਡੇ ਸਾਰਿਆਂ ਨਾਲ ਦੋ ਸ਼ਬਦ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਤਾਂ ਮੈਂ ਸਮਰ ਬਾਈ ਅਤੇ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਦੇ ਕਾਬਲ ਸਮਝੇ। ਮੈਨੂੰ ਇਸ ਦੀ ਰੱਤੀ ਭਰ ਵੀ ਖੁਸ਼ੀ ਨਹੀਂ, ਸਗੋਂ ਬਹੁਤ ਜ਼ਿਆਦਾ ਦੁੱਖ ਹੈ। ਜੌਂਟੀ ਦਾ ਇਸ ਤਰ੍ਹਾਂ ਕਿਡਨੈਪ ਹੋ ਜਾਣਾ ਸਾਡੇ ਸਾਰਿਆਂ ਲਈ ਬਹੁਤ ਵੱਡਾ ਸਵਾਲ ਬਣਿਆ ਹੋਇਆ। ਇਹ ਘਿਨਾਉਣੀ ਹਰਕਤ ਕਿਸਨੇ ਅਤੇ ਕਿਉਂ ਕੀਤੀ ਇਹਦਾ ਤਾਂ ਅਸੀਂ ਬਹੁਤ ਜਲਦੀ ਪਤਾ ਲਵਾ ਹੀ ਲਵਾਂਗੇ। ਬਾਕੀ
ਤੁਸੀਂ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਸਭ ਦਾ ਬਹੁਤ ਜੈ ਹੋ ਜੈ ਹੋ ਗੋਲੀ ਪ੍ਰਧਾਨ ਜੈ ਹੋ ਜੈ ਹੋ। ਓਏ ਆ ਕੀ ਕਹੀ ਜਾਂਦੇ ਹੋ, ਨਾਲੇ ਆ ਰੰਗਰਲੀਆਂ ਮਨਾਉਣ ਦਾ ਟਾਈਮ ਨਹੀਂ ਹੈਗਾ। ਜਿਹੜਾ ਤੁਹਾਡਾ ਬਾਪ ਗਾਇਬ ਹੋਇਆ ਨਾ, ਉਹਦੇ ਬਾਰੇ ਸੋਚੋ, ਉਹਨੂੰ ਲੱਭੋ ਪਹਿਲਾਂ ਜਾ ਕੇ। ਸਾਲੇ ਬਕਵਾਸ ਕਰੀ ਜਾਂਦੇ, ਲੱਗਦਾ ਮੈਨੂੰ ਹੀ ਕਰਨਾ ਪੈਣਾ ਕੁਛ। ਜਿੱਤੇ ਅੱਜ ਆਪਾਂ ਬਾਈ ਕੋਲ ਚੱਲ ਕੇ ਆਉਣਾ। ਗੋਲੀ ਬਾਈ ਸਤਿ ਸ਼੍ਰੀ ਅਕਾਲ। ਬਾਈ ਮੈਂ ਤਾਂ ਕਹਿੰਦਾ ਜੀ ਪ੍ਰਧਾਨ ਸਾਹਿਬ ਬਣੀ ਤੁਹਾਡੇ ਲਈ ਹੈ, ਚਾਹੇ ਅੱਗੇ ਲਾ ਲਓ। ਪ੍ਰਧਾਨ ਗੋਲੀ ਚਾਹੇ ਪਿੱਛੇ ਲਾ ਲਓ। ਗੋਲੀ ਪ੍ਰਧਾਨ ਜਮੰਟ ਗੱਲਬਾਤ ਹੋ ਗਿਆ ਬਾਈ, ਫੂਕ ਛਕਾਉਣੀ ਬੰਦ ਕਰੋ, ਕੰਮ ਦੱਸੋ ਕੀ ਹੈ। ਬਾਈ ਜਿੱਤੇ ਆ, ਇੱਕ ਚੱਕਮੀ ਜੀ ਪਾਰਟੀ ਤੋਂ ਬਣਤੀ ਹੈ। ਦੇਖੋ ਪ੍ਰਧਾਨ ਸਾਹਿਬ, ਅਸੀਂ ਆਪਣਾ ਪੂਰਾ ਜ਼ੋਰ ਲਾ ਦਿੱਤਾ, ਉਹ ਸਾਡਾ ਨਾਰੇ ਲਾਲਾ ਥੁੱਕ ਲਿਆ, ਬਾਕੀ ਸਾਨੂੰ ਤਾਂ ਵੀ ਨਹੀਂ ਮਿਲੀ। ਡਿਜੈਨਰ ਬਾਈ ਡਿਜੈਨਰ ਕੀ ਕਹਿੰਦਾ, ਪਾਰਟੀ ਬਣ ਦਿਓ ਪਾਰਟੀ ਬਣ ਦਿਓ। ਗੋਲੀ ਬਾਈ ਫਿਰ ਬਣਾ ਲੈਣੇ ਹੱਥ ਨੇ ਪ੍ਰੋਗਰਾਮ। ਉਹ ਸਾਲੇ ਆਪ ਬਾਈ ਤਾਂ ਕਹਿ ਕੇ ਗਿਆ ਵੀ ਰੰਗ ਰਲੀਆਂ ਮਨਾਉਣੀਆਂ ਨਹੀਂ, ਉਹਨੂੰ ਕਿਹੜਾ ਪਤਾ ਲੱਗਣ ਦੇਣਾ ਆਪਾਂ। ਸਾਰੇ ਦੇਖ ਰਹੇ ਨੇ, ਅੱਜ ਨਾ ਰੋਕ। ਓਏ ਅੱਜ ਤਾਂ ਬਾਲੀ ਖੁਸ਼ੀ ਹੋਈ ਪਈ ਆ। ਚੁੱਪ, ਚਲੋ ਕਰੋ ਇੰਜੋਏ। ਹਾਂ ਬਾਈ, ਇਹ ਸੜੇ ਇੰਨੇ ਸੱਚੀ ਖੁਸ਼ ਨੇ ਕਿ ਡਰਾਮਾ ਕਰ ਰਹੇ ਨੇ ਓਏ। ਓ ਬਾਈ ਤੁਸੀਂ ਕੀ ਲੈਣਾ, ਤੁਸੀਂ ਚੱਲ ਮਾਰੋ ਚੱਲ। ਆਏ ਤਿਤਾਰਾ 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 ਰਾ 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 ਤਿਤਾਰਾ 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 ਰਾ 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 ਰਾ। ਝੁੱਲੇ ਕੁੜੀਏ ਓ ਕੁੜੀਏ ਮੇਰੀ ਚ ਕੋਈ ਨੀ ਲੱਭਣਾ ਤੇਰੇ ਨਾਲ ਨਾਲ ਤੇਰੇ ਨਾਲ ਮੈਂ ਹੀ ਫੱਬਣਾ।
ਹੈਲੋ ਹਾਂਜੀ ਬਾਈ ਜੀ। ਹਾਂ ਗੋਲੀ ਕਿੱਥੇ ਹੋ? ਕੋਠੀ ਵਾਲੇ ਆ ਰਹੇ ਜੀ, ਤੁਸੀਂ ਕਿੱਥੇ ਹੋ? ਮੈਂ ਕੋਠੀ ਹਾਂ, ਛੇਤੀ ਆ। ਆ ਗਈ ਜੀ, ਆ ਗਈ ਬਸ। ਰਜਿੰਦਰ, ਉਹ ਰਜਿੰਦਰ, ਉਹ ਰਜਿੰਦਰ ਕੌਣ ਹੈ ਰੇ ਮਾਮੂ? ਇਸ ਕੇ ਬਹਿਨ ਕੀ ਸਲੇਖ ਸਾਲਿਆ, ਘੱਟ ਡਫ ਲੈਂਦਾ। ਸੌਰੀ ਬਾਈ, ਉਲਟੀ ਨਾ ਕਰਦੀ ਹੁਣ ਗੱਡੀ 'ਚ। ਕਰੂੰ ਮੈਂ ਕਰੂੰ, ਇਹ ਮੇਰਾ ਮਨ ਕੀਤਾ ਮੈਂ ਮੂਤ ਵੀ ਕਰੂੰ। ਸਾਲਿਆ ਪਹਿਲਾਂ ਬਾਈ ਬਾਈ ਕਰਦਾ ਸੀ, ਹੁਣ ਮੂਤ ਨੂੰ ਫਿਰਦਾ? ਟਾਇਆ ਟਾਇਆ ਪੁੱਤ, ਤਾਂ ਮਾਫ਼ ਕਰਦਾ ਨਾ ਤੈਨੂੰ। ਓਏ ਅੱਤਵਾਦੀ, ਓਏ ਅੱਤਵਾਦੀ ਨਹੀਂ, ਓਏ ਅੱਤਵਾਦੀ ਨਾ ਕਿਆ ਕਰੀ ਨਾ ਸਾਲੇ, ਮੈਂ ਲੈਂਦੇ ਘਰੇ ਜੰਮਿਆ। ਅਮਰੀਕਾ ਵਾਲੇ ਆ ਗਏ ਓਏ, ਤੈਨੂੰ ਹੁਣ ਗੋਲੀ ਮਾਰਨਗੇ, ਗੋਲੀ ਠਾ ਕਰਕੇ ਠਾ। ਓ ਬਸ ਚੁੱਪ ਕਰਕੇ, ਨਹੀਂ ਸਾਲੇ ਨੂੰ ਰੋਡ ਤੇ ਲਾ ਦਾਂਗੇ। ਹੈਲੋ ਹੈਲੋ, ਕੋਈ ਹੈਗਾ? ਮੇਰੇ ਪਿਸ਼ਾਬ ਦਾ ਜ਼ੋਰ ਪਿਆ ਵਾ, ਪਿਸ਼ਾਬ ਜਾਣਾ ਪੈਣ। ਕੋਈ ਹੈਗਾ? ਮੇਰਾ ਪਿਸ਼ਾਬ ਜਾਣਾ, ਮੇਰੇ ਪਿਸ਼ਾਬ ਦਾ ਜ਼ੋਰ ਪਿਆ, ਉਹ ਮੈਂ ਪਿਸ਼ਾਬ ਜਾਣਾ, ਉਹ ਮੇਰੇ ਗੋਲੀ ਮਾਰ ਦੋ ਪੈਣ। ਓ ਹਾਂ ਬਈ ਮਿਸਟਰ ਜੌਂਟੀ, ਨਿਕਲ ਰਹੇ ਨੇ ਫਿਰ ਵੱਟ ਕਮਲ ਆ ਫਣੀ। ਸੋਰੀ ਥੋੜ੍ਹਾ ਜਿਹਾ ਲੇਟ ਹੋ ਗਏ ਤੇਰੇ ਡਿਨਰ ਦੇ ਚੱਕਰ, ਪਰ ਕੀ ਕਰੀਏ, ਤੇਰੀ ਚੋਇਸ ਵੀ ਤਾਂ ਸਭ ਤੋਂ ਅਲੱਗ ਹੈ, ਬਹੁਤ ਔਖਾ ਮਿਲਿਆ ਤੇਰਾ ਪਸੰਦੀਦਾ ਖਾਣਾ। ਆ ਕੀ ਹੋਏ ਸਾਲਿਆ, ਵੇਟ ਨਹੀਂ ਕਰ ਸਕਦਾ ਸੀ? ਚਲੋ ਕੋਈ ਗੱਲ ਨਹੀਂ ਵੀਰੇ, ਇਹਨੂੰ ਭੁੱਖ ਲੱਗੀ ਹੋਣੀ ਆ, ਤੂੰ ਖਾਣਾ ਪਰੋਸ ਦੇ। ਇਹਨੂੰ ਕਹਿੰਦੇ ਇਨਸਾਨੀਅਤ, ਭੁੱਖ ਲੱਗੀ ਹੋਏ? ਹਾਂ ਬਹੁਤ, ਪਰ ਮੈਨੂੰ ਪਹਿਲਾਂ ਕੱਪੜੇ ਚੇਂਜ ਕਰ ਲੈਣ ਦਿਓ। ਕਿਉਂ, ਭੂਆ ਕੋਲ ਆਇਆ? ਸਾਲਿਆ ਜਿੰਨੇ ਦਿਨ ਸਾਡੇ ਕੋਲ ਹੈ ਨਾ, ਇਹਨਾਂ ਕੱਪੜਿਆਂ 'ਚ ਹੀ ਰਹੇਗਾ, ਐਡਜਸਟ ਕਰਨਾ ਸਿੱਖ, ਚੱਲ ਡਿਨਰ ਕਰ। ਪਲੀਜ਼ ਮੈਨੂੰ ਜਾਣ ਦਿਓ, ਤੁਸੀਂ ਜੋ ਕਹੋਗੇ ਮੈਂ ਕਰੂੰਗਾ। ਅੱਛਾ ਚੱਲ ਪਹਿਲਾਂ ਡਿਨਰ ਕਰ। ਇਹ ਕੀ ਆ? ਖਾ ਕੇ ਦੇਖ ਲੈ ਤੇਰਾ ਖਾਣਾ ਹੈ। ਕਮਲ ਵੀਡੀਓ ਬਣਾ, ਫੇਸਬੁੱਕ 'ਤੇ ਪਾਵਾਂਗੇ, ਆਖੇ ਸਭ ਨੂੰ ਪਤਾ ਤਾਂ ਲੱਗੇ ਵੱਡਿਆਂ ਘਰਾਂ ਦੇ ਕਾਕੇ ਖਾਣਾ ਕਿਵੇਂ ਖਾਂਦੇ ਨੇ। ਚੱਲ ਖਾ। ਮੈਨੂੰ ਗੋਲੀ ਮਾਰ ਦਿਓ। ਉਹ ਬੱਲੇ ਉਹ ਚਲਾਕ ਸੱਜਣਾ, ਇੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉਹ ਗੋਲੀ ਨਹੀਂ ਓਏ, ਗੋਹਾ ਖਾ। ਤੁਸੀਂ ਮੈਨੂੰ ਪੈਸੇ ਦੱਸੋ ਕਿੰਨੇ ਚਾਹੀਦੇ ਨੇ, ਮੈਂ ਦੇ ਦੂੰ, ਪਰ ਪਲੀਜ਼ ਮੈਨੂੰ ਚਾਰ ਦਿਓ। ਤੈਨੂੰ ਪਤਾ ਹੈ ਡਿਨਰ 'ਚ ਗੋਹਾ ਕਿਉਂ ਚੂਜ਼ ਕੀਤਾ ਤੇਰੇ ਲਈ? ਤੇਰੀ ਜਿਹੜੀ ਸ਼ਕਲ ਹੈ ਨਾ, ਉਹ ਟੱਟੀ ਵਾਲੇ ਭੂੰਡ ਨਾਲ ਮਿਲਦੀ ਹੈ, ਸਾਨੂੰ ਤੇਰੇ ਤੇ ਭੂੰਡ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ, ਤਾਂ ਕਰਕੇ ਅਸੀਂ ਸੋਚਿਆ ਜੇ ਤੈਨੂੰ ਰੋਟੀ ਖਵਾਤੀ ਕਿਤੇ ਤੂੰ ਬਿਮਾਰੀ ਨਾ ਹੋ ਜਾਏ। ਚੱਲ ਖਾ। ਪਰ ਵੀਰੇ ਇਹਦੇ ਤਾਂ ਹੱਥ ਬੰਨੇ ਆ, ਤੁਸੀਂ ਉਹ ਖਵਾ ਦਿਓ ਇਹਨੂੰ। ਮੈਂ ਤਾਂ ਭੁੱਲੇ ਗਿਆ ਸੀ ਟੱਟੀ ਵਾਲੇ ਭੂੰਡ ਦੇ ਤਾਂ ਹੱਥ ਬੰਨੇ ਹੋਏ ਆ। ਚੱਲ ਮੈਂ ਕਰਾਉਣਾ ਡਿਨਰ, ਕਮਲ ਫੜਤਾ ਜਰਾ। ਚੱਲ ਮੂੰਹ ਖੋਲ, ਮੂੰਹ ਖੋਲ, ਮੂੰਹ
ਪ੍ਰੀਤ ਤੂੰ ਤੂੰ ਅਚਾਨਕ ਕਿਵੇਂ? ਤੁਹਾਡਾ ਫੋਨ ਨਹੀਂ ਲੱਗ ਰਿਹਾ ਸੀ, ਪੂਰੇ ਇੱਕ ਘੰਟੇ ਤੋਂ ਟਰਾਈ ਕਰ ਰਹੀ ਹਾਂ। ਉਹ ਹਾਂ, ਨੈਟਵਰਕ ਪ੍ਰੋਬਲਮ ਸ਼ੋਅ ਕਰ ਰਿਹਾ। ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ। ਤੂੰ ਟੈਨਸ਼ਨ ਨਾ ਲਿਆ ਕਰ ਕੁੜੀਏ, ਆਪਾਂ ਨੂੰ ਕੁਝ ਨਹੀਂ ਹੁੰਦਾ। ਚੱਲ ਤੈਨੂੰ ਪ੍ਰੈਜ਼ੀਡੈਂਟ ਸਾਹਿਬ ਦੇ ਦਰਸ਼ਨ ਕਰਾਈਏ। ਹੁਣ ਸਹੀ ਹੈ, ਤੂੰ ਸੋਚਦਾ ਹੋਵੇਗਾ ਮੈਂ ਕੌਣ। ਤੂੰ ਨਹੀਂ ਮੈਨੂੰ ਜਾਣਦਾ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਪਰ ਜਿਹਨੂੰ ਤੂੰ ਜਾਣਦਾ ਸੀ ਉਹ ਵੀ ਤੈਨੂੰ ਚੇਤੇ ਕਰਾਵਾਂਗੇ। ਚਲ ਓਏ, ਐਕਸੈਪਟ ਕਰ, ਤੂੰ ਆਦਮੀ ਨਹੀਂ ਜਾਨਵਰ, ਨਾ ਜਾਨਵਰ ਵੀ ਨਹੀਂ, ਉਸ ਤੋਂ ਵੀ ਨਿਚਲੀ ਕੈਟਾਗਰੀ ਦਾ ਗੰਦ ਹੈ, ਜਿਹਦਾ ਰਹਿਣਾ ਖਾਣਾ ਪੀਣਾ ਗੰਦਗੀ ਤੋਂ ਸ਼ੁਰੂ ਹੁੰਦਾ ਤੇ ਗੰਦਗੀ ਤੇ ਖਤਮ ਹੁੰਦਾ। ਚੱਲ ਬੋਲ ਬੋਲ ਸਾਲਿਆ, ਜੇ ਨਾ ਬੋਲਿਆ ਤਾਂ ਤੇਰੀ ਪਿਸ਼ਾਬ ਵਾਲੀ ਨਾਲੀ ਕੱਟ ਦੂੰ, ਸਾਰੀ ਉਮਰ ਪਿਸ਼ਾਬ ਕਰਨ ਨੂੰ ਤਰਸੇਗਾ। ਬੋਲ ਬੋਲ, ਕੰਮ ਵੀਡੀਓ ਬਣਾ ਦੇ। ਮੈਂ ਇਨਸਾਨ ਨਹੀਂ, ਜਾਨਵਰ ਵੀ ਨਹੀਂ, ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ, ਮੈਂ ਗੰਦ, ਮੈਂ ਹਰ ਰੋਜ਼ ਗੋਹਾ ਖਾਂਦਾ, ਮੂਤ ਪੀਂਦਾ, ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ, ਕਿਉਂਕਿ ਮੇਰੀ ਸੋਚ ਗੰਦੀ ਹੈ। ਬਸ ਬਸ ਕਮਲ, ਬਹੁਤ ਹੈ, ਅਸਲ ਵਿੱਚ ਨਾ ਇਹੀ ਤੇਰੀ ਔਕਾਤ ਹੈ। ਕਮਲ, ਵੀਡੀਓ ਕਿਵੇਂ ਬਣੀ ਆ? ਆ ਦੇਖ ਲਓ ਵੀਰ ਜੀ, ਸੋਹਣੀ ਬਣੀ ਆ। ਮੈਂ ਇਨਸਾਨ ਨਹੀਂ, ਜਾਨਵਰ ਵੀ ਨਹੀਂ, ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ। ਹੁਣ ਬਣੀ ਆ ਗੱਲ। ਅੱਤਵਾਦੀ ਨਾ ਕਿਆ ਕਰੀ ਯਾਰ, ਬੰਦੇ ਠੋਕ, ਮੈਂ ਵਿੱਚੋਂ ਨਿਕਲ ਕੇ ਤੇਰੇ ਕੋਲ ਹੀ ਮਾਰੂਗਾ। ਕਰ ਕਰ ਪਿੱਛੇ ਕਰ ਪਿੱਛੇ ਕਰ, ਉਹ ਤੂੰ ਨਾ ਮਾਰ ਡਿਜ਼ਾਈਨਰ ਨੂੰ, ਤੂੰ ਨਾ ਮਾਰ ਡਿਜ਼ਾਈਨਰ ਗੋਲੀ ਮਾਰੂਗਾ, ਉਹ ਰਿਵਾਈਵ ਕਰ ਦੋ ਕੋਈ। ਰੋਜੀ, ਆਪਣਾ ਦੇਸ਼ ਪਤਾ ਤਰੱਕੀ ਕਿਉਂ ਨਹੀਂ ਕਰ ਰਿਹਾ? ਹਾਂ ਪਤਾ, ਜਿਵੇਂ ਆਪਣੇ ਕੈਂਪਸ ਦੀ ਵਾਗਡੋਰ ਇਹਨਾਂ ਬਾਂਦਰਾਂ ਦੇ ਹੱਥ ਫੜਾਈ ਹੋਈ ਹੈ ਨਾ, ਉਵੇਂ ਆਪਣੇ ਦੇਸ਼ ਦੀ ਫੜਾਈ ਹੋਈ ਹੈ। ਉਹ ਇਹਨਾਂ ਨੇ ਤਾਂ ਗਾਂਧੀ ਦੇ ਤਿੰਨੇ ਬਾਂਦਰਾਂ ਨੂੰ ਵੀ ਉਲਟਾ ਕਰਤਾ, ਕਹਿੰਦੇ ਬੁਰਾ ਸੁਣੋ ਬੁਰਾ ਦੇਖੋ ਤੇ ਬੁਰਾ ਬੋਲੋ ਤੇ ਤਰੱਕੀ ਤੁਹਾਡੇ ਪੈਰਾਂ 'ਚ। ਡੋਂਟ ਵਰੀ, ਆ ਬਾਂਦਰ ਕਿੰਨਾ ਜੱਟ ਕੂਸੀਆਂ ਮਾਰ ਲੈਣਗੇ, ਸਟੂਡੈਂਟਸ ਹੁਣ ਜਾਗ ਰਹੇ ਨੇ। ਜੇ ਜਾਗ ਰਹੇ ਨੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਸਰਕਾਰ ਨੇ ਜਿਹੜਾ GST ਵਾਲਾ ਰੂਲ ਲਾਗੂ ਕੀਤਾ ਨਾ, ਇੱਕ ਦਿਨ ਸੱਚ ਬੋਲਣ 'ਤੇ ਵੀ ਟੈਕਸ ਲਾ ਦੇਣਾ। ਗੱਲ ਤਾਂ ਤੇਰੀ ਠੀਕ ਹੈ ਪਰਮ ਬਾਈ, ਸਹੀ ਕਹਿੰਦਾ ਬਾਈ, ਬਿਲਕੁਲ ਸਹੀ ਗੱਲ। ਘੂਰਦਾ ਜੀ ਕੀ ਹੈ, ਤੈਨੂੰ ਸੌਣ ਨੂੰ ਕਿਸਨੇ ਕਿਹਾ ਸੀ? ਜਾਗ, ਤੇਰੇ ਨਾਲ ਕਈ ਗੱਲਾਂ ਕਰਨੀਆਂ ਨੇ। ਮੈਨੂੰ ਜਾਣ ਦੇ ਪੈਣੇ। ਕੀ ਕਿਹਾ ਭੈਣ? ਤੇਰੇ ਵਰਗਾ ਗੰਦ ਤਾਂ ਆਪਣੀ, ਖਬਰਦਾਰ ਜੇ ਆਪਣੀ ਗੰਦੀ ਜ਼ੁਬਾਨ ਵਿੱਚੋਂ ਭੈਣ ਸ਼ਬਦ ਕੱਢਿਆ ਤਾਂ। ਮੈਨੂੰ ਜਾਣ ਦੇ, ਨਹੀਂ ਤਾਂ ਮੈਂ ਪਾਗਲ ਹੋ ਜਾਣਾ। ਜਾ ਹੋ ਜਾ ਪਾਗਲ, ਜਿਸ ਦਿਨ ਪਾਗਲ ਹੋ ਜਾਏਗਾ ਉਸ ਦਿਨ ਤੇਰੀ ਛੁੱਟੀ। ਚੱਲ ਤੈਨੂੰ ਮੇਰੇ ਬਾਰੇ ਦੱਸਾਂ, ਸੱਤੀ ਨੂੰ ਜਾਣਦਾ? ਕੀ ਕਿਹਾ? ਉਹੀ
ਜਿਹੜੀ ਤੁਹਾਡੀ ਕੋਠੀ ਵਿੱਚ ਹਰ ਰੋਜ਼ ਖਾਣਾ ਬਣਾ ਕੇ ਜਾਂਦੀ ਸੀ ਉਹ ਸੱਤੀ ਯਾਦ ਆਇਆ ਕੁਛ ਰਜਿੰਦਰ ਲੈ ਵੋ ਸੰਜੀ ਘਰ ਦੀ ਕੱਢੇ ਵੀ ਘਰ ਦੀ ਕੱਢੀ ਹੁੰਦੀ ਆ ਸੀਨਾ ਚੀਰਦੀ ਜਾਂਦੀ ਆ ਸਹੀ ਬੋਲਾ ਭਾਈ ਸਮਾਨ ਵੀ ਤਾਂ ਚੁਣ ਚੁਣ ਕੇ ਡਾਲਾ ਹੈ ਨਾ ਜਿੱਤੇ ਹਾਂ ਬਾਈ ਚੱਕ ਸਾਲਿਆ ਤੇਰਾ ਪੈ ਗੋਵੇਂ ਦੋਵੇਂ ਪਿਆ ਬਾਈ ਤੈਨੂੰ ਪਤਾ ਹੀ ਹੈ ਮੇਰੇ ਬਿਨਾਂ ਚਿਕਨ ਤੋਂ ਲੰਘਦੀ ਨਹੀਂ ਬੂੰਦੀ ਪਤਾ ਨਹੀਂ ਕਿੱਥੇ ਰਹਿ ਗਿਆ ਓਏ ਆ ਜਾਂਦਾ ਬੂੰਦੀ ਵੀ ਐਡੀ ਵੀ ਕੀ ਅੱਗ ਲੱਗੀ ਹੈ ਲੈ ਆ ਗਿਆ ਲੈ ਜਿੱਤੇ ਬਾਈ ਲਿਆ 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 ਬਹੁਤ ਮੁਸ਼ਕਿਲ ਨਾਲ ਲੈ ਕੇ ਆਇਆ ਇਹਨਾਂ ਕੋ ਪਾ ਕੇ ਪਲੇਟ 'ਚ ਜੀ ਮੇਰੇ ਕੋ ਭਾਈ ਕੋ ਲੱਗ ਪੀਸ ਡਾਲਣਾ ਇੱਕ ਬੂੰਦੀ ਹਾਂ ਬਾਈ ਜੇ ਸਲਿਆ ਹੁਣ ਕੁੜੀ ਦਾ ਇੰਤਜ਼ਾਮ ਕਰ ਦੇਵੇ ਨਾ ਸਵਾਦ ਆ ਜੇ ਗੋਲੀ ਵੀਰੇ ਮੇਰੀ ਗੱਲ ਸੁਣਿਓ ਹਾਂ ਹਾਂ ਆਉਣਾ ਇੱਕ ਮਿੰਟ ਗੋਲੀ ਇਹ ਵੀ ਚੱਲ ਜੂ ਜੋਟੀ ਕਿਹੋ ਜਿਹੀਆਂ ਗੱਲਾਂ ਕਰਦਾ ਯਾਰ ਉਹ ਆਪਣੀ ਕੋਠੀ 'ਚ ਕੰਮ ਕਰਦੀ ਮੈਂ ਕਿਹੜਾ ਕਹਿੰਦਾ ਵੀ ਇਕੱਠਾ ਕਰਦੀ ਹੈ ਮੇਰੇ ਵਾਸਤੇ ਸਾਰੀਆਂ ਇੱਕ ਬਰਾਬਰ ਨੇ ਕੰਮ ਚਾਹੇ ਉਹ ਹੋਵੇ ਚਾਹੇ ਆ ਡਿਜਿੰਦਰ ਸਮਝਾ ਯਾਰ ਮਾੜਾ ਮੋਟਾ ਭਾਈ ਇੱਕ ਪੈਗ ਹੋਰ ਲਗਾਣੇ ਕਾ ਚੁੱਪ ਕਰ ਤੁਸੀਂ ਆਪਣਾ ਇੰਜੋਏ ਕਰੋ ਮੈਂ ਆਪਣਾ ਇੰਜੋਏ ਕਰਦਾ ਭਾਈ ਵੀ ਆਪਣ ਕੇ ਤੇਰਾ ਜੱਦੀ ਸਾਲਾ ਚੇ ਡਰੇਗਾ ਮਾਰ ਡਰੇਗਾ ਕਾਟ ਡਰੇਗਾ ਫਾਟ ਡਰੇਗਾ ਇਹ ਬੂੰਦੀ ਜੀ ਬਾਈ ਪੈਗ ਡਾਲੇਗਾ ਆਜੋ ਕੀ ਚਾਹੀਦਾ ਪੈਸੇ ਚਾਹੀਦੇ ਸੀ ਵੀਰੇ ਜੌਂਟੀ ਜੌਂਟੀ ਆ ਨਾਮ ਮੇਰਾ ਇੱਕ ਮਿੰਟ ਦੰਨਾ ਕੁੰਡੀ ਕਿਉਂ ਲਾ ਰਹੇ ਹੋ ਵੀਰੇ ਜੌਂਟੀ ਇਹ ਸਲਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸਾਰਾ ਮੂਡ ਖਰਾਬ ਕਰਤਾ ਕੀ ਗੱਲ ਡੈਡ ਬੋਡੀ ਨੂੰ ਦੇਖੀ ਕਦੇ ਚੱਕੋ ਸਾਲੀ ਨੂੰ ਦੱਬ ਦੋ ਜਾ ਕੇ ਮੂਡ ਖਰਾਬ ਕਰਕੇ ਰੱਖਦਾ ਸਾਲੀ Oh!
ਮੈਂ ਅੱਜ ਇਹਨੂੰ ਮਾਰ ਹੀ ਦੇਣਾ। ਤੂੰ ਕੀ ਚਾਹੁੰਦੀ ਇਹਨੂੰ ਮੁਕਤੀ ਮਿਲ ਜਾਵੇ? ਇਹ ਤਾਂ ਇਹੀ ਚਾਹੁੰਦਾ ਕਦੋਂ ਦਾ। ਤੂੰ ਸ਼ਾਂਤ ਹੋ ਜਾ, ਮੈਂ ਤੇਰੀਆਂ ਫੀਲਿੰਗਸ ਨੂੰ ਸਮਝਦਾ ਤੇ ਕਦਰ ਵੀ ਕਰਦਾ। ਇਹਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਚੱਲ ਬਹਿ ਜਾ ਕੁਰਸੀ ਤੇ। ਕਮਲ ਪਾਣੀ ਲਿਆ ਕੇ ਦੇਈਂ ਪ੍ਰੀਤ ਨੂੰ। ਬਚ ਗਿਆ ਸਾਲਿਆ, ਹੋ ਗਿਆ ਸੀ ਕਿਰਿਆਕ੍ਰਮ ਤੇਰਾ। ਓਏ ਹੋਏ ਹੋਏ, ਖੂਨ ਨਿਕਲ ਰਿਹਾ ਲੱਤਾਂ ਗੋਡੇ ਗੋਡੇ ਵੀ ਦੁੱਖ ਰਹੇ ਹੋਣੇ। ਚੱਲ ਤੂੰ ਵੀ ਕੀ ਯਾਦ ਰੱਖੇਗਾ, ਤੇਰਾ ਕਿਸੇ ਦਰਿਆ ਦਿਲ ਬੰਦੇ ਨਾਲ ਵਾਹ ਪਿਆ ਸੀ। ਤੇਰੇ ਕੋਲ 15 ਮਿੰਟ ਨੇ, ਭੱਜ ਸਕਦਾ ਭੱਜ ਲੈ। ਵੀਰੇ ਇਹ ਕੀ ਕਰ ਰਿਹਾ ਤੂੰ? ਆਜ਼ਾਦ ਕਰ ਰਿਹਾ, ਦੇਖਦੇ ਹਾਂ ਹੁੰਦਾ ਕਿ ਨਹੀਂ। ਮੈਂ ਇਸ ਨੂੰ ਇੱਥੇ ਕਦਮ ਨਹੀਂ ਪੁੱਟਣ ਦੇਣਾ, ਅੱਜ ਮਾਰ ਦੇਣਾ ਇਹਨੂੰ। ਬਸ ਤੇ ਰਿਲੈਕਸ ਹੋ, ਤਮਾਸ਼ਾ ਦੇਖ, ਤਾਂ 15 ਮਿੰਟਾਂ ਦੀ ਖੇਡ ਹੈ। ਜੌਂਟੀ ਚੱਲ, ਨਿਕਲ ਸਕਦਾ ਤਾਂ ਨਿਕਲ। ਕੀ ਹਾਲ ਹੈ ਦੋਸਤ? ਵਧੀਆ ਸਰ, ਪਰ ਮੈਂ ਤੁਹਾਨੂੰ ਪਛਾਣਿਆ ਨਹੀਂ। ਮਿਸਟਰ, ਇਹ ਖਾਕੀ ਵਰਦੀ ਨੂੰ ਪਛਾਣੋ, ਸ਼ਾਇਦ ਪਤਾ ਤਾਂ ਲੱਗ ਹੀ ਗਿਆ ਹੋਣਾ ਨਾ। ਇੱਦਾਂ ਤਾਂ ਪਛਾਣ ਲਿਆ ਜੀ, ਪਰ ਤੁਸੀਂ ਮੈਨੂੰ ਰੋਕਿਆ ਕਿਉਂ ਹੈ ਜੀ? ਐਂ ਕਰਕੇ ਦਲੇਰ ਜੀ ਸਰ, ਐਕਚੁਅਲੀ ਅਸੀਂ ਰਸਤਾ ਭੁੱਲ ਗਏ, ਕਾਨੇ ਕੇ ਪਿੰਡ ਜਾਣਾ। ਸਰ ਤੁਸੀਂ ਸਹੀ ਜਾ ਰਹੇ ਹੋ, ਇੱਥੋਂ 6 ਕਿਲੋਮੀਟਰ ਕਾਨੇ ਕੇ ਪਿੰਡ ਹੈ ਜੀ, ਇਸ ਤੋਂ ਅਗਲਾ ਪਿੰਡ ਉਹੀ ਹੈ ਜੀ। ਫਿਰ ਤਾਂ ਘਰ ਦਾ ਵੀ ਪਤਾ ਹੁਣ ਗੁਰਮੁਖ ਸਿੰਘ ਦਾ, ਜਿਹਦੀ ਕੁੜੀ ਕੁਦਰਤ ਚੰਡੀਗੜ੍ਹ ਪੜ੍ਹਦੀ ਸੀ। ਨਹੀਂ ਨਹੀਂ ਸਰ, ਮੈਂ ਨਹੀਂ ਜਾਣਦਾ ਜੀ, ਮੇਰਾ ਤਾਂ ਆਹੀ ਪਿੰਡ ਹੈ ਜੀ। ਤੇ ਫਿਰ ਕੁਛ ਪਤਾ ਕਰਨ ਦੀ ਕੋਸ਼ਿਸ਼ ਕਰ। ਦਲੇਰ ਜੀ ਸਰ। ਓਕੇ ਮਿਸਟਰ ਏਕਮ। ਏਕਮ ਥੈਂਕ ਯੂ, ਚੱਲ ਦਲੇਰ। ਚਲੋ ਸਰ। ਸਤਿ ਸ਼੍ਰੀ ਅਕਾਲ ਗੁਰਮੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਧ, ਆਓ ਬੈਠੋ। ਇਸ ਨੂੰ ਤੁਸੀਂ ਜਾਣਦੇ ਹੋ? ਹਾਂ ਹਾਂ, ਇਸੇ ਕਮੀਨੇ ਕਰਕੇ ਤਾਂ ਮੇਰੀ ਬੱਚੀ ਦੀ ਜ਼ਿੰਦਗੀ ਖਰਾਬ ਹੋਈ ਹੈ।
Excuse me. Hello. Hello. What is your name? Ruhi. Ruhi. Wow. Very nice. Very nice. Ruhi. Very nice. Very nice. Which department? What? इसका कहने का मतलब है आपका डिग्री कौन सा है? Yes. Department. Yeah, yeah, yes, yeah. Yes, yes. Yeah. Economics first year. And you? And me? Yeah, yeah. You? Me? Finance. Finance. क्या? Pharmacy. 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 Oh, oh, good. Sorry? Oh, nice phone. Same color. Oh, watch, dude. Same ball. Thank you. It's time to go to class. See you later. Bye-bye. Yeah, sure. Bye. Haan, das kiya. Bol. Ki hoye? Haan. Jada main gal kar raha, tenu vich bolan di ki lod si? Haan, haan. Tu ta jive bade lallar la te. Oh, dekh. Teri bhabhi na, teri yaar tu. Impress ho rahi si. Bhabhi. ਕਿਲ ਗਿਆ ਭਾਬੀ ਮੈਨੂੰ ਪਤਾ ਤੂੰ ਕਿਉਂ ਹੱਸ ਰਿਹਾ ਤੇਰੇ ਵਰਗੇ ਨਾ ਛੋਟੇ ਲੋਕ ਆ ਜੈਲਸੀ ਫੀਲ ਕਰਦੇ ਆ ਜੈਲਸੀ ਓਏ ਭੋਲਿਆ ਤੇਰੇ ਚ ਇਹੋ ਜਿਹੀ ਕੀ ਗੱਲ ਆ ਜਿਹੜਾ ਤੇਰੇ ਤੋਂ ਮੈਂ ਜੈਲਸੀ ਕਰਾਂ ਹੈ ਓਏ ਨਾਲੇ ਮੈਨੂੰ ਤੇਰੇ ਤੇ ਤਰਸ ਆਉਂਦਾ ਬਾਬੇ ਤੇਰੀ ਅੰਗਰੇਜ਼ੀ ਤੇ ਤਰਸ ਆਉਂਦਾ ਅਖੇ ਫਾਰਮੇਸੀ ਨੂੰ ਫਾਇਨਾਂਸ ਹੈ ਕਮਲਈ ਆ ਤੂੰ ਵੀ ਯਾਰ ਹੈ ਸਾਲਾ ਅੱਤਵਾਦੀ ਨਾ ਹੋਵੇ ਓਏ ਹੁਣ ਬੋਲ ਸਾਲਿਆ ਪਾਰਟੀ ਦਾ ਤੈਨੂੰ ਦੇਣੀ ਏ ਪਊ ਹੋਰ ਕਿੰਨਾ ਕੁ ਟਾਈਮ ਬਚੇਗਾ ਚੱਲ ਪੁੱਤ ਹੁਣ ਪਾਰਟੀ ਦਿੱਤੇ ਬਿਨਾਂ ਨਹੀਂ ਕੀ ਗੱਲ ਬੜੇ ਸਾਹਸ ਆਈ ਹੋਏ ਪਏ ਹੋ ਮੈਂ ਇਨਸਾਨ ਨਹੀਂ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਤੂੰ ਕਿਵੇਂ ਚੁੱਪ ਕਰ ਗਿਆ ਕੀ ਹੋਇਆ ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਕਿਉਂਕਿ ਮੇਰੀ ਸੋਚ ਗੰਦੀ ਮੈਂ ਇਨਸਾਨ ਨਹੀਂ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਮੈਂ ਗੰਦ ਮੈਂ ਹਰ ਰੋਜ਼ ਗੋਹਾ ਖਾਣਾ ਮੂਤ ਪਿੰਡਾ ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਖਰਚਾ ਖੜੀਆ ਨਾ ਤੈਨੂੰ ਮੈਂ ਦੱਸਦਾ ਇੱਕ ਮਿੰਟ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਮੈਂ ਗੰਦ ਮੈਂ ਹਰ ਰੋਜ਼ ਗੋਹਾ ਖਾਣਾ ਮੂਤ ਪਿੰਡਾ ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ
हाँ भाई, दो गिलास जूस दे दे। हेलो, किमें आ खाकी वर्दी यार? आई मीन इंस्पेक्टर साहब कितने ड्यूटी कर रहे ने? इत्थे ही आ, लोकल जूस पीण दी तैयारी है, आ जाओ तुसी भी पी लो। अच्छा, सीटा बन रही ने। वैसे ना तू पहला पुलिस वाला जो फिटनेस वाल ध्यान दे रहा, नहीं तो पंजाब पुलिस का सारा ध्यान ढिड वधाउण ते ही है। ओ हेलो, माइंड योर लैंग्वेज, बदनाम ना कर साडे डिपार्टमेंट नू, फड़ के अंदर कर दूं। अच्छा जी, कर दो फिर, घट्टो घट इसे बहाने में थोड़ी नजर सामने तो रहूंगी। चलो छोटू, आई दसो संडे नू मूवी देखन चलिए आपां? संडे नू देखदा, जा भी सकदा ते नहीं भी जा सकदा। हार्टलेस, होपलेस, रिडिकुलस, दुनिया का सब तो बोरिंग इंसान। बाय। हेलो हेलो, हेलो सर। इतना टाइम लगता जूस लेने नू, तेरे तो एक काम भी तरीके नाल नहीं होता। सॉरी सर, दलेर से हां भरजाई दा गुस्सा सब मेरे ते कड्डी जांदे ने। मेरे वाल के देखदा, जा जूस पी ले हुन। मैं इंसान नहीं, जानवर भी नहीं। हेलो, तनवीर जी। हाँ जी बलराज जी, की हाल है तुहाडा? जिहड़ी गल दा डर सी उही हो गया। तुहानू जांटी दी क्लिप बारे पता लग्या कुछ? हाँ जी हाँ, उही क्लिप देख के हटिया। मेरा सारा कुछ ठप हो जाना है, कुछ करो तनवीर जी। तुसी टेंशन ना लो, मैं करदा कुछ। हाँ भाई, सत श्रीकाल जी। जाउंटी की क्लिप देखी? हाँ भाई देखी। साले वो करवाता ना कांड, एक भी कम तुसी ढंग नाल नहीं कर सकते। भाई मैंने तो आप नहीं समझा रहा की हो रहा, तुसी फिक्र ना करो, मैं करदा। गल सुन। हाँ जी। वो क्लिप वाली थान ध्यान नाल देख, ते पता कर जगह कितों दी, ते सारे ग्रुप के मुंडिया नूं लभण ते ला दे। जे हुण भी ना मिले ना तो याद रखी, कल्ले कल्ले नूं नंगा कर करके कुटूंगा मैं। भाई मैं देख। हाँ गोली। हाँ जी भाई, कितने जी तुसी? तुसी दसो तुसी कितने हो? आस्था यूनिवर्सिटी। अच्छा, वो वीडियो क्लिप जी देखी जी जोटी वाली आई गल? हाँ मैं देखी। अब तू फोन रख, मैं तेरे ना के गल करता। ठीक है जी भाई। जोटी भाई गोली भाई, क्लिप देखने तो बाद तरिया ही नहीं गया, साढ़े तो होश ही उठ गए भाई। मैं तो वीडियो देख के चक्कर आ लगे थी, ये तो बेहोश ही हो गया सी जी। अद्धा घंटा जुत्तियां सुंघाण ते लग गया, ता साले नु होश आया जी, ता ही ता लेट हो गए जी आंदे आंदे। क्यों गप्प मारी जांदा? मेरा मतलब कहण दा ए है कि जे इनु जुत्तियां ना सुंघाउंदा ता इनु होश नहीं सी आउणा। तोडे पैर छिके जे रोना सुरच ता रोपो जोंटी भाई। सड़े हो चुप करो, करू पारख कटनैप होया मरिया नहीं हो, कमें बैठ पाउन लगे ने भाई। थोनू नहीं पता जोंटी भाई नाल इश्क सी मेरा।
ਬਾਈ ਜਿਵੇਂ ਮੇਰਾ ਤੁਹਾਡੇ ਨਾਲ ਹਨਾ ਇਹਨੂੰ ਚੁੱਪ ਕਰਾ ਲਓ ਮੇਰਾ ਸਾਲਾ ਟੂੰ ਸਾਰਾ ਫਲੋ ਖਰਾਬ ਕਰਤਾ ਰੋਣ ਦਾ ਕਿੱਥੇ ਸੀ ਮੈਂ ਰਤਨ ਨੇ ਕੇ ਪਤਾ ਇਸ਼ਕ ਕੇ ਹੋਵੇ ਹਾਂ ਜੰਟੀ ਬਾਈ ਨਾਲ ਦਿਲੋਂ ਇਸ਼ਕ ਸੀ ਮੇਰਾ ਇਸ਼ਕ ਨੂੰ ਸਾਲਾ ਮਸ਼ੂਕ ਸੀ ਕਰੀ ਉਹ ਮਸ਼ੂਕ ਤੋਂ ਵੀ ਵੱਧ ਕੇ ਸੀ ਇਹ ਗੱਲ ਬਾਈ ਤੁਹਾਡੇ ਸਮਝ ਨਹੀਂ ਆਉਣੀ ਪਰਲੇ ਪਾਰ ਦੀਆਂ ਗੱਲਾਂ ਨੇ ਹੋ ਗਿਆ ਹੁਣ ਉਰਲੇ ਪਾਰ ਆ ਜਾ ਇਹਨੂੰ ਦੇਖ ਕੇ ਸ਼ਾਇਦ ਲੋਕੇਸ਼ਨ ਦਾ ਪਤਾ ਲੱਗ ਜੇ ਆਹ ਦੇਖੋ ਇੱਧਰ ਸਾਰੇ ਕੋਲ ਸਮਝ ਦੇ ਦੇਖ ਧਿਆਨ ਨਾਲ ਉਹ ਪ੍ਰਧਾਨ ਅੱਖਾਂ ਦਾ ਖੋਲ ਲੈ ਫਿਰ ਇਹ ਦੇਖੂ ਕੁਝ ਨਾ ਬਾਈ ਆਹ ਹੱਥ 'ਚ ਜੰਟੀ ਬਾਈ ਦੇਖਿਆ ਨਹੀਂ ਜਾਂਦਾ ਮੇਰੇ ਤੋਂ ਗੋਲੀ ਬਾਈ ਇਹ ਤਾਂ ਜਿਰਕਪੁਰ ਵਾਲੇ ਬਿਗ ਬਾਜ਼ਾਰ ਦੀ ਨਹੀਂ ਉਹ ਤਾਂ ਬੇਸਮੈਂਟ ਹੈ ਬੇਸਮੈਂਟ ਕੀ ਹੋ ਗਿਆ ਬਹੁਤ ਹੱਸ ਰਹੇ ਹੋ ਸਰ ਭਾਈ ਉਹ ਜੀਤਾ ਤੁਹਾਨੂੰ ਪਤਾ ਕਿੰਨੀ ਬੇਇੱਜ਼ਤੀ ਹੋ ਰਹੀ ਆਪਣੀ ਬਲਰਾਜ ਬਾਈ ਕਿੰਨੀ ਟੈਨਸ਼ਨ 'ਚ ਉਹੀ ਤਾਂ ਮੈਂ ਬਾਈ ਸਮਝਾਈ ਜਾਂਦਾ ਇਹਨਾਂ ਨੂੰ ਕਦੋਂ ਦਾ ਮੇਰੀ ਤਾਂ ਸੁਣਦੀ ਨਹੀਂ ਸਾਲੇ ਉਰੇ ਆਓ ਇੱਧਰ ਆਓ ਸਾਰੇ ਆਹ ਵੀਡੀਓ ਦੇਖੋ ਧਿਆਨ ਨਾਲ ਧਿਆਨ ਨਾਲ ਦੇਖੋ ਜਗ੍ਹਾ ਕਿਹੜੀ ਹੈ ਆਪਣੇ ਬੁੱਝ ਦਿਮਾਗ 'ਤੇ ਨਾ ਜ਼ੋਰ ਪਾਓ ਥੋੜ੍ਹਾ ਜਿਹਾ ਦੇਖੋ ਸਾਰੇ ਜਾਣੇ ਰਹਿ ਭਾਈ ਜੇ ਤਾਂ ਮਾਰੋ ਸ਼ਹਿਰ ਬਜਨੌਰ ਮੈਂ ਉਹੀ ਕੀ ਵਰਕਸ਼ਾਪ ਹੈ ਸੰਜੇ ਧਿਆਨ ਨਾਲ ਦੇਖ ਕਈ ਵਾਰ ਭੁਲੇਖਾ ਲੱਗ ਜਾਂਦਾ ਹੁੰਦਾ ਰਹਿ ਭਾਈ ਕਸਮ ਲੱਗ ਗਿਆ ਬਾਈ ਹੈ ਸੰਜੇ ਜੇ ਤੂੰ ਸ਼ੋਰ ਹੈ ਹਾਂ ਬਾਈ ਅਸੀਂ ਨਿਕਲੀਏ ਫਿਰ ਜੋਟੀ ਲੱਭਣ ਕੁੜੀ ਤੁਸੀਂ ਨਿਕਲੋ ਫਿਰ ਛੇਤੀ ਜੇ ਕੁਛ ਪਤਾ ਲੱਗਦਾ ਤਾਂ ਮੈਨੂੰ ਜਦੀ ਇਨਫੋਰਮ ਕਰੀ ਗੋਲੀ ਬਾਈ ਅਸੀਂ ਵੀ ਨਾਲ ਚੱਲਦੇ ਹਾਂ ਜੀ ਨਾਲੇ ਜੋਂਟੀ ਬਾਈ ਸਾਡਾ ਵੀ ਤਾਂ ਭਰਾ ਸੀ ਜੀ ਬਾਈ ਜੀ ਅਸੀਂ ਵੀ ਤਾਂ ਪਾਰਟੀ ਦੇ ਮੈਂਬਰ ਹੀ ਹਾਂ ਨਾਲੇ ਬਾਈ ਇਹਨਾਂ ਦਾ ਪਿਆਰ ਆਪਣਾ ਸਾਰਿਆਂ ਦਾ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਚਲੋ ਠੀਕ ਹੈ ਬਾਈ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਫੋਨ ਕਰਿਓ ਮੈਨੂੰ ਚੰਗਾ ਬਾਈ ਜੀ ਇੰਸਪੈਕਟਰ ਨੂੰ ਫੋਨ ਲਾ ਪੁੱਛ ਕੀ ਕਹਿੰਦਾ ਯਾਰ ਆ ਜੋਂਟੀ ਵਾਲੀ ਕਲਿੱਪ ਸੋਸ਼ਲ ਮੀਡੀਆ 'ਤੇ ਬੜੀ ਘੁੰਮ ਰਹੀ ਹੈ ਇਹ ਤਾਂ ਕਿਸੇ ਨੇ ਝੋਟੇ ਦੇ ਨੱਕ 'ਚ ਨਕੇਲ ਪਾਉਣ ਵਾਲਾ ਕੰਮ ਕਰਤਾ ਕਿਉਂ ਰੋਜੀ ਸਹੀ ਗੱਲ ਹੈ ਜੇ ਜੋਂਟੀ ਵਰਗੇ ਦੋ ਚਾਰ ਹੋਰ ਚੱਕੇ ਜਾਣ ਨਾ ਤਾਂ ਕ੍ਰਾਈਮ ਘੱਟ ਜੇ ਬਾਕੀਆਂ ਦਾ ਤਾਂ ਪਤਾ ਨਹੀਂ ਪਰ ਇਹੋ ਜਿਹੇ ਨੇ ਭੂਤ ਨਾ ਲੱਤਾਂ ਨਾਲ ਹੀ ਨਿਕਲਦੇ ਆ ਗੱਲਾਂ ਗੁੱਲਾਂ ਨਾਲ ਕਿੱਥੇ ਮੰਨਦੇ ਆ ਇਹ ਵੈਸੇ ਸੋਚਣ ਵਾਲੀ ਗੱਲ ਹੈ ਬਈ ਐਡਾ ਵੱਡਾ ਕੰਮ ਕਰ ਕੌਣ ਸਕਦਾ ਉਹ ਹੋਊ ਕੋਈ ਹਾਲਾਤਾਂ ਦਾ ਮਾਰਿਆ ਆਪਣੇ ਵਰਗਾ ਵੈਸੇ ਇੱਕ ਗੱਲ ਹੈ ਬਈ ਕੈਂਪਸ ਦੇ ਵਿੱਚੋਂ ਗੰਦ ਚੱਕਿਆ ਗਿਆ ਇਹਨਾਂ ਨੇ ਬੜਾ ਮਾਹੌਲ ਖਰਾਬ ਕੀਤਾ ਹੋਇਆ ਸੀ ਜੇ ਗੱਲਾਂ ਹੋ ਗਈਆਂ ਹੁਣ ਤਾਂ ਲੈਕਚਰ ਲਾ ਲਈਏ ਲਾਉਣਾ ਹੀ ਪੈਣਾ ਨਹੀਂ ਤਾਂ ਪ੍ਰੋਫੈਸਰ ਸਾਹਿਬ ਨੇ ਨਾ ਸਾਡੀ ਬੇਇੱਜ਼ਤੀ 'ਚ ਲੈਕਚਰ ਕੱਢ ਦੇਣਾ ਸਾਰਾ ਉਹ ਆਪਾਂ ਕੱਲ੍ਹ ਵੀ ਲੈਕਚਰ ਮਿਸ ਕਰਤਾ ਸੀ ਚਲੋ ਹੁਣ ਚੱਲੀਏ ਚੱਲ ਵੀ ਚੱਲੀਏ ਕਰਾਂ ਪ੍ਰੀਤ ਠੀਕ ਹੈ ਸਭ ਕਮਲ ਕਿੱਥੇ ਹੈ ਸਭ ਠੀਕ ਹੈ ਵੀਰੇ ਕਮਲ ਦੇ ਮੰਮਾ ਇੱਕਦਮ ਬਿਮਾਰ ਹੋ ਗਏ ਸੀ ਫਿਰ ਉਹਨਾਂ ਨੂੰ ਜਾਣਾ ਪਿਆ ਅੱਛਾ ਤੇ ਟਾਈਮ ਕਿੰਨਾ ਹੋਇਆ ਟਾਈਮ 4 ਵੱਜ ਗਏ ਕਿਉਂ ਕੀ ਹੋਇਆ ਵੈਸੇ ਹੀ ਪੁੱਛ ਰਿਹਾ ਸੀ ਪ੍ਰੀਤ ਕੁਛ ਖਾ ਪੀ ਕੇ ਆਈਏ ਕੋਈ ਐ ਵੀ ਕਿਸੇ ਨੂੰ ਬੰਨ ਕੇ ਕੁੱਟਦਾ ਹੁੰਦਾ ਬਹੁਤ ਮਾੜਾ ਸਮਾਂ ਚੱਲ ਰਿਹਾ ਕੋਈ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਕੀ ਹੋ ਜੇ ਸਹੀ ਗੱਲ ਆ ਵੀਰੇ ਹੈਂ ਇਹ ਤਾਂ ਸਰਾਸਰ ਧੱਕਾ ਹੈ ਉਹ ਬਾਈ ਇਹਨੇ ਕਿਸੇ ਨਾ ਕੋਈ ਧੱਕਾ ਧੁੱਕਾ ਕੀਤਾ ਹੋਣਾ ਤੁਸੀਂ ਧਿਆਨ ਨਾਲ ਦੇਖੋ ਸਾਲਾ ਮੈਨੂੰ ਤਾਂ ਦੇਖਣ ਨੂੰ ਹੀ ਕਰੈਕਟਰ ਲੈਸ ਜਿਹਾ ਲੱਗਦਾ ਇਹ ਵੀ ਹੋ ਸਕਦਾ ਹਾਂ ਹਾਂ
ਬਾਈ ਸਤਿ ਸ਼੍ਰੀ ਅਕਾਲ ਜੀ। ਜੌਂਟੀ ਦਾ ਕੁਝ ਪਤਾ ਲੱਗਿਆ? ਬਾਈ ਜੀ ਲੱਗਿਆ ਮੁੰਡੇ, ਚੌਂਟੀ ਜਿੱਥੇ ਬੰਨਿਆ ਹੋਇਆ ਉਹ ਜਗ੍ਹਾ ਦਾ ਪਤਾ ਲੱਗ ਗਿਆ, ਹੁਣ ਤਾਂ ਮਿਲ ਹੀ ਜਾਣਾ। ਜਗ੍ਹਾ ਕਿਹੜੀ ਹੈ? ਬਾਈ ਬਜਨੌਰ ਦੀ ਹੈ, ਉਹ ਆਪਣੇ ਗਰੁੱਪ 'ਚ ਮੁੰਡਾ ਨਾ ਸੰਜੇ ਕੁਮਾਰ, ਉਸਨੇ ਦੱਸਿਆ ਉਹ ਬਜਨੌਰ ਦਾ ਹੀ ਹੈ। ਓਕੇ, ਜਿਵੇਂ ਹੀ ਪਤਾ ਲੱਗੇ ਦੱਸੀ। ਹਾਂਜੀ ਠੀਕ ਆ ਬਾਈ। ਕਮ, ਮੈਂ ਜਸ, ਕਮਲ ਦਾ ਫਰੈਂਡ। ਸੋਰੀ, ਮੈਂ ਥੋੜ੍ਹਾ ਜਿਹਾ ਘਬਰਾ ਗਿਆ ਸੀ। ਹੈਲੋ ਪ੍ਰੀਤ। ਹਾਂ ਕਮਲ। ਜਸ ਪਹੁੰਚ ਗਿਆ ਤੁਹਾਡੇ ਕੋਲ? ਹਾਂ ਪਹੁੰਚ ਗਿਆ। ਤੇਰਾ ਤੇ ਏਕਮ ਵੀਰੇ ਦਾ ਫੋਨ ਮਿਲ ਨਹੀਂ ਰਿਹਾ ਸੀ, ਕਾਫੀ ਟਾਈਮ ਤੋਂ ਟਰਾਈ ਕਰ ਰਹੀ ਸੀ। ਅੱਜ ਤੋਂ ਬਾਅਦ ਜਸ ਤੁਹਾਡੇ ਕੋਲ ਹੀ ਰਹੂਗਾ, ਮੇਰਾ ਮੰਮੀ ਕਰਕੇ ਔਖਾ ਹੋਇਆ ਪਿਆ। ਕੋਈ ਨਾ ਕਮਲ, ਤੂੰ ਟੈਨਸ਼ਨ ਨਾ ਲੈ, ਤੂੰ ਆਂਟੀ ਦਾ ਖਿਆਲ ਰੱਖ। ਓਕੇ ਬਾਏ। ਕੀ ਕਹਿੰਦੀ ਸੀ ਕਮਲ? ਇੰਨਾ ਬਾਰੀ ਪੁੱਛ ਰਹੀ ਸੀ, ਕਹਿੰਦੀ ਮੇਰਾ ਫਰੈਂਡ ਪਹੁੰਚ ਗਿਆ ਤੁਹਾਡੇ ਕੋਲ। ਓ ਅੱਛਾ, ਚਲੋ ਆਪਾਂ ਬੈਠ ਕੇ ਗੱਲ ਕਰਦੇ, ਆ ਜਾਓ। ਆ ਗਿਆ ਓਏ। ਹੈਂ ਰੇ ਭਾਈ, ਜੂੰ ਹੀ ਥਾ, ਮੰਨੇ ਆਪਣੀ ਅੱਖੋਂ ਦੇਖਾ, ਮੰਨੇ ਲੱਗਾ ਕਈ ਔਰ ਸ਼ਿਫਟ ਹੋ ਗਿਆ। ਸੌਲਾ ਸ਼ਿਫਟ ਦਾ ਨਾ ਚੰਡੀਗੜ੍ਹ ਤੋਂ 250 ਕਿਲੋਮੀਟਰ ਤੋਂ ਆਹ ਦਿਖਾਉਣ ਲਿਆ ਸਾਨੂੰ। ਸਮਰ ਬਾਈ ਨੂੰ ਕੀ ਜਵਾਬ ਦੇਵਾਂਗੇ ਹੁਣ? ਉਹ ਬਾਈ, ਮੈਨੂੰ ਤਾਂ ਇਹਦੇ ਸਾਲੇ 'ਤੇ ਪਹਿਲੀ ਭਰੋਸਾ ਨਹੀਂ ਸੀ। ਪਾ ਦੇ, ਜੇ ਆਪਦੀ ਲੱਗਦੀ ਦੀ ਕੁੱਛੜ 'ਚੋਂ ਨਿਕਲੇ ਤਾਂ ਸਾਲੇ ਦਾ ਦਿਮਾਗ ਚੱਲੇ। ਹੋਰ ਬਾਈ, 24 ਘੰਟੇ ਫੋਨ 'ਚ ਬੜਿਆ ਰਹਿੰਦਾ ਹੈਗਾ। ਤੇਰਾ ਵਿੱਚ ਬੋਲਣਾ ਜ਼ਰੂਰੀ ਆ? ਅਸੀਂ ਕਰ ਰਹੇ ਹਾਂ ਨਾ ਆਪਸੀ ਗੱਲ, ਤੇਰਾ ਸਾਲਾ ਬੁੱਗੋ। ਬਾਈ ਜੀ ਕੂਲ ਕੂਲ, ਗਰਮ ਕਾਹਨੂੰ ਹੁੰਦੇ ਹੋ? ਆਪਾਂ ਘੁੰਮ ਫਿਰ ਕੇ ਵੀ ਤਾਂ ਦੇਖ ਸਕਦੇ ਹਾਂ। ਘੁੰਮ ਫਿਰ ਕੇ ਕੀ ਮਤਲਬ ਆ ਤੇਰਾ? ਗੱਲ ਬਿਲਕੁਲ ਸਾਫ਼ ਆ ਬਾਈ, ਇੱਥੇ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ। ਆਪਾਂ ਸਰਚ ਕਰਦੇ ਹਾਂ। ਬਾਈ ਡਿਜ਼ਾਈਨਰ ਬਾਈ ਸਹੀ ਕਹਿਣ ਲੱਗ ਰਿਹਾ, ਫਿਰ ਇੱਥੇ ਖੜੀ ਕਰ ਦੋ। ਚਲੋ ਬੈਠੋ ਗੱਡੀ 'ਚ, ਚਲੋ ਚਲੋ। ਤੁਹਾਡੇ ਚੋਂ ਕੋਈ ਪਿਸ਼ਾਬ ਕਰਨ ਦਾ ਚਾਹਵਾਨ ਹੈ? ਨਾ ਤੂੰ ਹੋ ਬਈ, ਆਪਾਂ ਚੱਲਦੇ ਹਾਂ। ਚੱਲ ਹੋਰ ਜਿੱਤੇ ਬਾਈ, ਕੋਈ ਨਵੀਂ ਤਾਜੀ? ਜਿੱਤਾ ਬਾਈ ਜੀ, ਜਿੱਤੇ ਬਾਈ ਜੀ, ਇੱਕ ਗੱਲ ਪੁੱਛਾਂ, ਜੇ ਗੁੱਸਾ ਨਹੀਂ ਕਰੋਗੇ ਤਾਂ? ਬਾਈ ਤੁਹਾਡੀ ਕੋਈ ਸਹੇਲੀ ਸੁਹਲੀ ਹੈ? ਗਰਲਫ੍ਰੈਂਡ? ਗਰਲਫ੍ਰੈਂਡ ਨਾ। ਪਤਾ ਹੀ ਕੀ ਗੱਲ ਜਿੱਤੇ ਬਾਈ, ਬੜਾ ਸੋਚ ਕੇ ਦੱਸਿਆ ਹੈ। ਅੱਤਵਾਦੀ ਉਹ ਮੇਰਾ ਅੰਤਮ। ਮੈਨੂੰ ਲੱਗਦਾ ਜਿੱਤੇ ਬਾਈ ਨੂੰ ਹੀਨਾ ਭਰਜਾਈ ਬਾਰੇ ਕੁਛ ਪਤਾ ਹੀ ਨਹੀਂ। ਹੀਨਾ ਭਰਜਾਈ ਸਾਲਿਓ, ਖੁੱਲ ਕੇ ਦੱਸੋ ਗੱਲ ਕੀ ਹੈ। ਖਲਨਾਇਕ ਰਹਿਣ ਦੇ ਯਾਰ, ਕਾਹਨੂੰ ਦੱਸਣਾ, ਨਾਲੇ ਅਗਲੀ ਬਾਲਾ ਪਿਆਰ ਕਰਦੀ ਹੈ, ਭੇਤ ਖੁੱਲ ਜੂ। ਮੈਂ ਫੇਰ ਕੀ ਹੈ, ਜੇ ਭੇਤ ਖੁੱਲਣ ਨਾਲ ਜੀਤੇ ਬਾਈ ਦਾ ਘਰ ਵੱਸਦਾ, ਇਹ 'ਚ ਹਰਜ ਥੋੜ੍ਹੀ ਆ ਕੋਈ? ਪਰ ਇਹ ਵੀ ਆ, ਮੇਰੇ ਤੇ ਵੀ ਕੋਈ ਮਰਦੀ ਹੈ ਬਾਈ। ਫਿਲਾਸਫੀ ਡਿਪਾਰਟਮੈਂਟ ਦੀ ਇੱਕ ਕੁੜੀ ਹੈ ਜਿਹਦਾ ਨਾਮ ਹੈ ਹੀਨਾ, ਜਿਹੜੀ ਤੁਹਾਨੂੰ ਬਹੁਤ 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 ਪਿਆਰ ਕਰਦੀ ਹੈ। ਪਿਆਰ ਕਰਦੀ ਹੈ? ਪਿਆਰ ਕਰਦੀ ਹੈ? ਉਹ ਪਿਆਰ ਕਰਦੀ ਹੈ? ਉਹ ਵੀ ਮੈਨੂੰ? ਹਾਂਜੀ ਤੁਹਾਨੂੰ। ਉਹ ਵੀ ਤੁਹਾਨੂੰ ਪੂਰੇ 1 ਸਾਲ ਤੋਂ ਫੋਲੋ ਕਰ ਰਹੀ ਹੈ, ਤੁਹਾਡਾ ਲੀੜਾ ਕੱਪੜਾ ਉੱਠਣਾ ਬੈਠਣਾ ਹੱਗਣਾ ਮੁੱਤਣਾ। ਹੱਗਣਾ ਮੁੱਤਣਾ? ਅੰਮਾ ਮੰਮਾ, ਇਹ ਚੀਜ਼ਾਂ ਛੱਡ ਕੇ ਬਾਕੀ ਸਭ ਕੁਝ ਤਾਂ ਫੋਲੋ ਕਰਦੀ ਹੈ। ਇਹਦੇ ਕਹਿਣ ਦਾ ਮਤਲਬ ਆ ਟਾਈਮ, ਡੇਟ, ਮੌਸਮ ਦੇ ਹਿਸਾਬ ਕਿਤਾਬ ਨਾਲ ਸਾਰਾ ਕੁਝ ਅਗਲੀ ਡਾਇਰੀ 'ਤੇ ਨੋਟ ਕਰੀ ਫਿਰਦੀ ਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ, ਅਸੀਂ ਗੱਲ ਅੱਗੇ ਤੋਰੀਏ। ਤੋਰਦਾ ਨਾ? ਓ ਹਾਂ ਹਾਂ, ਤੋਰੋ ਤੋਰੋ। ਜੇ ਤੁਸੀਂ ਮੇਰੀ ਬੇਰੰਗ ਜ਼ਿੰਦਗੀ 'ਚ ਰੰਗ ਭਰਦਾ ਨਾ, ਸਾਰੀ ਉਮਰ ਤੁਹਾਡਾ ਅਹਿਸਾਨਮੰਦ ਰਹਾਂਗਾ। ਲੈ ਓਏ, ਤਾਂ ਸਾਡਾ ਚੁਟਕੀ ਦਾ ਕੰਮ ਹੈ। ਐ ਚੱਕ ਯਾਰ, ਪਰ ਅੱਤਵਾਦੀ
ਤੇਰਾ ਸਿਰ ਨਹੀਂ ਦਰਦ ਹੋ ਰਿਹਾ ਯਾਰ? ਤੇ ਯਾਰ ਘਬਰਾਹਟ ਹੀ ਹੋ ਰਹੀ ਹੈ ਬੜੀ। ਦੇਖੀ ਸੁੱਜੇ ਤਾਂ ਨਹੀਂ ਸਿਰ ਕਿਤੋਂ? ਉਹ ਸਿਰ ਹਟਾ ਦਿੰਦੇ ਆ, ਆ ਚੱਕੋ ਤੁਹਾਡਾ ਸਿਰ ਵੀ ਹਟ ਜੂ। ਓਏ ਦਿਲੇ ਖੁਸ਼ ਕਰਤਾ ਜੀਤੇ ਬਾਈ, ਹੁਣ ਐ ਕਰੋ ਬਾਈ ਆਪਣੇ ਪੁੱਠੇ ਦਿਨ ਗਿਣਨੇ ਸ਼ੁਰੂ ਕਰ। ਇਹਦਾ ਕਹਿਣ ਦਾ ਮਤਲਬ ਹੈ ਤੁਹਾਡੀ ਬੇਰੰਗ ਜ਼ਿੰਦਗੀ 'ਚ ਹੁਣ ਰੰਗ ਭਰਿਆ ਸਮਝੋ। ਪਰਤਾ ਵਸ ਭਰਿਆ ਸਮਝੋ। ਹੈਲੋ, ਹਾਂ ਸਮਰ ਬਾਈ, ਇਹਦੇ ਰੰਗ ਤਾਂ ਭਰੇ ਗਏ ਬੇਟੇ। ਨਾਇਕ ਨਹੀਂ ਖਲਨਾਇਕ ਹੂੰ ਮੈਂ। ਇਹਨਾਂ ਦਾ ਬੰਦੋਬਸਤ ਕਰ ਹੁਣ, ਸਮਝ ਲਾ ਹੋ ਗਿਆ। ਹਾਂ ਜੌਂਟੀ ਦਾ ਕੁਛ ਪਤਾ ਲੱਗਿਆ? ਉਹ ਬਾਈ ਜਿਹੜੀ ਸੰਜੇ ਨੇ ਦੱਸ ਪਾਈ ਸੀ ਨਾ, ਉਸ ਥਾਂ ਤੋਂ ਤਾਂ ਕੁਛ ਲੱਭਿਆ ਹੀ ਨਹੀਂ। ਹੁਣ ਦੋ ਹੋਰ ਥਾਵਾਂ 'ਤੇ ਸ਼ੱਕ ਆ, ਉੱਧਰ ਹੀ ਜਾ ਰਹੇ ਹਾਂ। ਬਾਈ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ, ਦਿਨ ਰਾਤ ਇੱਕ ਕੀਤੀ ਹੋਈ ਹੈ ਅਸੀਂ। ਅਸੀਂ ਤਾਂ ਬਾਈ ਸੁੱਤੇ ਵੀ ਨਹੀਂ, ਥਕਾਵਟ ਨਾਲ ਸਾਡੇ ਤਾਂ ਡੇਲੇ ਵੀ ਬਾਰੇ ਉਹਨੂੰ ਹੋਏ ਪਏ ਆ। ਚੱਲ ਠੀਕ ਹੈ ਚੰਗਾ, ਜਿਵੇਂ ਕੁਛ ਪਤਾ ਲੱਗੇ ਪਹਿਲਾਂ ਮੈਨੂੰ ਫੋਨ ਕਰੀ। ਠੀਕ ਆ ਬਾਈ। ਭੈਣ ਦੀ ਬੈਰੀ ਡਿਪਰੈਸ਼ਨ ਛਿੱਗੀ। ਸਾਲਿਆਂ ਤੋਂ ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲਓ, ਕੰਮ ਕਰਦੇ ਨਹੀਂ, ਟਾਈਮ ਪਾਸ ਕਰਦੇ। ਤੂੰ ਇੱਥੇ ਰੁਕ, ਮੈਂ ਬਾਈ ਨੂੰ ਮਿਲ ਕੇ ਆਉਣਾ। ਤੂੰ ਕਿਹਦੇ ਨਾਲ ਮਰੀ ਜਾਂਦਾ ਸੀ ਫੋਨ 'ਤੇ ਮਗਜਾਲੀ ਹੋਏ? ਉਹ ਸਮਰ ਬਾਈ ਸੀ ਯਾਰ, ਕੀ ਕਹਿੰਦਾ ਹਰ ਵੇਲੇ ਲਾਈਨ ਕਰੀ ਰੱਖਦਾ। ਉਹ ਚੱਲ ਕੋਈ ਨਹੀਂ, ਚਾਹ ਪੀ ਲੈ ਤੂੰ। ਹਾਂ ਹਾਂ, ਕੋਈ ਵੀ ਸਟੇਟ ਨਹੀਂ ਛੱਡਣੀ, ਹਰ ਥਾਂ 'ਤੇ ਜਾ ਕੇ ਲੱਭੋ। ਯਾਰ ਤੁਸੀਂ ਸਮਝਦੇ ਕਿਉਂ ਨਹੀਂ, ਮੇਰਾ ਬਿਜ਼ਨਸ ਠੱਪ ਹੋ ਜਾਣਾ। ਜਿਹੜੇ ਸਾਲੇ ਕਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਸੀ ਕਰ ਸਕਦੇ, ਅੱਜ ਉਹ ਕੰਨ ਚੱਕਣ ਲੱਗ ਪਏ ਨੇ। ਹਾਂ ਸੱਚ, ਉਹ ਰਾਜਸਥਾਨ ਵਾਲੇ ਮੁੱਸੇ ਨੂੰ ਮੇਰੇ ਕੋਲ ਭੇਜੋ, ਹੁਣ ਤਾਂ ਕੋਈ ਨਾ ਕੋਈ ਉਹੀ ਕਰ ਸਕਦਾ ਹੱਲ। ਠੀਕ ਹੈ ਨਾ? ਹਾਂ, ਓਕੇ ਬਾਏ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਤੋਂ ਬਿਨਾਂ ਕੋਈ ਹੋਰ ਵੀ ਕੰਮ ਕਰ ਲਿਆ ਕਰੋ। ਕੀ ਕਹਿੰਦੇ ਨੇ ਤੇਰੇ ਉਹ ਜਿਨ੍ਹਾਂ ਨੇ ਹਰਿਆਣਾ ਹੀ ਦੱਸ ਪਾਈ ਸੀ? ਉੱਥੋਂ ਦਾ ਬਾਈ ਮੂਵ ਕਰ ਗਏ, ਇੱਕ ਦੋ ਜਗ੍ਹਾ 'ਤੇ ਹੋਰ ਸ਼ੱਕ ਹੈ। ਮੈਂ ਮੁੰਡੇ ਭੇਜੇ ਹੋਇਆ, ਲੱਗ ਜੂਗਾ ਪਤਾ। ਕੁਛ ਨਹੀਂ ਕਰ ਸਕਦੇ ਤੁਸੀਂ, ਹੈ ਨਹੀਂ ਤੁਹਾਡੇ ਪਤਾਲੂਆਂ 'ਚ ਦਮ। ਮੈਂ ਰਾਜਸਥਾਨ ਦੀ ਮੁੱਸੇ ਨੂੰ ਬੁਲਾਇਆ, ਉਹਦੀ ਖਾਤਰਦਾਰੀ ਅਤੇ ਜੌਂਟੀ ਬਾਰੇ ਡਿਟੇਲ 'ਚ ਗੱਲ ਦੱਸਣੀ ਤੇਰੀ ਜ਼ਿੰਮੇਵਾਰੀ ਹੈ, ਸਮਝਿਆ ਨਾ? ਬਿਲਕੁਲ ਬਾਈ, ਤੁਸੀਂ ਫਿਕਰ ਨਾ ਕਰੋ, ਮੈਂ ਕਰਦਾ। ਹਾਂ ਹਾਂਜੀ ਬਾਈ। ਜੀਤੇ ਬਾਈ ਥੋੜ੍ਹਾ ਜਿਹਾ ਸਬਰ, ਬਸ ਹੋਰ ਹੀਨਾ ਭਰਜਾਈ ਡਾਊਨਲੋਡ ਹੋ ਹੀ ਰਹੀ ਹੈ। ਹੋ ਰਹੀ ਆ? ਹਾਂ ਹਾਂ ਹੋ ਰਹੀ ਆ, ਹੋ ਰਹੀ ਆ, ਹੋ ਰਹੀ ਆ ਬਾਈ, ਹੋ ਰਹੀ ਆ। ਉਹ ਦੇਖੋ, ਉਹ ਦੇਖੋ, 1 2 3 4 5 ਆ ਚੱਕੋ ਸਾਡੀ ਸਰਕਾਰ ਯੋਗ ਹੀਨਾ ਭਾਬੀ ਮਰਜਾਈ। ਲਿਆਓ ਛੇਤੀ ਦਿਖਾਓ, ਲੈ ਦਿਖਾ ਦੇ, ਦਿਖਾ ਦੇ ਇਹਨੂੰ। ਦਿਖਾਵਾਂ? ਓਏ ਓਏ ਅੱਤਵਾਦੀ, ਓਏ ਮਾਂ ਅੰਤਮ ਯਾਰ, ਉਹਨੂੰ ਕੀ ਕਹਿੰਦੇ ਹੁੰਦੇ ਨੇ ਉਹ ਲਫਾਫੇ ਜਿਹੇ 'ਚ? ਓ ਸ਼ਗਨ। ਹਾਂ ਸ਼ਗਨ ਤੋਂ ਬਣਤਾ ਹੈ, ਕਿਉਂ ਅੱਤਵਾਦੀ? ਆਹੋ ਬਣਦਾ ਸ਼ਗਨ, ਆਖਰ ਕਾ ਸਾਡੀ ਭਰਜਾਈ ਦੀ ਮੂੰਹ ਦਿਖਾਈ ਜੋ ਹੈ। ਸਾਲੋ ਐ ਆਪਣੇ ਹਰਕਤ ਨੂੰ ਆਵਾਜ਼ ਨਾ ਆਇਓ, ਦੱਸੋ ਕੀ ਚਾਹੀਦਾ? ਚਾਹੀਦੀ ਹੈ ਜੋ ਆਪਣੇ ਪਰਸ 'ਚ ਰੱਖਦੇ ਹੋ, ਜਿਹੜੀ ਚਾਹ ਨਾਲ ਖਾਈਦੀ ਆ। ਉਹ ਤੁਹਾਨੂੰ ਕਿਵੇਂ ਪਤਾ ਹੈ ਸੀਕ੍ਰੇਟ ਦਾ? ਸਾਨੂੰ ਕਿਵੇਂ ਪਤਾ? ਹੀਨਾ ਭਰਜਾਈ, ਹੀਨਾ ਭਰਜਾਈ, ਹਾਂ ਹੀਨਾ ਭਰਜਾਈ ਨੇ ਦੱਸਿਆ। ਉਹ ਤਾਂ ਤੁਹਾਡੇ ਧੁਰ ਅੰਦਰ ਤੱਕ ਪਹੁੰਚੀ ਭਈਆ, ਬਾਲਾ ਪਿਆਰ ਕਰਦੀ ਆ ਤੁਹਾਨੂੰ। ਇੰਨਾ ਪਿਆਰ ਕਰਦੀ ਆ ਮੇਰੀ ਹੀਨਾ? ਆਹ ਕਿਵੇਂ ਸਾਲੇ ਜੀਤੇ ਨੂੰ ਸਾਈਡ ਜੀਤੇ ਲੈ ਕੇ ਗੋਲੀ ਜੀ ਪਾਈ ਜਾਂਦੇ ਨੇ? ਉਹ ਕੁਛ ਨਹੀਂ, ਜੀਤਾ ਦਿਮਾਗ ਖਾਂਦਾ ਹੋਊ ਇਹਨਾਂ ਦਾ। ਹਲੋ ਧਿਆਨ ਨਾਲ, ਪਿਓਰ ਹੈ ਜਿਵੇਂ ਮੇਰੀ ਹੀਨਾ ਦਾ ਪਿਆਰ ਪਿਓਰ ਹੈ, ਸੱਚੀ ਮਾਲ ਪਿਓਰ ਹੈ। ਓਏ ਪਹਿਲਾਂ ਫੋਟੋ ਦਿਖਾ ਦਿਓ ਹੁਣ, ਲੈ ਕਿੰਨੀ ਕਾਲੀ ਆ ਦੇਖ। ਲੈ ਕਾਲੀ ਹੋਵੇ ਵੀ ਕਿਉਂ ਨਾ, ਬਾਲੀ ਸੋਹਣੀ ਆ ਭਾਬੀ। ਪਹਿਲਾਂ ਅੱਖਾਂ ਬੰਦ ਕਰੋ। ਹਾਂ ਕਰੋ ਨਾ। ਓਏ ਕਿਹੜੀ ਨਵੀਂ ਪਸੂੜੀ ਪਾਲੀ? ਕਰੋ। ਓ ਯਾਰ ਕਰੋ ਬਾਈ, ਸਰਪ੍ਰਾਈਜ਼ ਆ, ਬਾਲੀ ਸੋਹਣੀ ਆ ਭਾਬੀ, ਐਕਸਾਈਟਮੈਂਟ। ਚੱਲ ਕਰ ਲੈ, ਕਰ ਲਓ ਕੁਛ। ਹੁਣ ਆਹਿਸਤਾ ਆਹਿਸਤਾ ਆਪਣੀਆਂ ਅੱਖਾਂ ਆਹਿਸਤਾ ਆਹਿਸਤਾ ਤੇ ਦੇਖੋ ਆਪਣੀ ਸੁਪਨੇ ਦੀ ਰਾਜਕੁਮਾਰੀ, ਸਾਡੀ ਭਰਜਾਈ, ਮੇਰੀ ਮੁਰਾਦ ਹੀਨਾ। ਹੀਨਾ
ਓਏ ਤਾਂ ਜੈਸਮੀਨ ਸੈਂਡਲਜ਼ ਹੈ। ਓ ਨਹੀਂ ਨਹੀਂ, ਆਪਣੀ ਭਾਬੀ ਹੈ। ਭਾਬੀ ਆ ਉਹ, ਆ ਦੇਖ ਸਾਲਿਆ ਮੁਲਾਕਾਤ ਨੂੰ ਜੇਲ ਚ ਬੈਠੀ ਆ। ਚੱਲੀਏ ਫਿਰ ਮੁਲਾਕਾਤ ਕਰਨ ਸ਼ੈਪੂ ਨਾਲ। ਜਿਹੜੇ ਹਿਸਾਬ ਨਾਲ ਰੋਂਦਾ ਹੈ ਇਹਨੂੰ ਜ਼ਰੂਰ ਭੋਗਤੇ ਜਾਣਾ ਚਾਹੀਦਾ ਕਿਸੇ ਦੇ। ਚੱਲ ਸਾਲਿਆ ਖੜਾ ਹੋਣ ਚੱਲੀਏ। ਆ ਚੱਲ ਆ ਜਾ, ਮੇਰਾ ਰੋਡ ਕੁੱਟਣਾ, ਮੇਰਾ ਰੋਡ ਕੁੱਟਣਾ। ਹੇਕਮ ਬਾਈ ਸਿਰਾ ਜਮਾ ਸਿਰਾ ਕਰਵਾਤਾ। ਇਸ ਕਲਿੱਪ ਤੋਂ ਇਹਦੀ ਗੰਦੀ ਸੋਚ ਬਾਰੇ ਪਤਾ ਲੱਗੂ ਆ। ਨਾਲੇ ਵੀਰੇ ਆਪਣੇ ਬਾਰੇ ਜੋ ਗਲਤ ਸੋਚਦੇ ਸੀ ਉਹਨਾਂ ਦਾ ਵੀ ਵਹਿਮ ਦੂਰ ਹੋ ਜਾਣਾ। ਕਿਉਂ ਬਈ ਜੌਂਟੀ, ਤੇਰਾ ਕੀ ਖਿਆਲ ਹੋਏ? ਪਲੀਜ਼ ਮੈਨੂੰ ਕੁਛ ਖਾਣ ਨੂੰ ਦੇ ਦਿਓ, ਮੈਨੂੰ ਭੁੱਖ ਲੱਗੀ ਆ। ਜੋ ਤੁਸੀਂ ਕਿਹਾ ਮੈਂ ਬੋਲਿਆ, ਜੋ ਤੁਸੀਂ ਕਹੋਗੇ ਉਹੀ ਕਰੂੰਗਾ, ਪਰ ਪਲੀਜ਼ ਮੈਨੂੰ ਕੁਛ ਖਾਣ ਨੂੰ ਦੇ ਦਿਓ। ਸਾਲਿਆ, ਜੇ ਸਾਹਮਣਾ ਤੂੰ ਗੰਦ ਪਾਇਆ ਨਾ, ਤੇਰੇ ਤੇ ਕੁੱਤੇ ਨੂੰ ਵੀ ਤਰਸ ਨਾ ਆਵੇ। ਅੱਖਾਂ ਥੱਲੇ ਕਰ। ਉਂਦੀ ਅੱਜ ਤਾਂ ਥੱਕ ਗਏ ਯਾਰ। ਹੋਰ ਬਈ, ਮੇਰੇ ਤਾਂ ਪੱਟ ਫੁੱਲੇ ਪਏ ਨੇ। ਗਾਂ ਦੀ ਮਾਊਂਟ ਐਵਰੇਸਟ ਦੀ ਚੋਟੀ 'ਤੇ ਚੜ੍ਹ ਕੇ ਪੈਟ 'ਚ ਫੁੱਲ ਗਏ। ਬਈ ਤੁਸੀਂ ਨਹੀਂ ਥੱਕੇ? ਬਹੁਤ। ਫਿਰ ਤੁਸੀਂ ਕਿਹੜਾ ਚੜ੍ਹ ਕੇ ਆਏ? ਵੈਸੇ ਬਾਈ ਜੀ, ਜੌਂਟੀ ਬਾਈ ਨੂੰ ਲੱਭਣਾ ਕਿਹੜਾ, ਮਾਊਂਟ ਐਵਰੇਸਟ ਦੀ ਚੜ੍ਹਾਈ ਚੜ੍ਹਨ ਨਾਲੋਂ ਘੱਟ ਹੋਇਆ ਪਿਆ ਜੀ। ਲੈ ਹੋਰ ਕੀ। ਉਹ ਆ ਫੋਟੋ ਸਹੀ ਹੈ, ਆ ਭੇਜ ਦੀ ਮੈਨੂੰ, ਦਿਖਾ ਦਿਓ। ਕੀ ਸਹੀ ਆ ਓਏ, ਕੀ ਭੇਜ ਦੇ? ਸਾਲਿਆ ਕੱਲ੍ਹ ਤੋਂ ਦੇਖ ਰਿਹਾ, ਲੱਛਣ ਜੇ ਠੀਕ ਨਹੀਂ ਲੱਗਦੇ ਮੈਨੂੰ ਤੇਰੇ। ਸਹੀ ਕਿਹਾ ਬਾਈ, ਇਹਦੇ ਰੰਗ ਢੰਗ ਜੇ ਮੈਨੂੰ ਠੀਕ ਨਹੀਂ ਲੱਗਦੇ। ਆ ਮੁੱਛਾਂ 'ਤੇ ਤਾਂ ਦੇਖੋ ਕਿਵੇਂ ਜਲ ਥੱਪੀ ਹੈ। ਬਾਈ ਜੀ, ਤੁਸੀਂ ਤਾਂ ਐਵੇਂ ਨਾ ਜੀਤੇ ਬਾਈ ਦੀ ਮੁੱਛਾਂ ਤੋਂ ਜੈਲਸੀ ਕਰਦੇ ਹੋ। ਉਹ ਜੇ ਤੁਸੀਂ ਕਹੋ ਤਾਂ ਕਟਾ ਦਾ। ਉਹ ਸਾਲਿਆ ਮਜ਼ਾਕ ਕਰਦੇ ਨੇ, ਹਰੇਕ ਗੱਲ ਨੂੰ ਸੀਰੀਅਸ ਲੈ ਜਾਣਾ ਫਿਰ। ਉਹ ਸੰਜੇ ਕੁਮਾਰ ਜੀ, ਆ ਬਾਈ ਦੁਨੀਆਦਾਰੀ ਤੋਂ ਬਾਹਰ ਨਿਕਲ ਕੇ ਸਾਡੇ ਨਾਲ ਵੀ ਕਦੇ ਚਾਰ ਗੱਲਾਂ ਕਰ ਲਿਆ ਕਰੋ। ਰਹਿ ਬਾਈ, ਹੁਕਮ ਤਾਂ ਕਰ, ਤਾਰੇ ਲਈ ਜਾਨ ਵੀ ਹਾਜ਼ਰ ਹੈ। ਉਹ ਤੇਰੀ ਜਾਨ ਕੀ, ਅਸੀਂ ਜਾਨ 'ਚ ਮਾਰਨੀ ਹੈ, ਮੁੰਡੇ ਥੱਕੇ ਪਏ ਆ, ਕਰ ਪੂਰਾ ਪ੍ਰਬੰਧ। ਡਿਜ਼ਾਈਨਰ ਬਾਈ ਨਾ ਹਮੇਸ਼ਾ ਸਹੀ ਗੱਲ ਕਰਦੇ ਨੇ, ਆਪਣੇ ਹੱਕ ਦੀ ਗੱਲ ਕਰਦੇ ਭਾਈ। ਜੇ ਵੀ ਕੋਈ ਕਹਿਣੇ ਕੀ ਬਾਤ ਹੈ, ਆਜ ਮੈਂ ਧੰਨੇ ਹਰਿਆਣੇ ਕੀ ਸੁਪਰ ਹੌਟ ਡਾਂਸਰ ਸਪਨਾ ਚੌਧਰੀ ਕਾ ਡਾਂਸ ਦਿਖਾਤਾ ਹੂੰ। ਰਾ ਮੇਰੇ ਡੈਡੀ ਕੇ ਦੋਸਤ ਹੈ ਹਰੀਸ਼ ਚੌਧਰੀ, ਉਨਕੇ ਗਾਉਂ ਮੇਂ ਫੰਕਸ਼ਨ ਹੈ, ਇਨਵੀਟੇਸ਼ਨ ਆਇਆ। ਲੈ, ਇਨਵੀਟੇਸ਼ਨ ਨਾ ਵੀ ਆਇਆ ਹੁੰਦਾ, ਅੱਜ ਤਾਂ ਵੀ ਚੱਲ ਪੈਂਦੇ ਹਨਾ ਅੱਤਵਾਦੀ। ਓਏ ਅੰਤਮ, ਆਹੋ ਚੱਲਣਾ। ਸਪਨਾ ਚੌਧਰੀ ਦਾ ਨਾਂ ਸੁਣ ਕੇ ਕਿਵੇਂ ਥਕਾਵਟ ਦੂਰ ਹੋ ਗਈ ਹੈ? ਫਿਰ ਤਾਂ ਡਿਜ਼ਾਈਨਰ ਨੂੰ ਆਪਣੇ ਅਸਲੀ ਰੂਪ 'ਚ ਆਉਣਾ ਪੈਣਾ, ਤਾਂ ਹੀ ਸਪਨਾ ਇੰਪ੍ਰੈਸ ਹੋਊ। ਤੇ ਬਈ ਮੈਂ ਨਾਲ ਆ ਤੁਹਾਡੇ। ਤੂੰ ਕੀ ਕਰੇਗਾ ਬਈ? ਤੁਹਾਨੂੰ ਇੰਪ੍ਰੈਸ ਕਰਕੇ ਦਊਂਗਾ। ਕਿਉਂ? ਸੋਤੋਂ ਆਪ ਤਾਂ ਅਜ ਤੱਕ ਹੋਈ ਨਹੀਂ ਕੋਈ। ਓਏ ਚਲੋ ਫਿਰ ਕਰੀਏ ਖਿੱਚੇ ਤਿਆਰੀ ਸ਼ਾਮ ਦੀ। ਕੁੜੀਆਂ ਮੈਂ ਮੁੰਡਿਆਂ ਹੋਏ ਖਰਾ।
है मेरे से क्यों दूर तू भाग है ऐसे जिस्म को खाऊंगा तेरे बार बार मेरे बैठेगी सागा गंदी मेरी नजर से छोरी तू कभी भी बच ना पावे सेक्सी होटो को रेवी जी भर के खाना चावे खाना चावे सूटे वगो खिचना जांदे गंदे जे गाने गांदे बोले पाले मो प्यानो मेरे पीछे के मन पांदे रवि आए तू भी बच के रह कर दू नहीं तेनू भी बर्बाद बलराज भाई मुसा राजधानी मेरा भरा वेलकम बैठो बलराज भाई पहली बार तुहाडे चेहरे ते परेशानी देख रहा पर हुण तुसी चिंता ना करो क्योंकि हुण मूसा राजस्थानी आ गया मेरे कोले कोई कम आवे ओनू ते होना ही पैना बस यही उम्मीद सी तेरे को बलराज भाई तुसी मैनू पहला दस्या हुंदा ता एड़ी नौबत आनी नहीं सी स्पार्क जी सर 99.1 इक्वल टू 100 चैप्टर क्लोज जय सर बलराज भाई समझो तुहाडा काम हो गया गोली हाँ जी भाई आ मुसे दी स्टे दा इंतजाम कर दे ते सारा मैटर नू डिटेल च दस दे ठीक है जी चंगा मुसे तुसी करो डिस्कस ठीक है ना कल मिलते हैं एज यू विश बलराज भाई आगे तो तुहाडी कोई हेडक नहीं सारी हेडक मूसा राजस्थानी मिस्टर गोली चलो राजस्थानी लभ लिया जोटी नू की कह सकते हैं भाई प्रभाव जा तो खासा पा गया भाई प्रभाव भी है ऐसा तो भी अपने वर्ते ही है की तेरा बिच बोलना जरूरी हुंदा अपने पास सारा बुक नाले साड़ी रिस्क कौन कर लो सानू रब ने बनाया महाराजे कोई शक इन्ना कभी नहीं भाई फिर आई नहीं करा कर दे मेरा सारा बुक ओ हाँ जी चल चलिए हम हीना भाभी का इश्त जीते बाई की तड़फ ओहो हो माशाल्लाह माशाल्लाह होई पई है खलनायक कानू जीते बाई का सबर तोड़ी जाना है साढ़े दो घंटे हो गए खड़ाई खड़े नू हाले तक नहीं थोड़ी हीना भरजाई आई सबर बाई जी सबर का फल मिठा हुंदा है जिस हिसाब नाल सबर की गल करदा ना सबर का फल हुंदा ही नहीं सारे लत्त दुखन लग गया मेरिया महाराज उही तां मैं कह रहा अपने पर्स च हाथ मारो
ਨਾਗਣੀ ਦੇਵੀ ਕੱਢੋ, ਨਾਲੇ ਆਪਣੀ ਲੱਤਾਂ ਦਾ ਦਰਦ ਠੀਕ ਕਰੋ, ਨਾਲੇ ਸਾਡਾ ਕਿਉਂ ਅੱਤਵਾਦੀ। ਓਏ ਓਏ ਤੂੰ ਸਿੱਧਾ ਨਾਮ ਲੈ ਲਿਆ ਕਰ, ਨਹੀਂ ਤੇਰੇ ਚੱਕਰਾਂ 'ਚ ਮੈਂ ਕਦੇ ਆਤਮ ਹੱਤਿਆ ਕਰ ਜੂੰਗਾ। ਉਹ ਆਤਮ ਹੱਤਿਆ ਤੂੰ ਬਾਅਦ 'ਚ ਕਰੀ, ਸਾਲਿਓ ਪਹਿਲਾਂ ਮੇਰਾ ਹੀਲਾ ਕਰੋ। ਹੀਲਾ? ਨਹੀਂ 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 ਜੀਤੇ ਬਾਈ, ਹੀਲਾ ਨਹੀਂ, ਮੇਲ। ਮੇਲ ਇਹ ਦੋ ਪਾਕ ਰੂਹਾਂ ਦਾ ਮੇਲ ਹੈ। ਇਹ ਮੇਲ ਸਬਰ ਬੇਇੰਤਹਾ ਮੁਹੱਬਤ ਨਾਲ ਹੁੰਦੇ ਨੇ। ਸਿਆਣੇ ਕਹਿੰਦੇ ਨੇ ਜਦੋਂ ਇਹ ਮੇਲ ਹੁੰਦੇ ਨੇ ਨਾ ਉਦੋਂ ਧੁੱਪ 'ਚ ਵੀ ਮੀਂਹ ਪੈਣ ਲੱਗ ਜਾਂਦਾ। ਕਹਿੰਦੇ ਧੁੱਪ 'ਚ ਮੀਂਹ, ਉਹ ਸਾਲੇ ਤਾਂ ਗਿੱਦੜ ਗਿੱਦੜੀ ਦੇ ਵਿਆਹ ਵੇਲੇ ਪੈਂਦਾ। ਲੈ ਤੈਨੂੰ ਇਹਨੇ ਕਿਹਾ ਆਹੋ ਐਵੇਂ ਹੁੰਦਾ ਹੁੰਦਾ ਹੋਊਗਾ ਹੁੰਦਾ ਹੋਊਗਾ। ਟਾਈਮ ਹੋ ਗਿਆ, ਟਾਈਮ ਹੋ ਗਿਆ ਆਉਣ ਵਾਲੀ ਆ ਭਾਬੀ। ਅੱਖਾਂ ਤੇ ਕੰਨ ਬੰਦ ਕਰੋ। ਕਿਉਂ ਜੇ ਸਾਲਿਓ, ਜੇ ਮੈਂ ਅੱਖਾਂ ਬੰਦ ਕਰ ਲਈਆਂ ਦੇਖੂੰਗਾ ਕਿਵੇਂ? ਓਹੋ, ਜੇ ਕੰਨ ਬੰਦ ਕਰ ਲਏ ਤਾਂ ਸੁਣੂਗਾ ਕਿਵੇਂ? ਗੱਲ ਤਾਂ ਸੁਣੂ, ਐਕਸਾਈਟਮੈਂਟ ਬਣਾਉਣ ਲਈ ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਜਦੋਂ ਅੱਖਾਂ ਬੰਦ ਕਰਕੇ ਖੋਲੂਗੇ ਫਰੈਸ਼ ਫਰੈਸ਼ ਹੀ ਨਾ ਭਾਬੀ ਦੇਖੂਗੀ, ਸਵਾਦ ਹੀ ਵੱਖਰਾ ਹੈ, ਰੂਹ ਨਾਲ ਰੂਹ ਜੁੜੂਗੀ। ਹਾਂ ਠੀਕ ਕਹਿ ਰਹੇ ਹੋ, ਮੈਂ ਹੁਣੇ ਅੱਖਾਂ ਬੰਦ ਕਰੋ। ਅੱਛਾ ਮੈਨੂੰ ਦੱਸ ਦਿਓ ਕਦੋਂ ਆਊਗੀ ਹੀਨਾ ਜੀ? ਕਰੋ ਕੰਨ ਵੀ। ਹਾਂ ਆ ਲਓ, ਮੈਂ ਕਰ ਲਏ ਕੰਨ ਬੰਦ ਤੇ ਨਾਲੇ ਅੱਖਾਂ। ਇਹ ਤਾਂ ਸਾਲਿਆ ਸੀਰੀਅਸ ਲੈ ਗਿਆ, ਹੁਣ ਦੱਸ ਕੀ ਕਰੀਏ? ਜਿਹੜਾ ਹਣੀ ਸੀ ਸਾਲਾ ਉਹ ਵੀ ਹੀਨਾ ਬਣਨ ਤੋਂ ਜਵਾਬ ਦੇ ਗਿਆ। ਜੇ ਇਹਨੂੰ ਪਤਾ ਲੱਗ ਗਿਆ ਨਾ ਕਿ ਫੁੱਦੂ ਲਾ ਰਿਹਾ, ਉੱਤੂ ਘੱਟ ਘੜੀਸੂ ਜ਼ਿਆਦਾ। ਸਾਲਾ ਇੱਕ ਤਾਂ ਹੈ ਵੀ ਸਾਂਢ ਜਾਏ। ਓਏ ਆ ਗਈ ਤੁਹਾਡੀ ਹੀਨਾ ਭਰਜਾਈ। ਉਹ ਖਰਜੋ ਇੱਕ ਮਿੰਟ, ਕੀ ਬਹਾਨਾ ਲਾਈਏ ਹੁਣ? ਅੱਖਾਂ ਖੋਲੋ ਜਿੱਤੇ ਬਾਈ, ਅੱਖਾਂ ਖੋਲੋ। ਉਹ ਭਾਈ ਸਾਹਿਬ ਅੱਖਾਂ ਖੋਲੋ। ਖੋਲੋ ਬਾਈ, ਆ ਗਈ ਤੁਹਾਡੀ ਭਰਜਾਈ। ਖੋਲੋ ਖੋਲੋ। ਉਹ ਕਿੱਥੇ ਗਈ ਮੇਰੀ ਹੀਨਾ? ਚਲੀ ਗਈ। ਗਈ ਚਲੀ ਗਈ? ਉਹ ਵੀ ਮੈਨੂੰ ਬਿਨਾਂ ਮਿਲੇ? ਸਾਲਾ ਮੈਂ ਸਾਰੀ ਸੁੱਤਾ ਨਹੀਂ ਉਸ ਹੀਨਾ ਨੂੰ ਮਿਲਣ ਦੇ ਚੱਕਰ 'ਚ। ਤੁਸੀਂ ਕਹਿੰਦੇ ਹੀਨਾ ਚਲੀ ਗਈ, ਐਵੇਂ ਕਿਵੇਂ ਚਲੀ ਗਈ? ਉਹਦਾ ਫਾਸਟ ਸੀ ਵਰਤ ਵਰਤ। ਹਾਂ ਕਿਹੜਾ? ਭਾਬੀ ਨੇ ਜੀਤੇ ਬਾਈ ਨੂੰ ਪਾਉਣ ਲਈ ਫਾਸਟ ਰੱਖਿਆ ਹੋਇਆ। ਹਾਂ ਨਾਲੇ ਜਦੋਂ ਕੁੜੀ ਇਹ ਜਿਹਾ ਫਾਸਟ ਰੱਖਦੀ ਹੈ ਨਾ ਉਹ 'ਚ ਮੁੰਡਾ ਕੁੜੀ ਨੂੰ ਦੇਖ ਨਹੀਂ ਸਕਦਾ ਹੁੰਦਾ। ਕਿੰਨਾ ਭਾਗਾਂ ਵਾਲਾ ਬਾਈ ਜੀਤੇ ਬਾਈ, ਤੂੰ ਐਂ ਦੇਖ ਕਿੰਨਾ ਸਿਆਣਾ ਹੋਏਗਾ ਤੂੰ, ਜਿਹੜਾ ਭਾਬੀ ਨੇ ਵਰਤ ਰੱਖਿਆ ਤੇਰੇ ਲਈ। ਕਿੰਨਾ ਖੁਸ਼ ਨਸੀਬ, ਕਿੰਨਾ ਪਿਆਰ ਸੀ ਉਹਦੀ ਅੱਖਾਂ 'ਚ ਤੈਨੂੰ ਦੇਖਦੇ ਹੋਏ। ਕਿਉਂ ਕਿਉਂ ਕਹਿ ਰਹੀ ਸੀ? ਕਹਿੰਦੀ ਮੇਰਾ ਦਿਲ ਕਰਦਾ ਚੁੰਮੀ ਕਰ ਲਾਂ। ਕਰ ਲੈਂਦੀ ਫਿਰ, ਮਜਬੂਰ ਸੀ ਨਾ ਫਾਸਟ ਤੋਂ, ਪਰ ਉਹਦਾ ਦਿਲ ਵਾਲਾ ਕਰਦਾ ਸੀ ਵਿਚਾਰੀ ਕਰਨ। ਮਸਾਂ ਰੋਕੀ ਹੈ ਹੁਣ, ਇਹ ਵਰਤ ਕਿੰਨਾ ਚਿਰ ਚੱਲੂ? ਇਹ ਤਾਂ ਹੁਣ ਜਿੰਨੇ ਦਿਨ ਚੱਲਿਆ ਚਲਾਵਾਂਗੇ। ਚਲਾਵਾਂਗੇ ਮਤਲਬ? ਮਤਲਬ ਕਿ ਹੁਣ ਆਪਾਂ ਇੱਕ ਹਫ਼ਤਾ ਭਾਬੀ ਨੂੰ ਮਿਲ ਨਹੀਂ ਸਕਦੇ। ਇੱਕ ਹਫ਼ਤਾ ਮਿਲ ਨਹੀਂ ਸਕਦੇ? ਯਾਰ ਉਹਨੂੰ ਕਹਿੰਦੇ ਵਰਤ ਛੋਟਾ ਕਰ ਲਵੇ। ਛੋਟਾ ਛੋਟੇ ਦਾ ਤਾਂ ਪਤਾ ਨਹੀਂ, ਫਾਸਟ ਵੱਡਾ ਬਸ਼ੱਕ ਹੋ ਜਾਏ। ਭਾਈ ਉਹਨੂੰ ਹੁਣ ਵਰਤ ਰੱਖਣ ਦੀ ਕੀ ਲੋੜ ਹੈ? ਉਹਨੂੰ ਉਹਦਾ ਹੁਣ ਜਿੱਤਾ ਮਿਲਤਾ ਗਿਆ। ਅਗਲੀ ਨੇ ਪਹਿਲਾਂ ਸੁੱਖਿਆ ਹੋਇਆ ਹੁਣ ਕੰਟੀਨ ਚੱਲੀਏ। ਚੱਲੀਏ ਕੰਟੀਨ? ਨਾਲੇ ਬਾਈ ਤੂੰ ਇੰਨਾ ਸੋਹਣਾ ਮੁੰਡਾ ਹੈ, ਹੁਣ ਵਰਤ ਰੱਖ ਕੇ ਮਿਲਦੇ ਨੇ ਇੰਨੇ ਸੋਹਣੇ ਮੁੰਡੇ ਕੁੜੀਆਂ ਨੂੰ। ਚੱਲੀਏ ਕੰਟੀਨ। ਤੇਜ ਮਿੱਠੇ ਦੀ ਚਾਹ ਪੀਲਾ ਸੂਟ ਪਾਇਆ ਸੀ। ਮਸਲਾ ਦਿਨੋਂ ਦਿਨ ਭੱਕਦਾ ਹੀ ਜਾ ਰਿਹਾ। ਕਿਹੜਾ ਮਸਲਾ? ਉਹੀ ਜੌਂਟੀ ਵਾਲਾ। ਹਾਂ ਹੁਣ ਵਾਲੀ ਕਲਿੱਪ 'ਚ ਤਾਂ ਸਾਰੀ ਆਕੜ ਕੱਢੀ ਪਈ ਹੈ ਯਾਰ। ਇਹੋ ਜਿਹੇ ਬੰਦਿਆਂ ਨਾਲ ਇੱਦਾਂ ਹੀ ਹੋਣਾ ਚਾਹੀਦਾ, ਨਹੀਂ ਤਾਂ ਆਪਣੇ ਵਰਗਿਆਂ ਨੂੰ ਕਿਹਨੇ ਪੁੱਛਣਾ? ਖੈਰ ਜਿਹੜਾ ਵੀ ਕਰ ਰਿਹਾ ਚੰਗਾ ਹੀ ਕਰ ਰਿਹਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਆਹ ਕਲਿੱਪ ਆ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ? ਯਾਰ ਸਾਬਿਤ ਕੀ ਕਰਨਾ, ਲੋਕਾਂ ਦੇ ਦਿਲਾਂ 'ਚੋਂ ਡਰ ਕੱਢਣਾ ਚਾਹੁੰਦੇ ਹੋਣਗੇ ਆਹ ਜੌਂਟੀ ਵਰਗਿਆਂ ਦਾ। ਚਲੋ ਚੰਗੀ ਗੱਲ ਆ, ਯੂਨੀਵਰਸਿਟੀ 'ਚ ਆਪਦੀ ਗੱਲ ਰੱਖਣ ਦਾ ਮੌਕਾ ਤਾਂ ਮਿਲਿਆ। ਹੋਰ ਜਿਹੜੇ ਸਟੂਡੈਂਟ ਪਹਿਲਾਂ ਆਪਣੀ ਅੰਦਰ ਖਾਤੇ ਸਪੋਰਟ ਕਰਦੇ ਸੀ ਹੁਣ ਉਹ ਵੀ ਸਾਡੇ ਨਾਲ ਰੋਲ ਤੁਰ ਪਏ ਨੇ। ਇਹ ਤਾਂ ਆਪਣੇ ਲਈ ਕੁਝ ਵਧੀਆ ਹੋਣ ਦੇ ਆਸਾਰ ਨੇ। ਚੱਲ ਦੇਖਦੇ ਆ। ਤੁਹਾਡੇ ਸਾਰਿਆਂ ਦੇ ਦੱਸਣ ਦੇ ਮੁਤਾਬਕ ਇੱਕ ਗੱਲ ਤਾਂ ਕਲੀਅਰ ਹੋ ਗਈ ਬਈ, ਜੌਂਟੀ ਨੂੰ ਗਿਡਨੈਪ ਕਰਨ ਵਾਲਾ ਯੂਨੀਵਰਸਿਟੀ ਦਾ ਤਾਂ ਨਹੀਂ, ਪਰ ਹੋ ਵੀ ਸਕਦਾ। ਤੇ ਇਹ ਵੀ ਹੋ ਸਕਦਾ ਕਿ ਤੁਹਾਡੇ ਵਿੱਚੋਂ ਹੀ ਕੋਈ, ਮੈਨੂੰ ਤੇ ਆਹ ਸ਼ਤਰਮੁਰਗ ਜਿਹਾ ਲੱਗਦਾ। ਮੂਸੇ ਬਾਈ ਸਾਡੇ ਨਾਲ ਬਹਿ ਕੇ ਟਾਈਮ ਪਾਸ ਜਾਣਾ, ਜੋ ਤੁਹਾਨੂੰ ਕੰਮ ਦਿੱਤਾ ਨਾ ਉਹ ਕਰੋ, ਜੌਂਟੀ ਨੂੰ ਲੱਭੋ। ਓ ਹੈਲੋ ਮਿਸਟਰ ਗੋਲੀ, ਮੇਰਾ ਕੰਮ ਕਰਨ ਦਾ ਇਹੀ ਤਰੀਕਾ ਹੈ, ਮੈਂ ਘਰ ਤੋਂ ਹੀ ਤਹਿਕੀਕਾਤ ਸ਼ੁਰੂ ਕਰਦਾ ਤੇ ਘਰ ਤੇ ਹੀ ਖਤਮ। ਬਜਰੰਗ। ਯੈਸ ਸਰ। ਇਹ ਪਾਣੀ ਦਾ ਜੱਗ ਚੱਕੋ। ਜੀ ਸਰ। ਮੇਰੇ ਸਿਰ ਤੇ ਪਾ ਦਿਓ। ਕੋਈ ਗੱਲ ਸਮਝ ਲੱਗੀ?
लग भी नहीं सकती क्योंकि तुसी हले बहुत थले हो। क्योंकि इन्हां दोवां दे दिमागां विच भी मूसे दा दिमाग ते ट्रिक्स चलदियां ने। डेडिकेशन होनी चाहिए है। नंगे हो जो अब अब अब। एक बारी कह दिया ना मिंटो मिंटी हो जाएंगे। बजरंग जी सर। स्पार्क यस सर। रेडी यस सर। बहुत छेती जोंटी थोड़े सारे दे विच होगा ये मेरा प्रॉमिस है। बॉयस लेट्स गो। ओके सर। भाई मन ने लगा है ईब कुछ करेंगे। सह करेंगे मैनू तो लून घोटना जा सारा गल्ला नहीं लगता यार। तेनू सारे आपदे वर्गी लगते ने। रा भाई देखने में तो दासू लग रहा सा। देखना करेगा कुछ तू ज्यादा तू भी लगता देखन नु है। भाई कानू ये जेडे जसूस जे हुंदे आ ना देखन दे मेंटल लगदे आ दिमाग बाला हुंदा इना दा। अच्छा तू नाल रह के आया इना दे ना कथे भाई। ओए तू तो देखन नु तू भी मेंटल जा लगदा है पर तेरा तो दिमाग भी है नहीं। दयानर चुप कर यार। नाले ओ जीता कथे सवेर दा उन दिखया ओ कथे यूनिवर्सिटी गया भाई क्लास लाउन। हाँ भाई उन्होंने जाना चाहिए है वह जन्म सिद्ध अधिकार है टॉपर अगला आउटसाइडर का। सो देखिया इनू कहते हैं इंप्रैस करना किड्डा कैंट इंप्रैशन पा के आया तुहाडा बॉस मूसा राजस्थानी। यस बॉस। बॉस ओ तो ठीक है पर आउट ऑफ कंट्रोल ना होया कर नाले तेनू की लोड़ सी मेरे सिर ते पानी पाउण दी तू अपने भी पा सकदा सी। ओए ए स्ट्रेटजी हुंदी है यार। ओके बॉस तू मेनू ए दस के जौंटी नू लबना कित्थों स्टार्ट करिए। बॉस यूनिवर्सिटी ते लबना स्टार्ट करदे हां नाले कोई कुड़ी लब लांगे। ओए स्पार्क तू अपने वास्ते निक्की जी स्पाइकी लब कुड़ी वाला काम मेरे ते छड़ दे। एक काम कर हां जी यूनिवर्सिटी ते शुरू कर दे फॉलो मी। ठीक है सर। ਹੋਰ ਲੈਂਗਾ ਕੁਝ ਨਾ ਭਰਾਵਾ ਆਪਣਾ ਤਾਂ ਫੁੱਲ ਆ ਕੰਮ ਤੇ ਪ੍ਰੀਤ ਤੂੰ ਨਹੀਂ ਵੀਰੇ ਬਸ ਚਲੋ ਤੁਸੀਂ ਬੈਠੋ ਮੈਂ ਬਿੱਲ ਦੇ ਕੇ ਆਉਣਾ। ਠੀਕ ਆ ਦੇ ਆਓ। ਪ੍ਰੀਤ ਇੱਕ ਗੱਲ ਪੁੱਛਾਂ। ਹਾਂ ਹਾਂ ਪੁੱਛੋ। ਏਕਮ ਬਾਈ ਦਾ ਕੀ ਮੈਟਰ ਆ? ਪਿਆਰ ਦਾ ਬਾਕੀ ਡਿਟੇਲ ਤੁਸੀਂ ਆਪ ਹੀ ਪੁੱਛ ਲਿਓ। ਮੈਂ ਵੀ ਕਹਾਂ ਇੰਨਾ ਨਰਮ ਬੰਦਾ ਛੋਟੀ ਮੋਟੀ ਗੱਲ ਤੇ ਏਡਾ ਵੱਡਾ ਕਦਮ ਨਹੀਂ ਚੁੱਕ ਸਕਦਾ। ਕੀ ਨਹੀਂ ਚੁੱਕ ਸਕਦਾ? ਤੁਹਾਡੇ ਬਾਰੇ ਗੱਲ ਹੋ ਰਹੀ ਸੀ ਵੀਰੇ। ਏਕਮ ਵੀਰੇ अपनी लव स्टोरी बारे चानना पाओ। जस की चानन पावा बड़ी अजीब जी कहानी है। मैं ते मेरा दोस्त जोली कुदरत नू देखन लई पिंडो यूनिवर्सिटी जांदे सी पर कदे हिम्मत ही नहीं पई कि अपने प्यार दा इजहार कर सका। चोरी चोरी देखदा ते ऐदां ही वापिस आ जांदा। कुछ भी तेरे अगे ता सोना लगदा नी मैनू मैं देखा राती ओले जे चन भी तकदा तेनू हर कोई कायल हो गया है रब भी ता पागल हो गया है हुण कुदरत दा कुदरत दे बिन ही नहीं सरदा। चोरी चोरी तेनू तक के ए दिल मेरा नहीं भरदा मैं देखना है तेनू रज के बस इना प्यार हाँ करदा। चोरी चोरी तेनू तक के ए दिल मेरा नहीं भरदा मैं देखना है तेनू रज के बस इना प्यार हाँ करदा। चोरी चोरी ओ हेलो केड़े खाबा विच हो गया चल चलिए। ओ दो मिनट होर बह जा यार एड्डी केड़ा काली है। ओ पूरे 150 किलोमीटर जाना इत्थों ओ भी बोल्ट ते। फिर की हो गया अगे नहीं जांदे? जा फिर यार प्रपोज कर दे जा फिर अपना। जा फिर की? जा भरावा तू अपना कला जाया कर मेरे तो नहीं आया जांदा बार बार। बस यही आ रही है अगे तो तू बड़ी बड़ी उदाहरण दिंदा सी। उदाहरण दिंदा हुंदा सी पर तेरा ये पागलपन देख के यारी दोस्ती छड्डनी पैनी है। ओनू तो बेचारी नू पता भी नहीं भी तू 150 किलोमीटर तो रोज ओदे करके आना है देखदा चला जाना है।
ਮੈਂ ਬਲੀ ਦਾ ਬੱਕਰਾ ਬਣਿਆ ਹੋਇਆ ਉਹ ਵੀ ਬਿਨਾਂ ਕਿਸੇ ਗੱਲ ਤੋਂ। ਉਹ ਇਸੇ ਨੂੰ ਤਾਂ ਯਾਰੀ ਦੋਸਤੀ ਕਹਿੰਦੇ ਆ। ਇਹੋ ਜਿਹੀ ਯਾਰੀ ਦੋਸਤੀ ਨੂੰ ਸਤਿ ਸ਼੍ਰੀ ਅਕਾਲ। ਆਹ ਬੰਨੇ ਤੇਰੇ ਮੂਹਰੇ ਹੱਥ, ਜ਼ਿਆਦਾ ਪ੍ਰਪੋਜ਼ ਕਰਦੇ ਜਾ ਭਰਾਵਾ ਆਪਣਾ ਇਕੱਲਾ ਆ ਜਾਇਆ ਕਰ। ਚੱਲ ਕੱਲ ਨੂੰ ਫਿਰ ਪੱਕਾ। ਪੱਕੀ ਗੱਲ ਆ, ਪੱਕੀ ਗੱਲ, ਹੁਣ ਬਣੀ ਨਾ ਗੱਲ, ਦੇ ਤਾਲੀ। ਦੂਜੇ ਦਿਨ ਪਤਾ ਲੱਗਾ ਕਿ ਜੌਂਟੀ ਨੇ ਕੁਦਰਤ ਨੂੰ ਫਿਜ਼ੀਕਲੀ ਟੌਰਚਰ ਕੀਤਾ ਤੇ ਯੂਨੀਵਰਸਿਟੀ ਛੱਡਣ ਦੀ ਧਮਕੀ ਵੀ ਦਿੱਤੀ ਹੈ, ਜਿਸ ਨਾਲ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ। ਬਸ ਫਿਰ ਕੀ, ਮੈਥੋਂ ਰਿਹਾ ਨਹੀਂ ਗਿਆ ਤੇ ਜੌਂਟੀ ਨੂੰ ਸਬਕ ਸਿਖਾਉਣ ਦੀ ਠਾਣ ਲਈ। ਇਸੇ ਨੂੰ ਤਾਂ ਪਿਆਰ ਕਹਿੰਦੇ ਨੇ। ਹੈਲੋ, ਹਾਂ ਕਿਵੇਂ ਆ? ਅਸੀਂ ਫਿਲਹਾਲ ਸੇਫ ਹਾਂ, ਤੂੰ ਟੈਨਸ਼ਨ ਨਾ ਲੈ। ਜੇ ਕੋਈ ਗੱਲ ਹੋਈ ਤਾਂ ਪਹਿਲਾਂ ਫੋਨ ਕਰ ਲਈ, ਠੀਕ ਹੈ? ਚੱਲ ਠੀਕ ਹੈ, ਓਕੇ, ਬਾਏ। ਬਾਈ, ਤੁਹਾਨੂੰ ਇਹ ਮੂਸਾ ਰਾਜਸਥਾਨੀ ਦਾ ਕੁਝ ਜ਼ਿਆਦਾ ਉਭਰ ਜਾ ਨਹੀਂ ਲੱਗਦਾ? ਉਹ ਯਾਰ ਠੀਕ ਹੈ ਯਾਰ ਡਿਜ਼ਾਈਨਰ, ਪਰ ਗੱਲ ਹੁਣ ਅਣਖ ਤੇ ਇੱਜ਼ਤ ਤੇ ਖੜੀ ਹੈ ਬਾਈ। ਮੂਸੇ ਰਾਜਸਥਾਨੀ ਤੋਂ ਪਹਿਲਾਂ ਜੌਂਟੀ ਬਾਈ ਨੂੰ ਮੈਂ ਲੱਭ ਕੇ ਦਿਖਾਉਂ। ਲੱਭਣ ਲਭਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ, ਵੈਰੀ ਗੁੱਡ, ਹੋਣੀਆਂ ਵੀ ਚਾਹੀਦੀਆਂ ਨੇ। ਲੱਗਦਾ ਡਰ ਗਏ। ਜੇ ਸਾਹਮਣੇ ਸਕਦੇ ਰੱਖਦੇ ਕਿਉਂ, ਇਹੋ ਜਿਹੀ ਜਾਸੂਸੀ ਕਰਦੇ ਹੋਵੋਗੇ? ਬੁੰਦੀ। ਹਾਂ ਬਾਈ। ਕੁਰਸੀ ਲਾ। ਜੀ ਬਾਈ। ਆ ਲਓ ਜੀ। ਹਾਂ ਹੁਣ ਦੱਸੋ ਕਿਵੇਂ ਆਉਣਾ ਹੋਇਆ। ਉਹ ਵੀ ਦੱਸ ਦਿੰਦੇ ਆ। ਸਪਾਰਕ। ਜੀ ਸਰ। ਤੈਨੂੰ ਜੋ ਕਿਹਾ ਸੀ ਉਹੀ ਗੱਲ ਹੋਈ ਨਾ? 110% ਸਰ। ਕੀ ਕਿਹਾ ਸੀ ਇਹਨਾਂ ਨੂੰ, ਮੈਨੂੰ ਵੀ ਦੱਸੋ। ਮੈਂ ਉੱਥੇ ਗੰਨ ਜਾਣ ਕੇ ਸੱਟ ਕੇ ਆਇਆ ਸੀ, ਕਿਉਂਕਿ ਮੈਨੂੰ ਪਤਾ ਸੀ ਤੂੰ ਉੱਥੇ ਜਾਵੇਂਗਾ ਤੇ ਗੰਨ ਚੱਕ ਕੇ ਲੈ ਕੇ ਆਵੇਂਗਾ। ਇਸ ਦੈਟ ਕਲੀਅਰ? ਚਲੋ ਫਿਰ ਮੂਸਾ ਰਾਜਸਥਾਨੀ ਜੀ, ਆਪੇ ਦੱਸ ਦਿਓ ਫਿਰ ਕਿਵੇਂ ਆਉਣਾ ਹੋਇਆ। ਜੌਂਟੀ ਨੂੰ ਲੱਭਣ, ਉਹ ਕਹਿੰਦੇ ਹੁੰਦੇ ਆ ਨਾ ਬਈ, ਬੰਦਾ ਜਿੱਥੋਂ ਗਵਾਚਿਆ ਹੋਵੇ ਉਹਨੂੰ ਉੱਥੋਂ ਹੀ ਭਾਲਣਾ ਚਾਹੀਦਾ। ਠੀਕ ਹੈ, ਲੱਭੋ ਫਿਰ। ਮੈਨੂੰ ਤੁਹਾਡੇ ਆਹ ਬੰਦੇ ਦਾ ਮਸਤਕ ਸਹੀ ਨਹੀਂ ਲੱਗਦਾ। ਬਚੋ ਬਚੋ, ਜਿੰਨਾ ਬਚ ਸਕਦੇ ਆ ਦੇ ਤੋਂ ਬਚੋ। ਗਾਇਸ ਚੱਲੀਏ। ਯੈਸ ਸਰ। ਓਕੇ ਗਾਇਸ, ਫੋਲੋ ਮੀ। ਓਕੇ ਸਰ। ਗੋਲੀ ਬਾਈ, ਤੁਹਾਨੂੰ ਵੀ ਲੱਗਦਾ ਕਿ ਮੈਂ ਜੌਂਟੀ? ਨਹੀਂ ਨਹੀਂ, ਤੂੰ ਐਡਾ ਯੋਧਾ ਕਿੱਥੇ ਹੈ? ਭੜਦੀ ਛੁੱਗੀ, ਭਾਵੇਂ ਆ ਰਾਜਸਥਾਨੀ ਜਾ ਨਾ ਦੇ ਮੂਹਰੇ ਮੂਸਾ ਲਾ ਲੇ, ਭਾਵੇਂ ਪਿੱਛੇ ਲਾ ਲੇ, ਪਰ ਸਿੱਧੂ ਮੂਸੇ ਵਾਲਾ ਨਹੀਂ ਬਣ ਸਕਦਾ ਬਾਈ। ਸਾਲੇ ਕਿਤੇ ਤਾਂ ਚੁੱਪ ਕਰ ਜਾਇਆ ਕਰੋ, ਕਿਉਂ ਸਾਰਾ ਦਿਨ ਜਲੂਸ ਕਢਾਉਂਦੇ ਨੇ ਇਹਨੂੰ? ਸਾਲਾ ਜਿੱਥੇ ਦੇਖੋ ਉੱਥੇ ਜਲੂਸ ਕੱਢਣ ਲੱਗ ਜਾਂਦੇ ਨੇ। ਸੰਜੀ ਆ ਦੇਖ ਮੜਾ, ਮੇਰੇ ਤੇ ਚੁੱਪ ਕਰ ਤਾ। ਅੱਛਾ, ਤੁਸੀਂ ਆਪਣਾ ਧਿਆਨ ਰੱਖੋ ਬਾਈ। ਸੰਜੀ ਤੁਸੀਂ ਬੈਠੋ ਇੱਥੇ ਇੱਕ ਮਿੰਟ, ਮੈਂ ਆਇਆ। ਜੌਂਟੀ, ਅੱਜ ਤੈਨੂੰ ਸਰਪ੍ਰਾਈਜ਼ ਦੇਣਾ ਬਹੁਤ ਵੱਡਾ, ਜਿਸ ਨੂੰ ਦੇਖ ਕੇ ਤੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ। ਹੋ ਸਕਦਾ ਬੇਹੋਸ਼ ਵੀ ਹੋ ਜਾਵੇ, ਮਾਨਸਿਕ ਸੰਤੁਲਨ ਵੀ ਵਿਗੜ ਸਕਦਾ। ਲੈ ਆ ਗਿਆ ਤੇਰਾ ਪਿਓ, ਕਰ ਲੈ ਦਰਸ਼ਨ।
ਉਹ ਸਿਆਣੇ ਕਹਿੰਦੇ ਹੁੰਦੇ ਆ ਨਾ, ਗਟਰ ਨੂੰ ਸਾਫ ਕਰਨ ਲਈ ਗਟਰ 'ਚ ਵੜਨਾ ਪੈਂਦਾ ਹੈ, ਤੇ ਤੈਨੂੰ ਅਸਲ ਜ਼ਿੰਦਗੀ ਦਾ ਪਾਠ ਪੜ੍ਹਾਉਣ ਲਈ ਮੈਨੂੰ ਇਸ ਗੰਦਗੀ 'ਚ ਵੜਨਾ ਪਿਆ। ਜੇ ਤੈਨੂੰ ਇੱਥੇ ਨਾ ਲਿਆਉਂਦੇ, ਪਤਾ ਨਹੀਂ ਅੱਜ ਤੱਕ ਤੂੰ ਕਿੰਨੀਆਂ ਹੋਰ ਜ਼ਿੰਦਗੀਆਂ ਬਰਬਾਦ ਕਰ ਦਿੰਦਾ। ਤੇਰੇ ਮਾਂ ਪਿਓ ਦੀ ਗਲਤੀ ਪਤਾ ਕੀ ਹੈ? ਉਹਨਾਂ ਨੇ ਤੈਨੂੰ ਜਨਮ ਤਾਂ ਦਿੱਤਾ ਪਰ ਜ਼ਿੰਦਗੀ ਨਹੀਂ ਜਿਉਣੀ ਸਿਖਾਈ। ਜੇ ਉਹਨਾਂ ਨੇ ਤੈਨੂੰ ਜਿਉਣਾ ਸਿਖਾਇਆ ਹੁੰਦਾ ਨਾ, ਤੂੰ ਕਦੇ ਸੱਤੀ ਨੂੰ ਨਾ ਮਾਰਦਾ। ਵੀਰ ਕਹਿੰਦੀ ਸੀ ਮੈਨੂੰ ਆਪਣਾ, ਭਾਵੇਂ ਆਪਣੇ ਘਰੇ ਖਾਣਾ ਬਣਾਉਣ ਦਾ ਹੀ ਕੰਮ ਕਰਦੀ ਸੀ, ਪਰ ਕੰਮ ਤਾਂ ਇੱਕ ਮਾਂ ਦਾ ਹੀ ਕਰਦੀ ਸੀ ਨਾ। ਤੇ ਤੂੰ ਉਸ ਪਵਿੱਤਰ ਰਿਸ਼ਤੇ ਦੀ ਕਦਰ ਵੀ ਨਹੀਂ ਜਾਣੀ। ਆ ਗੁੱਟ ਤੇ ਰੱਖੜੀ ਬੰਨੀ ਸੀ ਉਹਨੇ, ਤੇ ਦਿਲੋਂ ਭੈਣ ਮੰਨਦਾ ਸੀ ਉਹਨੂੰ ਮੈਂ, ਤੇ ਤੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਇਸ ਗੱਲ ਨੂੰ, ਪਰ ਤੂੰ ਹਵਸ ਦਾ ਪੁਜਾਰੀ ਆਪਣੀਆਂ ਹੱਦਾਂ ਹੀ ਪਾਰ ਕਰ ਗਿਆ। ਅੱਜ ਵੀ ਉਹ ਸੀਨ ਅੱਜ ਵੀ ਉਹ ਸੀਨ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਕਿ ਕਿਉਂ ਨਹੀਂ ਬਚਾ ਸਕਿਆ ਮੈਂ ਆਪਣੀ ਸੱਤੀ ਨੂੰ। ਇਹ ਪਛਤਾਵਾ ਹਮੇਸ਼ਾ ਮੇਰੇ ਜ਼ਹਿਨ 'ਚ ਰਹਿਣਾ। ਸੱਤੀ ਭੈਣ ਦੀ ਲਾਸ਼ ਦੇਖ ਮੈਂ ਦੁਨੀਆ ਦਾ ਸਭ ਤੋਂ ਡਰਪੋਕ ਤੇ ਲਾਚਾਰ ਮਹਿਸੂਸ ਕਰ ਰਿਹਾ ਸੀ। ਪਰ ਹੁਣ ਨਹੀਂ, ਹੁਣ ਤੇਰੇ ਵਰਗੇ ਜਿੰਨੇ ਵੀ ਚੌਂਕੀ ਮਿਲਣਗੇ ਨਾ, ਉਹਨਾਂ ਦਾ ਆਹੀ ਹਸ਼ਰ ਹੋਊ। ਫੋਨ ਥੋੜੀ ਸ਼ੋਪ ਤੋਂ ਗਿਆ ਸਰ, ਮੈਂ ਚੈੱਕ ਕਰ ਲੈਂਦਾ ਜੀ। ਸਰ ਹਾਂਜੀ, ਇਹ ਸਾਡੀ ਸ਼ੋਪ ਤੋਂ ਵਿਕਿਆ ਹੋਇਆ ਜੀ। ਕੀ ਨਾਂ ਤੇ? ਸਰ ਇਹ ਕੁਲਦੀਪ ਸਿੰਘ ਸਨ ਆਫ ਨਿਰੰਜਨ ਸਿੰਘ। ਇਹਨਾਂ ਦਾ ਨੰਬਰ ਦਿਓ। ਹਾਂਜੀ ਸਰ, ਲਿਖ ਲਓ ਜੀ ਨੰਬਰ 77355006। ਓਕੇ, ਥੈਂਕ ਯੂ। ਵੈਲਕਮ ਸਰ। ਇਹ ਨੰਬਰ 'ਤੇ ਫੋਨ ਲਾ ਤੇ ਪਤਾ ਕਰ ਇਹ ਬੰਦਾ ਕੌਣ ਹੈ। ਠੀਕ ਹੈ ਸਰ। Thank you.
एक कम आपां नूं चौकस रहना पैणा हुण। उह सला इंस्पैक्टर जाना केस नूं बाली सीरियस ले बैठा। कोई गल नहीं गोली, इन्नी छेती आपां इंस्पैक्टर दे हत्थ नहीं आउंदे। एक कम फिर भी आपां नूं डर के रहना चाहीदा। तू इह जुंटी भी पागल हो गया। इहदा पागल होना तां अपने लिए चंगा ही होया। जट सिवियां चो लंगे अचडे टक्करी साले ने करते रंग दिखाने शुरू। चल चित लगे रहू। ठीक है। वो गल सुन काका, कुलदीप सिंह दा घर यही है? हाँ जी सर, मैं ही हाँ कुलदीप जी। आ फोन बारे पता कुछ? नहीं नहीं सर। ओए चंगी तरह दस दे, सलिया पटा फेरे तो बाद ही दसेंगा। हैं दसदा सर। सर एक दिन मैं शॉप ते फोन दा चार्जर लैन गया, उत्थे मैनू एक मुंडा कुड़ी मिले जिन्होंने मैनू 2000 दा लालच दिता ते फोन ते सिम लैन लई कहा। ते मैं उन्हां नू अपने प्रूफ ते सिम ते फोन ला दिता सर, पर मैं वो मुंडा कुड़ी नू जानदा नहीं सी सर, ते ना ही पहला कदे देखिया। उन्हां दोनों दीआं शकलां याद ने? मुंडे दी शकल ते मैनू याद है सर, पर कुड़ी दा मूंह बन्निया होया सी जी। दलेर जी सर। स्केच वाले नू बुला ते स्केच बनवा। यस सर। गल सुन ला ओए, जे घरों भजन की कोशिश की है ना तो सड़िया सारे टब्बर नू फड़ के अंदर दे दी। सुन गया? ठीक है सर। हेलो। हाँ गोली, कितने गैप जे हो गया? भाई मैं पिंड चला गया सी, वापस आ रहे सी भाई। अच्छा चल पहुँच के फोन करी। ठीक है जी, ठीक है, ओके। चल ठीक है। एकम प्रीत मैं तेनू करेंट रोक कर। ठीक है वीरे। जोटी नू काबू च रखियो। पागल हो गया सड़क, कि किसी का नुकसान कर दी। गोली तू फिकर ना कर, इन्हू ऐ नहीं भजन देंगे। ठीक है, ओके, ध्यान रखियो। समर भी नहीं हो गया अच्छा। हाँ जी भाई जी। हाँ गोली मैंने मिल छेती आ। किमें भाई, काम सी कोई जरूरी? हाँ मिल के दस दो छेती है। ठीक है जी भाई, मिलता हूँ। की हो गया भाई, इन्नी टेंशन कड़ी गल दी है? कुछ नहीं डिजाइनर, हो बस वो छोटी करके थोड़ा दिमाग जा घूमया पे। अब छोड़ो तुसी, चलो चलिए। मुंडी ओए मैनू कोई गड़बड़ लगती है, बाई अपने तो कुछ लुको रहा? ना ना बाई लुको रहा कुछ अपने तो? और साले मैं फारसी बोलता, मेरा साला नेपाली जा। चल। लव यू करदा ए दिल, लव यू कर। ले ए नहीं साला मेरा टलदा। क्यों भज जू नहीं करता? ओ शिट, ये तो उही मुंडा जड़ा अपन उस दिन रस्ते च मिलिया सी। हाँ जी सर, वही है। दलेर समझ ले, जोंटी मिल गया। किमें भाई अचानक बुला लिया, कोई जरूरी काम सी? जौंटी कित्थे है? जौंटी समझ नहीं आई भाई। मैं समझाउना। चल ठीक है कम प्रीत, मैं तेनू घरे ड्रॉप कर। ठीक है वीरे। जौंटी नू काबू च रखियो, पागल हो गया सड़क, कि किसी का नुकसान कर दे। गोली तू फिकर ना कर, इन्हू ऐ नहीं भजन। तहस चाह के कोई गलत फैसला ना ले ली कि सारी उम्र पछताना पै जाए। देख चौंटी मेरे हवाले कर दे,
ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹੂਗੀ, ਯਕੀਨ ਕਰ। ਜੌਂਟੀ ਤੈਨੂੰ ਆਪਣਾ ਭਰਾ ਮੰਨਦਾ ਸੀ ਤੇ ਮੈਂ ਸਤੀ ਨੂੰ ਆਪਣੀ ਭੈਣ ਮੰਨਦਾ ਸੀ। ਤੂੰ ਭਰੋਸਾ ਤੋੜਿਆ, ਉਹਨੇ ਰਿਸ਼ਤਾ ਤੋੜਿਆ। ਤੇ ਜਿਹੜੇ ਬੰਦੇ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਨਾ, ਮੇਰੇ ਦਿਲ 'ਚ ਉਹਦੇ ਲਈ ਕੋਈ ਜਗ੍ਹਾ ਨਹੀਂ। ਦੇਖ, ਮੈਨੂੰ ਪਤਾ ਜੌਂਟੀ ਨੇ ਬਹੁਤ ਗਲਤ ਕੰਮ ਕੀਤੇ ਨੇ, ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਆ। ਮੈਂ ਜੌਂਟੀ ਨੂੰ ਮਿਲਣਾ। ਕੋਈ ਫਾਇਦਾ ਨਹੀਂ ਬਾਈ, ਉਹ ਪਾਗਲ ਹੋ ਚੁੱਕਿਆ। ਤੇਰੇ ਸਾਥੀਆਂ ਨਾਲ ਹੀ ਮਿਲਾ ਦੇ, ਮੈਂ ਇਹ ਵੀ ਨਹੀਂ ਕਰ ਸਕਦਾ। ਘਬਰਾ ਨਾ, ਮੈਂ ਸਿਰਫ ਉਹਨਾਂ ਨਾਲ ਗੱਲਬਾਤ ਹੀ ਕਰਨੀ ਹੈ। ਜੇ ਕੋਈ ਗਲਤ ਸਟੈਪ ਚੱਕਣਾ ਹੁੰਦਾ ਨਾ, ਤਾਂ ਉਸੇ ਟਾਈਮ ਹੀ ਚੱਕ ਲੈਂਦਾ ਜਿਸ ਟਾਈਮ ਇਹ ਰਿਕਾਰਡਿੰਗ ਕੀਤੀ ਸੀ। ਭਰੋਸਾ ਰੱਖ। ਠੀਕ ਹੈ, ਪਰ ਮੇਰੀ ਗੱਡੀ ਚੱਲਾਂਗੇ ਅਤੇ ਆਪਣਾ ਫੋਨ ਅਤੇ ਅਗਨ ਮੈਨੂੰ ਦੇ ਦਿਉ। ਪ੍ਰੀਤ, ਕੀ ਗੱਲ? ਹੁਣੇ ਤਾਂ ਗਈ ਸੀ, ਵਾਪਸ ਵੀ ਆ ਗਈ। ਗੋਲੀ ਵੀਰੇ ਦਾ ਫੋਨ ਆਇਆ ਸੀ, ਉਹਨਾਂ ਨੇ ਬੁਲਾਇਆ, ਇੱਥੇ ਆ ਰਹੇ ਨੇ ਉਹ। ਅੱਛਾ, ਘਬਰਾਓ ਨਾ, ਮੈਂ ਇੱਥੇ ਗੱਲਬਾਤ ਹੀ ਕਰਨਾ ਹੈ ਅਤੇ ਮੇਰੇ ਤੋਂ ਬਿਨਾਂ ਕਿਸੇ ਨੂੰ ਕੁਛ ਨਹੀਂ ਪਤਾ। ਹਾਂਜੀ, ਬੋਲੋ, ਕੀ ਗੱਲ ਕਰਨੀ ਹੈ? ਤੁਸੀਂ ਆਪਦੀ ਜਗ੍ਹਾ ਸਹੀ ਹੋ, ਜੇ ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਸ਼ਾਇਦ ਮੈਂ ਵੀ ਇਹੀ ਕਰਦਾ। ਪਰ ਜੌਂਟੀ ਨੂੰ ਉਹਦੇ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ ਅਤੇ ਜਿਸ ਹਿਸਾਬ ਨਾਲ ਤੁਸੀਂ ਉਹਨੂੰ ਟੋਰਚਰ ਕੀਤਾ ਨਾ, ਉਹਨੂੰ ਵੀ ਆਪਦੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੋਣਾ। ਮੇਰੀ ਤਾਂ ਇੱਕ ਹੀ ਰਿਕੁਐਸਟ ਹੈ, ਉਹਨੂੰ ਛੱਡ ਦਿਓ। ਨਹੀਂ, ਨਹੀਂ ਛੱਡ ਸਕਦੇ। ਜਦੋਂ ਤੁਹਾਨੂੰ ਪਤਾ ਹੈ ਕਿ ਇਹ ਗਲਤ ਹੈ, ਫਿਰ ਕਿਉਂ ਇੰਨੀ ਹਮਦਰਦੀ ਦਿਖਾ ਰਹੇ ਹੋ? ਦੇਖੋ, ਮੈਂ ਤੁਹਾਡੇ ਸਾਰਿਆਂ ਦੇ ਭਲੇ ਵਾਸਤੇ ਕਹਿ ਰਿਹਾ, ਇਸ ਮੈਟਰ ਨੂੰ ਇੱਥੇ ਖਤਮ ਕਰ ਦਿਓ। ਖਤਮ ਕਰ ਦਿਓ ਸਭ ਕੁਝ, ਸਾਰੀ ਸ੍ਰਿਸ਼ਟੀ ਦਾ ਸਰਵਨਾਸ਼ ਕਰ ਦਿਓ। ਇਸ ਮਰੇ ਨੂੰ ਹੋਰ ਕੀ ਮਾਰੋਗੇ? ਮਰਿਆਂ ਨਾਲੋਂ ਤਾਂ ਵੱਧ ਹੋਇਆ ਪਿਆ। ਵੈਸੇ ਸਹੀ ਗੱਲ ਆ ਬਾਈ ਦੀ, ਮੇਰੀ ਅੱਗ ਤਾਂ ਸੜੇ ਨੂੰ ਮਾਰ ਕੇ ਬੁਝੂ। ਜਾ ਮਾਰ ਲੈ, ਤੂੰ ਬੁਝਾ ਲਾ ਆਪਣੀ ਅੱਗ। ਇਹਨੂੰ ਮਾਰ ਕੇ ਪਤਾ ਕੀ ਮਿਲੂਗਾ? ਜੌਂਟੀ ਨੂੰ ਮੁਕਤੀ ਅਤੇ ਤੁਹਾਨੂੰ ਸਾਰਿਆਂ ਨੂੰ ਸਜ਼ਾ। ਕਿਉਂ ਇਸ ਕੁੜੀ ਦੀ ਅਤੇ ਆਪਣੀ ਜ਼ਿੰਦਗੀ ਖਰਾਬ ਕਰਨ 'ਤੇ ਤੁਲੇ ਹੋਏ ਹੋ? ਇਸ ਮੁੱਦੇ 'ਤੇ ਮਿੱਟੀ ਪਾਓ, ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਅਤੇ ਰਹੀ ਗੱਲ ਬਿਰਾਜ ਬਾਈ ਪਾਰਟੀ ਅਤੇ ਜੌਂਟੀ ਦੀ, ਉਹ ਸਭ ਕੁਛ ਮੈਂ ਆਪ ਸਾਂਭਲੂੰਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਬੋਲੋ, ਸਹਿਮਤ ਹੋ? ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਸਮਰ ਬਾਈ, ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਪਰ ਇਹ ਵਿਸ਼ਵਾਸ ਟੁੱਟਣਾ ਨਹੀਂ ਚਾਹੀਦਾ। ਕਿਉਂ ਏਕਮ? ਗੋਲੀ, ਤੇਰੇ ਨਾਲ ਸਹਿਮਤ ਹੈ। ਤੁਸੀਂ ਲਿਜਾ ਸਕਦੇ ਹੋ ਜੌਂਟੀ ਨੂੰ। ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੇਰੀ ਗੱਲ ਮੰਨੀ। ਗੋਲੀ, ਤੂੰ ਮੇਰੇ ਨਾਲ ਹੀ ਚੱਲ। ਜੀ ਬਾਈ। ਤੂੰ ਜੌਂਟੀ ਨੂੰ ਲੈ ਕੇ ਆ, ਮੈਂ ਬਿਰਾਜ ਬਾਈ ਨਾਲ ਗੱਲ ਕਰਦਾ। ਠੀਕ ਹੈ ਜੀ। ਹਾਂਜੀ ਬਾਈ, ਜੌਂਟੀ ਦਾ ਪਤਾ ਲੱਗ ਗਿਆ। ਬਾਕੀ ਗੱਲ ਮੈਂ ਤੁਹਾਡੇ ਨਾਲ ਆ ਕੇ ਕਰਦਾ। ਹਾਂਜੀ। ਜੌਂਟੀ ਨੂੰ ਤਾਂ ਜੌਂਟੀ ਦੇ ਕੀਤੀਆਂ ਦੀ ਸਜ਼ਾ ਮਿਲ ਗਈ,
पर तुहाडी गली पिंड शहर अज भी कई जौंटी वर्गे रोजाना गुनाह करके आजाद घूम रहे हैं ते तुसी उन्हां नूं नज़रअंदाज करके उन्हां दे गुनाहां नूं बढ़ावा दे रहे हो। हुण अगे फैसला थोड़े हथ है कि तुसी की करना। सर इत्थे किहड़ा छोड़ लिया गया है सर? जौंटी जौंटी का टाइमिंग सीट है इत्थे ते जौंटी नूं टॉर्चर कीता जा रहा है बहुत ही गंदे ते घिनौने तरीके नाल। स्टूडेंट वार दा ए वेला बलिए तू भी देना कोई सजेशन ता दे ला बलिए स्टूडेंट वार दा ए वेला बलिए देना कोई सजेशन ता दे ला बलिए वोटा विच सारे कुत्ते जानगे। लास्ट स्टेप जोड़ा जी ते सारी टीम दी बहुत 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 ज्यादा मेहनत करे लगी हुई है मेहनत कर रहे हैं सारे जने डीओपी डायरेक्टर प्रोडक्शन वाला थोड़ा जहा लूज है करैक्टर का। बहुत नजारा है भाई प्यार देते रहो अगे तो होर थोड़ा थोड़ा कम करते रहेंगे वधिया कम करते रहेंगे प्यार बनाई रखो।